हाँ जी जी, आप स्टार्ट कर रहे हैं। अपने टॉपिक का नाम आ अकबर, ठीक है। देखो इस तो पहला जे आप लिंक जोड़न की कोशिश करिए अकबर तो पहला कि कड़े कि राजे अपने अकबर तो पहला आए हैं, ठीक है। अकबर तो पहला असी पढ़िया है, जे असी दिल्ली सल्तनत तो ही शुरू कर लिए इस चीज़ को, ठीक है। तो असी जे मैं गल कह कि मुगल वंश का मुगल डायनेस्टी का अकबर तीजा राजा है। पहले राजे का की नाम सीगा? बाबर, दूजा हमायूं ते तीसरा अकबर। इन्हां दे विच 15 साल सुर डायनेस्टी वालियां नूं मिले आ। इहदे विच तां कोई दो राय नहीं कि इहदे विच जिहड़े 15 साल आ उह विच सुर डायनेस्टी वालियां नूं मिले आ, ठीक है। तां मैं बस ये दसना चाहुंदा कि जे असीं शुरू तो लैके हुण तक गल करिए मेडिवल हिस्टरी की, पहलां आउंदी आ अर्ली मेडिवल जिहदे विच गुरजारा प्रतिहाराज ते राष्ट्रकुता जिहनूं पढ़ीदा है, जिहनूं आपां कहिंदे आ कनौज ट्रायंगल। उस तो बाद पढ़ते हैं आप एडवेंट ऑफ अरब्स, भारत अरबी मुस्लिम्स के हमले, उन्हां चाहुंदे आ गजनी ते गौरी, ठीक है। इन्हां दे आउण दे विच भी 100 साल का गैप आ, इह गल पल्ले बन लिओ, इन्हां दोवां दे विच आउण च भी 100 साल का गैप हैगा है। फिर गजनी गौरी तो बाद शुरुआत हुंदी आ दिल्ली सल्तनत की, जिहनूं आपां कहिंदे आ दिल्ली सल्तनत, 1206 तो लैके 1526 तक। फिर उस तो बाद आउंदी है मुगल डायनेसटी, मुगल वंश। तो मुगल वंश सब तो पहला राजा आउंदा है बाबर, फिर आउंदा है हमायूं। इन्हां दोवां नूं पढ़दे आपां, बाबर ते हमायूं नूं पढ़न तो बाद अगली जिहड़ी पावर अपने कोल पढ़ी जांदी है दैट इज़ शेरशाह सूरी, जिहड़ा जिसदा कि मुगल वंश नाल कोई संबंध नहीं सी, पर वो विचले 15 साल वह ते उहदा मुंडा ते उहदा एक भतीजा तिन्ने मिल के कटदे आ, ते दुबारा फिर हमायूं 1555 च दिल्ली सल्तनत ते कब्जा कर लैंदा है, ठीक है। 1555 च जदों हमायूं दुबारा कब्जा कर लैंदा है, ठीक है, तो हुण उहदे समय 1556 च उहदी मौत हो जाती है, 56 च उहदी मौत हो जाती है अपनी ही पौड़ियां तो डिग के। ਤਾਂ ਇਹਦੇ ਤੋਂ ਬਾਅਦ ਉਹਦਾ ਮੁੰਡਾ ਅਕਬਰ ਜਿਹੜਾ ਸੀਗਾ ਉਹ ਰਾਜਾ ਬਣਦਾ ਹੈ। ਅਕਬਰ ਬਾਰੇ ਮੈਂ ਥੋੜ੍ਹੀ ਜਿਹੀ ਗੱਲ ਦੱਸਦਾ ਕਿ ਬਾਬਰ ਜਿਹੜਾ ਸੀ, ਹਮਾਯੂ ਸੀ ਜਿਹੜਾ 1540 'ਚ ਸ਼ੇਰਸ਼ਾਹ ਸੂਰੀ ਤੋਂ ਬੈਟਲ ਆਫ ਕਨੌਜ, ਕਨੌਜ ਦੀ ਲੜਾਈ 'ਚ ਹਾਰ ਕੇ ਸਿੰਧ ਵੱਲ ਭੱਜਿਆ। ਸਿੰਧ ਤੋਂ ਅਮਰਕੋਟ ਦੇ ਰਾਜੇ ਕੋਲ ਗਿਆ, ਸਿੰਧ ਦੇ ਇਲਾਕੇ 'ਚ ਆ ਪਾਕਿਸਤਾਨ 'ਚ, ਅੱਜ ਦੇ ਰਾਜਸਥਾਨ ਨੂੰ ਕ੍ਰੋਸ ਕਰਕੇ ਸਿੰਧ ਆ ਜਾਂਦਾ ਹੈ, ਉਹ ਵਿਚਾਰਾ ਉੱਧਰ ਨੂੰ ਭੱਜਿਆ। ਉੱਥੇ ਅਮਰਕੋਟ ਦੇ ਰਾਜੇ ਕੋਲ ਗਿਆ, ਠੀਕ ਆ। ਉੱਥੇ ਜਾ ਕੇ ਉਹਨੇ ਆਪਣੇ ਫਰੈਂਡ ਰਾਜਪੂਤ ਰਾਜਾ ਸੀਗਾ, ਠੀਕ ਆ, ਉਹਦੇ ਤੋਂ ਜਾ ਕੇ ਹੈਲਪ ਮੰਗੀ। ਕਲੀਅਰ ਹੈ ਗੱਲ? ਉਹਦੇ ਤੋਂ ਜਾ ਕੇ ਹੈਲਪ ਮੰਗੀ, ਉਹਨੇ ਹੈਲਪ ਕੀਤੀ। ਉੱਥੇ ਇਹਦੀ ਬੇਗਮ ਜਿਹੜੀ ਸੀ ਹਮੀਦਾ ਬੇਗਮ, ਉਹਦੇ ਘਰ 1542 'ਚ ਅਮਰਕੋਟ ਦੇ ਵਿੱਚ ਹੀ ਇਹਦਾ ਮੁੰਡੇ ਦਾ ਜਨਮ ਹੁੰਦਾ ਹੈ, ਜਿਹਦਾ ਨਾਮ ਕਿ ਜਲਾਲੂਦੀਨ ਅਕਬਰ ਰੱਖਦੇ ਆ। ਹਮਾਯੂ ਉਸ ਤੋਂ ਬਾਅਦ ਸਿੰਧ ਕ੍ਰੋਸ ਕਰਕੇ ਅੱਗੇ ਪਰਸ਼ੀਆ, ਅੱਜ ਦੇ ਈਰਾਨ ਚਲਾ ਜਾਂਦਾ ਹੈ। ਉੱਥੋਂ ਦੇ ਰਾਜੇ ਤੋਂ ਹੈਲਪ ਮੰਗਦਾ ਹੈ ਕਿ ਮੇਰੀ ਮਦਦ ਕੀਤੀ ਜਾਵੇ ਕਿ ਭਾਰਤ ਸੁਰਾਂ ਨੇ ਘੇਰ ਲਿਆ, ਸੁਰ ਡਾਇਨੈਸਟੀ ਵਾਲਿਆਂ ਨੇ ਘੇਰ ਲਿਆ ਹੈ, ਠੀਕ ਆ। ਉਹ ਕਹਿੰਦਾ ਕਿ ਅਸੀਂ ਤੇਰੀ ਮਦਦ ਨਹੀਂ ਕਰ ਸਕਦੇ, ਤੂੰ ਵੀ ਮੁਸਲਮਾਨ ਅਸੀਂ ਵੀ ਮੁਸਲਮਾਨ, ਪਰ ਤੂੰ ਸ਼ੀਆ ਹੈ, ਅਸੀਂ ਸੁੰਨੀ ਸ਼ੀਆ ਹੈ, ਤੂੰ ਸੁੰਨੀ ਆ। ਹਮਾਯੂ ਸੁੰਨੀ ਤੋਂ ਸ਼ੀਆ 'ਚ ਕਨਵਰਟ ਹੋ ਜਾਂਦਾ ਹੈ, ਫਿਰ ਉਹਦੀ ਮਦਦ ਹੁੰਦੀ ਹੈ। ਉਸੇ ਮਦਦ ਨਾਲ ਉਹ ਅਫਗਾਨਿਸਤਾਨ ਕਾਬਲ, ਜਿੱਥੋਂ ਉਹਦਾ ਡੈਡੀ ਆਇਆ ਸੀਗਾ ਬਾਬਰ, ਉੱਥੇ ਕਬਜ਼ਾ ਕਰਦਾ ਹੈ। ਉੱਥੋਂ ਦੁਬਾਰਾ ਘੁੰਮ ਫਿਰ ਕੇ ਇੰਡੀਆ ਆ ਕੇ ਸੁਰ ਡਾਇਨੈਸਟੀ ਦੇ ਲਾਸਟ ਰਾਜੇ ਨੂੰ ਹਰਾ ਦਿੰਦਾ ਹੈ 1555 'ਚ, 1555 'ਚ ਆ ਕੇ ਇੱਥੇ ਇਸਟੈਬਲਿਸ਼ ਹੁੰਦਾ ਹੈ। ਇਸੇ ਸਮੇਂ ਦੌਰਾਨ ਇਹਦਾ ਜਿਹੜਾ ਭਰਾ ਸੀਗਾ, ਕੀ ਨਾਮ ਉਹਦਾ, ਹਮਾਯੂ ਦਾ ਭਰਾ ਸੀ ਕਮਾਰਾਨ, ਠੀਕ ਆ, ਹਿੰਦਲ ਕਮਾਰਾਨ ਅਕਸਰ ਅਸਕਰੀ, ਇਹ ਉਹਦੇ ਤਿੰਨ ਭਰਾ ਵੀ ਸੀ ਹਮਾਯੂ ਦੇ। ਇਹਨਾਂ ਤਿੰਨਾਂ ਭਰਾਵਾਂ ਨਾਲ ਉਹਦੀ ਕੀ ਟਸਲ ਸੀ ਉਹ ਆਪਾਂ ਹਮਾਯੂ ਦੇ ਵੇਲੇ ਹੀ ਪੜ੍ਹਦੇ ਹਾਂ, ਉਹ ਆਪਾਂ ਹੁਣ ਨਹੀਂ ਪੜ੍ਹਨੀ ਕਿਉਂਕਿ ਉਹ ਆਪਾਂ ਹਮਾਯੂ ਦੇ ਵੇਲੇ ਆਲਰੇਡੀ ਪੜ੍ਹੀ ਹੋਈ ਆ ਕਿ ਉਹਦੇ ਤਿੰਨਾਂ ਭਰਾਵਾਂ ਨੇ ਜਿਹੜੇ ਇਹਦੀਆਂ ਲੱਤਾਂ ਖਿੱਚੀਆਂ ਉਹਦੇ ਕਰਕੇ ਹੀ ਸ਼ਾਇਦ ਉਹਨੂੰ ਇੰਡੀਆ 'ਚੋਂ ਹਾਰ ਗਿਆ ਸੀ, ਸ਼ੇਰਸ਼ਾਹ ਸੂਰੀ ਤੋਂ, ਨਹੀਂ ਤਾਂ ਐਡਾ ਤਗੜਾ ਮੁਗਲ ਰਾਜਾ ਹਾਰਦਾ ਨਹੀਂ ਸੀ। ਆਪਣੇ ਮੁੱਦੇ 'ਤੇ ਆ ਜਾਓ ਵਾਪਸ। ਤਾਂ ਕਮਰਾਨ ਜਿਹੜਾ ਸੀਗਾ ਉਹ ਇਹਦੇ ਮੁੰਡੇ ਜਲਾਲੂਦੀਨ ਨੂੰ ਲੈ ਕੇ ਭੱਜ ਜਾਂਦਾ ਹੈ, ਪਰ ਖੈਰ ਉਸ ਤੋਂ ਬਾਅਦ ਉਹਦੇ ਇਹ ਨਹੀਂ ਕਿ ਆਪਣੇ ਭਤੀਜੇ ਨੂੰ ਲੈ ਕੇ ਭੱਜ ਗਿਆ ਤਾਂ ਉਹਨੂੰ ਕਤਲ ਕਰਤਾ ਜਾਂ ਉਹਨੂੰ ਬੜਾ ਮਾੜੇ ਮਾਹੌਲ 'ਚ ਰੱਖਿਆ, ਵਧੀਆ ਰਿਪਿਊਟਡ ਤਰੀਕੇ ਨਾਲ ਰੱਖਿਆ। ਉਸ ਤੋਂ ਬਾਅਦ ਹਮਾਯੂ ਦਾ ਬੜਾ ਖਾਸ ਬਹਿਰੀਮ ਖਾਨ ਜਿਹੜਾ ਸੀਗਾ ਉਹਦਾ ਬੜਾ ਖਾਸ ਸੀਗਾ, ਉਹ ਅਕਬਰ ਨੂੰ ਆਪਣੀ ਕਸਟਡੀ 'ਚ ਲੈ ਲੈਂਦਾ ਹੈ ਅਤੇ ਉਹਨੂੰ ਕਲਾਨੌਰ, ਅੱਜ ਦਾ ਪੰਜਾਬ ਗੁਰਦਾਸਪੁਰ ਜ਼ਿਲ੍ਹਾ ਸੀਗਾ ਜਿਹੜਾ, ਉੱਥੇ ਉਹਨੂੰ ਸ਼ਸਤਰ ਵਿੱਦਿਆ ਅਤੇ ਹੋਰ ਜੋ ਵੀ ਇੰਟਲੈਕਚੁਅਲ, ਜ਼ਿਆਦਾ ਤਾਂ ਦੇਖੋ ਅਕਬਰ ਪੜ੍ਹਿਆ ਲਿਖਿਆ ਨਹੀਂ ਸੀਗਾ, ਜੇ ਤੁਸੀਂ ਇਹਨੂੰ ਕਹਿ ਦਿਓ ਕਿ ਉਹ ਇਸ ਕਰਕੇ ਨਹੀਂ ਸੀ ਪੜ੍ਹਿਆ ਲਿਖਿਆ ਕਿਉਂਕਿ ਉਹਦੀ ਜਿਹੜਾ ਪਾਲਣ ਪੋਸ਼ਣ ਸੀ ਨਾ ਉਹ ਕਿਸੇ ਬਹੁਤ ਰਈਸ ਖਾਨਦਾਨ 'ਚ ਨਹੀਂ, ਬੜਾ ਛੁਪ ਛੁਪਈਏ ਜਿਹੇ ਤਰੀਕੇ ਨਾਲ ਹੋਇਆ ਸੀਗਾ, ਠੀਕ ਆ। ਤਾਂ ਉਹਦੇ ਫਾਦਰ ਹੁਣ ਉਹਦੇ ਰੈਗੂਲਰ ਕੰਟੈਕਟ 'ਚ ਰਹਿਣ ਲੱਗ ਪਏ, ਫਾਦਰ ਹੁਣ ਸੁੰਨੀ ਨਹੀਂ ਰਿਹਾ, ਸ਼ੀਆ ਹੋ ਗਿਆ। ਤਾਂ ਓਬੀਅਸ ਜੀ ਗੱਲ ਆ, ਅਕਬਰ ਦੇ ਸੁਭਾਅ 'ਚ ਉਹ ਕਰੈਕਟਰ ਆਊਗਾ ਜਿਹੜਾ ਸ਼ਾਇਦ ਉਹਦੇ ਦਾਦੇ ਦੇ ਸੁਭਾਅ 'ਚ ਨਹੀਂ ਸੀਗਾ। ਦਾਦਾ ਸੁੰਨੀ ਸੀ, ਉਸ ਤਰੀਕੇ ਨਾਲ ਦੁਨੀਆ ਨੂੰ ਸਮਝਦਾ ਸੀ, ਥੋੜ੍ਹਾ ਜਿਹਾ ਅਗਰੈਸਿਵ ਸੀ,
ਅਕਬਰ ਜਿਹੜਾ ਸੀਗਾ ਉਹਦੇ ਤੇ ਆਪਣੇ ਪਿਤਾ ਦਾ ਹੁਣ ਪ੍ਰਭਾਵ ਪਿਆ ਸੀਗਾ ਤਾਂ ਉਹ ਸ਼ੀਆ ਸੀ ਉਹਦੇ ਕਰਕੇ ਨੈਚੁਰਲ ਜੀ ਗੱਲ ਆ ਅਕਬਰ ਦੇ ਜਿਹੜੇ ਰਾਜਪੂਤਾਂ ਨਾਲ ਜਾਂ ਹੋਰ ਦੂਜੇ ਧਰਮਾਂ ਨਾਲ ਸੰਬੰਧ ਆ ਉਹ ਓਨੇ ਕੱਟੜ ਨਹੀਂ ਹੋਣਗੇ ਤੁਹਾਨੂੰ ਪਤਾ ਕਿ ਇਹਨਾਂ ਦੇ ਜਿਹੜੇ ਦਰਬਾਰ 'ਚ ਕਾਜੀ ਵਗੈਰਾ ਹੁੰਦੇ ਸੀਗੇ ਉਹ ਵੀ ਕਈ ਸੈਕਟ 'ਚੋਂ ਕਈ ਧਰਮ ਕਈ ਪੰਥਾਂ 'ਚੋਂ ਹੁੰਦੇ ਸੀ ਇਹ ਜਿਹੜੇ ਆ ਸੂਫੀ ਸੀਗੇ ਨਾ ਸੂਫੀ ਵੀ ਕਈ ਟਾਈਪ ਦੇ ਆ ਚਿਸ਼ਤੀ ਟਾਈਪ ਦੇ ਸੂਫੀ ਹੋ ਗਏ ਜਿਹੜੇ ਚਿਸ਼ਤੀ ਆਰਡਰ ਦੇ ਸੂਫੀ ਸੰਤ ਹੋ ਗਏ ਇੱਕ ਨਕਸ਼ਬੰਦੀਜ਼ ਇਹ ਨਕਸ਼ਬੰਦੀਜ਼ ਜਿਹੜੇ ਆ ਇਹ ਕਿਹੜੇ ਰਾਜਿਆਂ ਨੂੰ ਵੱਧ ਪਾਉਂਦੇ ਆ ਸੁੰਨੀ ਰਾਜਿਆਂ ਨੂੰ ਜਿਹੜੇ ਥੋੜ੍ਹੇ ਜਿਹੇ ਕੱਟੜ ਟਾਈਪ ਦੇ ਰਾਜੇ ਨੇ ਕੰਜ਼ਰਵੇਟਿਵ ਟਾਈਪ ਦੇ ਆ ਜਿਹੜੇ ਚਿਸ਼ਤੀ ਆਰਡਰ ਦੇ ਸੂਫੀ ਸੰਤ ਨੇ ਇਹ ਕਿਹਨਾਂ ਨੂੰ ਜ਼ਿਆਦਾ ਪਾਉਂਦੇ ਆ ਸ਼ੀਆਜ਼ ਨੂੰ ਇਹ ਸ਼ੀਆ ਰਾਜਿਆਂ ਨੂੰ ਤਾਂ ਓਬਵੀਅਸ ਜੀ ਗੱਲ ਆ ਜਿਹੜਾ ਅਕਬਰ ਆ ਉਹ ਕਿਹੜੇ ਰਾਜੇ ਦੇ ਕਿਹੜੇ ਸੂਫੀ ਸੰਤਾਂ ਦੇ ਨੇੜੇ ਹੋਊਗਾ ਚਿਸ਼ਤੀਆਂ ਦੇ ਕਿ ਨਕਸ਼ਬੰਦੀ ਹੈ ਸਾਰੇ ਸੂਫੀ ਆ ਪਰ ਸੂਫੀਆਂ ਦੇ ਅੱਗੇ ਵੀ ਹਿੱਸੇ ਬਣੇ ਹੋਏ ਆ ਪਰ ਜਦੋਂ ਅਕਬਰ ਦਾ ਮੁੰਡਾ ਆਊਗਾ ਅਗਲਾ ਜਹਾਂਗੀਰ ਜਹਾਂਗੀਰ ਦੇ ਦਿਮਾਗ 'ਚ ਉਹਦੇ ਕਈ ਖਾਸ ਬੰਦੇ ਇਹ ਗੱਲ ਫਿੱਟ ਕਰ ਦੇਣਗੇ ਕਿ ਤੇਰਾ ਦਾਦਾ ਅਤੇ ਤੇਰਾ ਡੈਡੀ ਤਾਂ ਮਜਬੂਰੀ 'ਚ ਆ ਕੇ ਸ਼ੀਆ ਬਣੇ ਆ ਆਪਣੇ ਪੜਦਾਦੇ ਵੱਲ ਦੇਖ ਅਸਲੀ ਵਿਰਾਸਤ ਤਾਂ ਉਹਦੀ ਹੋਈ ਸੀਗੀ ਉਹ ਸੁੰਨੀ ਸੀਗਾ ਤਾਂ ਫਿਰ ਜਿਹੜਾ ਜਹਾਂਗੀਰ ਜਿਹੜਾ ਹੋਊਗਾ ਨਾ ਉਹ ਅੱਗੇ ਜਾ ਕੇ ਥੋੜ੍ਹਾ ਜਿਹਾ ਬਦਲੂਗਾ ਉਹ ਕੀ ਕਰੂਗਾ ਆਪਣੇ ਦਰਬਾਰ 'ਚੋਂ ਸ਼ੀਆ ਸੰਤਾਂ ਦੀ ਜਗ੍ਹਾ 'ਤੇ ਸ਼ੀਆ ਦੀ ਇੰਪੋਰਟੈਂਸ ਨੂੰ ਘਟਾਊਗਾ ਨਹੀਂ ਉਹ ਪਰ ਉਹ ਨਕਸ਼ਬੰਦੀਆਂ ਦੀ ਇੰਪੋਰਟੈਂਸ ਨੂੰ ਜ਼ਰੂਰ ਵਧਾ ਦੂਗਾ ਠੀਕ ਆ ਨਕਸ਼ਬੰਦੀਆਂ ਦੇ ਪ੍ਰਭਾਵ 'ਚ ਹੋਊਗਾ ਸ਼ੀਆਜ਼ ਨੂੰ ਜਿਹੜੇ ਚਿਸ਼ਤੀਜ਼ ਨੇ ਉਹਨਾਂ ਦੇ ਆਰਡਰ ਨੂੰ ਘਟਾਉਂਦਾ ਨਹੀਂ ਉਹ ਪ੍ਰਭਾਵ ਨੂੰ ਪਰ ਦੂਜਿਆਂ ਦੇ ਪ੍ਰਭਾਵ ਨੂੰ ਵਧਾ ਦੂਗਾ ਉਹਦਾ ਮੁੰਡਾ ਸ਼ਾਹਜਹਾਨ ਅਤੇ ਉਹਦਾ ਮੁੰਡਾ ਔਰੰਗਜ਼ੇਬ ਉੱਥੋਂ ਤੱਕ ਜਾਂਦੇ ਜਾਂਦੇ ਚਿਸ਼ਤੀਜ਼ ਦਰਬਾਰ ਦੇ ਵਿੱਚੋਂ ਆਪਣਾ ਬੋਰੀ ਬਿਸਤਰਾ ਪੈ ਕੇ ਸਮਝਣ ਤਾਂ ਫਿਰ ਮੁਗਲ ਦਰਬਾਰ ਕਿੰਨਾ ਦੇ ਪ੍ਰਭਾਵ 'ਚ ਆਉਣਾ ਸ਼ੁਰੂ ਹੋ ਜਾਊਗਾ ਹੌਲੀ ਹੌਲੀ ਨਕਸ਼ਬੰਦੀਜ਼ ਦੇ ਪ੍ਰਭਾਵ 'ਚ ਆਹ ਗੱਲ ਸਮਝ ਆ ਗਈ ਨਾ ਤਾਂ ਇਹ ਗੱਲ ਹੁਣ ਅੱਗੇ ਜਾ ਕੇ ਮੈਂ ਸਮਝਾਉਣੀ ਨਹੀਂ ਇਹਨੂੰ ਇਸੇ ਪੈਟਰਨ 'ਚ ਹੀ ਸਮਝ ਕੇ ਰੱਖਿਓ ਤੁਸੀਂ ਹੁਣ ਆ ਜਾਓ ਦੇਖੋ ਲੈ ਦੇ ਕੇ ਹੋਰ ਮਡੀਵਲ ਹਿਸਟਰੀ 'ਚ ਕੀ ਆ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਕਿਸੇ ਰਾਜੇ ਦੀ ਰਾਣੀ ਦਾ ਨਾਮ ਜਾਂ ਉਹਨੇ ਕਿਹੜੇ ਸ਼ਹਿਰ 'ਤੇ ਹਮਲਾ ਕੀਤਾ ਤੁਸੀਂ ਪੜ੍ਹ ਨਹੀਂ ਸਕਦੇ ਇੱਕ ਲਿੰਕ ਹੀ ਜੋੜਨਾ ਮੈਂ ਜਿਹਦੇ ਨਾਲ ਕੀ ਹੋਊਗਾ ਤੁਹਾਨੂੰ ਐਂ ਲੱਗੇ ਕਿ ਇਹ ਜਿਹੜੀ ਮਡੀਵਲ ਹਿਸਟਰੀ ਆ ਕੋਈ ਬਹੁਤ ਵੱਡਾ ਰੱਟਾ ਰੁੱਟਾ ਨਹੀਂ ਹੈਗੀ ਇਹਦੇ 'ਚ ਕੰਸੈਪਟ ਨੇ ਅਤੇ ਉਹ ਕੰਸੈਪਟ ਸਾਨੂੰ ਸਮਝਣੇ ਪੈਣਗੇ ਠੀਕ ਆ ਜੀ ਆ ਜਾਓ ਆਪਾਂ ਚੱਲਦੇ ਹਾਂ ਕਹਿੰਦੇ ਜੀ ਆਹ ਹਮਾਯੂ ਇਰਾਨ ਜਾਣੀ ਕਿ ਪਰਸ਼ੀਆ ਵੱਲ ਗੱਜਿਆ ਕਮਰਾਨ ਉਹਦੇ ਮੁੰਡੇ ਨੂੰ ਲੈ ਗਿਆ ਜਦੋਂ ਹਮਾਯੂ ਦੀ ਮੌਤ ਹੋ ਗਈ ਸੀ ਤਾਂ ਅਕਬਰ ਉਸ ਵੇਲੇ ਕਲਾਨੌਰ 'ਚ ਸੀਗਾ ਯਾਦ ਆ 1556 'ਚ ਅਤੇ ਕਿਹਦੀ ਕਸਟਡੀ 'ਚ ਸੀਗਾ ਬਹਿਰੇਮ ਖਾਨ ਦੀ ਕਸਟਡੀ 'ਚ ਜਿਹੜਾ ਕਿ ਉਹਨੂੰ ਉੱਥੇ ਹੀ ਫਿਰ ਉਹਦੀ ਤਾਜਪੋਸ਼ੀ ਕਲਾਨੌਰ 'ਚ ਹੀ ਕਰ ਦਿੰਦਾ ਹੈ ਇਹ ਇਸੇ ਜਗ੍ਹਾ 'ਤੇ ਹੀ ਤਾਂ ਹੁਣ ਆਪਣੀ ਜਿਹੜਾ ਤਖਤ ਅਕਬਰ ਹੀ ਕਹਿ ਲਓ ਜਾਂ ਕੁਛ ਵੀ ਕਹਿ ਲਓ ਅਕਬਰ ਦਾ ਪੈਲਸ ਕਹਿ ਲਓ ਕੱਲ੍ਹ ਨੂੰ ਪੇਪਰ 'ਚ ਇਹ ਆ ਜਾਊਗਾ ਕਿ ਅਕਬਰ ਦਾ ਪੈਲਸ ਪੰਜਾਬ ਦੇ ਕਿਹੜੇ ਜ਼ਿਲ੍ਹੇ 'ਚ ਠੀਕ ਆ ਜੋ ਮਰਜ਼ੀ ਕਹੀ ਜਾਣ ਬਸ ਅਕਬਰ ਦਾ ਪੰਜਾਬ ਦੇ ਇੱਕੋ ਜ਼ਿਲ੍ਹੇ ਦੇ ਇੱਕੋ ਸ਼ਹਿਰ ਨਾਲ ਹੀ ਸੰਬੰਧ ਆ ਕਿਹੜੇ ਨਾਲ ਕਲਾਨੌਰ ਜਿਹੜਾ ਕਿ ਅੱਜ ਗੁਰਦਾਸਪੁਰ 'ਚ ਆ ਠੀਕ ਆ ਬਹਿਰੇਮ ਖਾਨ ਉਹਨੂੰ ਲੈ ਕੇ ਆਇਆ ਤਾਂ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਬਹਿਰੇਮ ਖਾਨ ਉਹਨੂੰ ਇੱਥੇ ਲੈ ਕੇ ਆਉਂਦਾ ਹੈ ਦਿੱਲੀ ਲੈ ਕੇ ਆਉਂਦਾ ਹੈ ਉਸ ਟਾਈਮ ਦਿੱਲੀ ਦੇ ਹਾਲਾਤ ਕਿਹੋ ਜਿਹੇ ਸੀ ਇਮੈਜਿਨ ਕਰੋ ਸੁਰ ਵੰਸ਼ ਦੇ ਕਬਜ਼ੇ 'ਚੋਂ ਸੁਰ ਡਾਇਨੈਸਟੀ ਦੇ ਕਬਜ਼ੇ 'ਚੋਂ ਦਿੱਲੀ ਨੂੰ ਬਾਹਰ ਮੁਗਲਾਂ ਦੇ ਕਬਜ਼ੇ 'ਚ ਆਏ ਨੂੰ ਜਸਟ ਕਿੰਨੇ ਸਾਲ ਹੋਏ ਆ ਇੱਕ ਸਾਲ 1555 ਅਤੇ 1556 ਇੱਕ ਸਾਲ ਹੀ ਹੋਇਆ ਇੱਕੋ ਸਾਲ ਦੇ ਦਾਇਰੇ 'ਚ ਇੱਕੋ ਸਾਲ ਦੇ ਅੰਦਰ ਹੀ ਉਹ ਸਾਰੀ ਕਹਾਣੀ ਵਾਪਰ ਗਈ ਤਾਂ ਤੁਹਾਨੂੰ ਲੱਗਦਾ ਕਿ ਪੂਰੇ ਆਲੇ ਦੁਆਲੇ 'ਚੋਂ ਸਾਰੇ ਅਫਗਾਨ ਚਲੇ ਗਏ ਹੋਣਗੇ ਨਹੀਂ ਦੂਜੀ ਗੱਲ ਆ ਜਿਹੜੇ ਲੋਕਲ ਬੰਗਾਲ ਬੰਗੂਲ ਦੇ ਗਵਰਨਰ ਟਾਈਪ ਲੋਕ ਨੇ ਠੀਕ ਆ ਜਿਹੜੇ ਕਿ ਸ਼ੇਰ ਸ਼ਾਹ ਸੂਰੀ ਦੇ ਅਤੇ ਸੁਰ ਵੰਸ਼ ਦੇ ਅੰਡਰ 15 ਸਾਲ ਤੋਂ ਰਹੇ ਆ ਇਹਨਾਂ ਨੂੰ ਇੱਕ ਮੌਕਾ ਨਹੀਂ ਲੱਗਿਆ ਹੋਊਗਾ ਕਿ ਲਾਲੋ ਦਾ ਹਜੇ ਤਾਂ ਅਕਬਰ ਆਇਆ ਹੀ ਨਹੀਂ ਅਤੇ ਹਜੇ ਇਹਦੇ ਫਾਦਰ ਨੂੰ ਵੀ ਤਾਂ ਇੱਥੇ ਆਏ ਨੂੰ ਇੱਕ ਸਾਲ ਹੀ ਹੋਇਆ ਸੀਗਾ ਚੱਕ ਦਿੰਦੇ ਹਾਂ ਫੱਟੇ ਆਪਾਂ ਦਿੱਲੀ ਆਪਾਂ ਫਤਿਹ ਕਰਕੇ ਦੇਖ ਲੈਂਦੇ ਹਾਂ ਐਵੇਂ ਦੀ ਹੀ ਸੋਚ ਰੱਖਣ ਵਾਲਾ ਇੱਕ ਸ਼ਖਸ ਸੀਗਾ ਹੇਮੂ ਠੀਕ ਆ ਜਿਹੜਾ ਕਿ ਇਹ ਟਰਾਈ ਕਰਨ ਦੀ ਕੋਸ਼ਿਸ਼ ਕਰੂਗਾ ਕਿ ਕਿਉਂ ਨਾ ਅਸੀਂ ਫਤਿਹ ਕਰਕੇ ਦੇਖਦੇ ਹਾਂ ਠੀਕ ਆ ਪਰ ਉਹਨੇ ਚਿਰ 'ਚ ਬੜੀ ਕਾਹਲੀ 'ਚ ਬਹਿਰੇਮ ਖਾਨ ਜਿਹੜਾ ਹੈ ਉਹਦੀ ਤਾਜਪੋਸ਼ੀ ਕਰਕੇ ਇਹਨੂੰ ਦਿੱਲੀ ਮੂਵ ਕਰਾ ਲੈਂਦਾ ਹੈ ਉਸੇ ਸਮੇਂ ਹੇਮੂ ਜਿਹੜਾ ਸੀਗਾ ਉਹ ਬੰਗਾਲ ਦੇ ਗਵਰਨਰ ਦੀ ਮਦਦ ਨਾਲ ਠੀਕ ਆ ਜਿਹੜਾ ਕਿ ਉਸ ਟਾਈਮ ਅਲਾਹਾਬਾਦ ਅਤੇ ਯੂਪੀ ਦੇ ਇਲਾਕੇ 'ਚ ਸਰਗਰਮ ਸੀਗਾ ਉਹ ਆਲੇ ਦੁਆਲੇ ਦੇ ਛੋਟੇ ਛੋਟੇ ਗਵਰਨਰਸ ਅਤੇ ਜੈਲਦਾਰ ਅਤੇ ਜ਼ਮੀਨਦਾਰਾਂ ਦੀ ਹੈਲਪ ਨਾਲ ਸੈਨਾ ਇਕੱਠੀ ਕਰਕੇ ਜ਼ਬਰਦਸਤ ਹਮਲਾ ਕਰਦਾ ਹੈ ਕਿਹਦੇ 'ਤੇ ਅਕਬਰ 'ਤੇ ਜਾਂ ਇਹ ਕਹਿ ਲਓ ਬਾ ਉਹਦੇ 'ਤੇ ਬਹਿਰੇਮ ਖਾਨ 'ਤੇ ਸੋ ਇੱਥੇ ਇੱਕ ਲੜਾਈ ਹੁੰਦੀ ਆ ਪਹਿਲੀ ਜਿਹੜੀ ਲੜਾਈ ਸੀਗੀ ਪਾਣੀਪਤ 'ਚ 1526 'ਚ ਹੋਈ ਆ ਜਿਹਨੇ ਇਹ ਤੈਅ ਕਰਨਾ ਸੀ ਕਿ ਮੁਗਲ ਅੰਪਾਇਰ ਪੰਜਾਬ 'ਚ ਆਊਗਾ ਕਿ ਨਹੀਂ ਆਊਗਾ ਤਾਂ ਉਹਨੇ ਇਹ ਸਾਬਤ ਕਰਤਾ ਕਿ ਯੈਸ ਮੁਗਲ ਅੰਪਾਇਰ ਪੰਜਾਬ 'ਚ ਆਊਗਾ ਅੱਜ 1556 ਹੈ 1556 ਅਤੇ ਪਾਣੀਪਤ ਦੀ ਦੂਜੀ ਲੜਾਈ ਆ ਇਹਨੇ ਇਹ ਸਾਬਤ ਕਰਨਾ ਹੈ ਕਿ ਕੀ ਮੁਗਲ ਅੰਪਾਇਰ ਆਪਣੇ ਆਪ ਨੂੰ
ਭਾਰਤ 'ਚ ਰੀਇਸਟੈਬਲਿਸ਼ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ। ਸੋ ਇਹ ਲੜਾਈ ਰੀਇਸਟੈਬਲਿਸ਼ਮੈਂਟ ਦੀ ਸੀ। ਅਕਸਰ ਬੜੀ ਵਾਰ ਗੱਲ ਦੱਸ ਚੁੱਕਿਆ ਮੈਂ ਕਿ ਪਾਣੀਪਤ ਨੂੰ ਮੈਂ ਬੜੀ ਵਾਰ ਦੱਸਦਾ ਕਿ ਸਟ੍ਰੈਟੇਜਿਕ ਲੋਕੇਸ਼ਨ ਸੀ, ਠੀਕ ਆ, ਹਰ ਰਾਜੇ ਵਾਸਤੇ ਸਹੂਲਤ ਸੀ, ਪਲੇਨ ਏਰੀਆ ਸੀ, ਜਿਹੜੇ ਆਇਰਨ ਸਮਿਥ ਵਗੈਰਾ ਜਿਹੜੇ ਹਥਿਆਰ ਵਗੈਰਾ ਬਣਾਉਂਦੇ ਸੀ ਇਹਨਾਂ ਦੀ ਈਜ਼ੀ ਅਵੇਲੇਬਿਲਿਟੀ ਸੀ, ਯਮੁਨਾ ਦਾ ਪਾਣੀ ਬੜਾ ਈਜ਼ੀਲੀ ਅਵੇਲੇਬਲ ਸੀ, ਪਲੇਨ ਏਰੀਆ ਸੀ ਸੈਨਾ ਨੂੰ ਰਹਿਣ ਦੀ, ਠੀਕ ਆ, ਅਤੇ ਹੋਰ ਸਾਰੀਆਂ ਜਿਹੜੀਆਂ ਇੱਕ ਬੰਦੇ ਨੂੰ ਰਹਿਣ ਦੀਆਂ ਸਹੂਲਤਾਂ ਦੀ ਉਹ ਸਾਰੀਆਂ ਸਹੂਲਤਾਂ ਤੁਹਾਨੂੰ ਪਾਣੀਪਤ ਦੇ ਨੇੜੇ ਈਜ਼ੀਲੀ ਅਵੇਲੇਬਲ ਸੀਗੀਆਂ। ਇਸੇ ਕਰਕੇ ਹੀ ਇਤਿਹਾਸ ਖੋਲ੍ਹ ਕੇ ਦੇਖ ਲਓ, ਜਿੰਨੇ ਵੀ ਨੌਰਥ ਵੈਸਟ ਫਰੰਟ ਤੋਂ ਜਿਹੜੇ ਉੱਤਰ ਪੱਛਮ ਵਾਲੇ ਪਾਸਿਓਂ ਪਾਕਿਸਤਾਨ ਮੁਲਤਾਨ ਪਸ਼ਾਵਰ ਵਾਲੇ ਪਾਸਿਓਂ ਰਾਜੇ ਆਉਣਗੇ, ਉਹਨਾਂ ਨੇ ਦੋ ਲੋਕੇਸ਼ਨਸ ਹੀ ਆਪਣੀਆਂ ਚੁਣੀਆਂ ਨੇ, ਕਿਹੜੀਆਂ ਕਿਹੜੀਆਂ, ਜਾਂ ਪਾਣੀਪਤ ਜਾਂ ਕਰਨਾਲ, ਠੀਕ ਆ। ਪਾਣੀਪਤ ਤੋਂ ਕਰਨਾਲ ਅਤੇ ਕੁਰਕਸ਼ੇਤਰ ਆ, ਇਤਿਹਾਸ ਏਨਸ਼ੀਅੰਟ ਹਿਸਟਰੀ ਵੀ ਖੋਲ੍ਹ ਕੇ ਦੇਖ ਲਓ, ਤੁਹਾਨੂੰ ਕੁਰਕਸ਼ੇਤਰ ਕਰਨਾਲ ਅਤੇ ਪਾਣੀਪਤ ਆ ਤਿੰਨ ਹੀ ਲੜਾਈ ਦੇ ਮੈਦਾਨ ਮਿਲਣਗੇ ਅਤੇ ਤਿੰਨਾਂ ਦੇ ਸਾਰੇ ਸੇਮ ਪੁਆਇੰਟ ਨੇ ਜਿਹੜੇ ਆਪਾਂ ਡਿਸਕਸ ਕੀਤੇ ਆ। ਸੋ ਇਹਨਾਂ ਪੁਆਇੰਟਾਂ ਕਰਕੇ ਹੀ ਪਾਣੀਪਤ ਜਿਹੜਾ ਹੈ ਉਹ ਇੰਪੋਰਟੈਂਟ ਲੜਾਈ ਦਾ ਮੈਦਾਨ ਰਿਹਾ। ਬਹਿਰੇਮ ਖਾਨ ਜਿਹੜਾ ਸੀਗਾ ਉਹ ਬਹਿਰੇਮ ਖਾਨ ਦੂਜੀ ਪਾਣੀਪਤ ਦੀ ਲੜਾਈ ਜਿਹੜੀ ਕਿ 1556 'ਚ ਹੋਈ ਸੀ, ਇਹਦੇ 'ਚ ਹੇਮੂ ਵਿਕਰਮ ਆਦਿੱਤਿਆ। ਅਸਲ 'ਚ ਹੇਮੂ ਵਿਕਰਮ ਆਦਿੱਤਿਆ ਹੈ ਕੌਣ, ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਤੁਸੀਂ ਏਨਸ਼ੀਅੰਟ ਹਿਸਟਰੀ ਵੀ ਖੋਲ੍ਹ ਕੇ ਦੇਖਿਓ। ਜਦੋਂ ਮੈਂ ਏਨਸ਼ੀਅੰਟ ਹਿਸਟਰੀ ਪੜ੍ਹਾਊਂਗਾ ਮੈਡੀਵਲ ਤੋਂ ਬਾਅਦ, ਅਗਲੇ ਲੈਕਚਰ ਮੇਰੇ ਪ੍ਰੋਪਰ ਏਨਸ਼ੀਅੰਟ ਹਿਸਟਰੀ ਦੇ ਸ਼ੁਰੂ ਹੋਣਗੇ। ਏਨਸ਼ੀਅੰਟ ਹਿਸਟਰੀ ਮਤਲਬ ਅਸੀਂ ਹੜੱਪਣ ਸਿਵਿਲਾਈਜੇਸ਼ਨ ਤੋਂ ਸਟਾਰਟ ਕਰਕੇ 5ਵੀਂ ਸੈਂਚਰੀ ਤੱਕ, ਗੁਰਜਾਰਾ ਪ੍ਰਤੀਹਾਰਾਸ ਤੱਕ ਲੈ ਕੇ ਆਉਣੀ ਆ, ਉਹਨੂੰ ਮੈਂ ਕਹਿ ਰਿਹਾ ਏਨਸ਼ੀਅੰਟ ਹਿਸਟਰੀ, ਠੀਕ ਆ। ਅਤੇ ਚੰਗੀ ਤਰ੍ਹਾਂ ਚੰਗੀ ਡਿਟੇਲ 'ਚ ਆਪਾਂ ਇਸ ਏਨਸ਼ੀਅੰਟ ਹਿਸਟਰੀ ਨੂੰ ਡੈਪਥ ਤੱਕ ਲੈ ਕੇ ਜਾਵਾਂਗੇ, ਠੀਕ ਆ। ਮਤਲਬ ਕਿ ਆਪਾਂ ਉਸ ਹਿਸਟਰੀ ਬਾਰੇ ਚੰਗੀ ਤਰ੍ਹਾਂ ਸਮਝ ਰੱਖਾਂਗੇ ਕਿ ਆਖਰ ਉਹਦੇ 'ਚ ਕੀ ਪੇਪਰ 'ਚ ਆ ਸਕਦਾ ਹੈ ਅਤੇ ਕੀ ਕਹਾਣੀ ਹੈ ਏਨਸ਼ੀਅੰਟ ਹਿਸਟਰੀ ਦੀ। ਤਾਂ ਆ ਜਾਓ ਆਪਾਂ ਆਪਣੇ ਮੇਨ ਪੁਆਇੰਟ 'ਤੇ ਚੱਲਦੇ ਹਾਂ ਕਿ ਜੀ ਜਿਹੜੀ ਆਪਣੀ ਮਤਲਬ ਕਿ ਕਹਿ ਲਓ ਵਿਕਰਮ ਆਦਿੱਤਿਆ ਸ਼ਬਦ ਆ ਨਾ, ਏਨਸ਼ੀਅੰਟ ਹਿਸਟਰੀ ਦੇ ਵਿੱਚ ਨਾ ਕਈ ਰਾਜੇ ਨੇ ਜਿਹੜੇ ਆਪਣੇ ਆਪ ਨੂੰ ਅਜਿੱਤ ਡਿਕਲੇਅਰ ਕਰਾਉਣਾ ਚਾਹੁੰਦੇ ਸੀਗੇ, ਠੀਕ ਆ, ਉਹਨਾਂ ਨੇ ਆਪਣੇ ਨਾਮ ਦੇ ਨਾਲ ਵਿਕਰਮ ਆਦਿੱਤਿਆ ਸ਼ਬਦ ਵਰਤਿਆ ਹੈ, ਠੀਕ ਆ। ਜਿਵੇਂ ਇੱਕ ਚੰਦਰਗੁਪਤ ਰਾਜਾ ਹੋਇਆ, ਉਹਨੇ ਆਪਣੇ ਨਾਮ ਨਾਲ ਵਿਕਰਮ ਆਦਿੱਤਿਆ ਵਰਤਿਆ ਹੈ। ਉਸ ਤੋਂ ਬਾਅਦ ਵੀ ਕਈ ਰਾਜੇ ਆਏ ਅਤੇ ਕਈ ਗਏ। ਤੁਹਾਨੂੰ ਪਤਾ ਪੂਰੇ ਇੰਡੀਆ ਦੀ ਜੇ ਏਨਸ਼ੀਅੰਟ ਅਤੇ ਮਡੀਵਲ ਹਿਸਟਰੀ ਖੋਲ੍ਹ ਕੇ ਦੇਖ ਲਈਏ ਤਾਂ 60 ਦੇ ਅਰਾਊਂਡ, ਐਗਜੈਕਟਲੀ ਕਹਾਂ ਤਾਂ 57 ਉੱਕਾ ਫੁੱਕਾ ਲਾਵਾਂ ਤਾਂ 60 ਦੇ ਅਰਾਊਂਡ ਭਾਰਤ ਦੇ ਲੋਕਲ ਪਲੱਸ ਨੈਸ਼ਨਲ ਲੈਵਲ ਦੇ ਰਾਜੇ ਰਹੇ ਆ ਏਨਸ਼ੀਅੰਟ ਅਤੇ ਮਡੀਵਲ ਹਿਸਟਰੀ 'ਚ, ਜਿਨ੍ਹਾਂ ਨੇ ਆਪਣੇ ਨਾਮ ਦੇ ਨਾਲ ਵਿਕਰਮ ਆਦਿੱਤਿਆ ਸ਼ਬਦ ਲਾਇਆ ਹੈ, ਠੀਕ ਆ। ਵਿਕਰਮ ਆਦਿੱਤਿਆ ਸ਼ਬਦ ਲਾਉਣ ਨਾਲ ਇਹ ਕੋਈ ਇੱਕੋ ਵੰਸ਼ ਦੇ ਰਾਜੇ ਨਹੀਂ ਹੋ ਜਾਂਦੇ, ਇਹ ਗੱਲ ਯਾਦ ਰੱਖਿਓ। ਇਹ ਇੱਕ ਟੈਗ ਆ ਜਿਹੜਾ ਇੱਕ ਰਾਜਾ ਆਪਣੇ ਆਪ ਨੂੰ ਉਦੋਂ ਦਿੰਦਾ ਹੈ ਜਦੋਂ ਉਹ ਇਹ ਮੰਨਣ ਲੱਗ ਪੈਂਦਾ ਕਿ ਮੈਂ ਅਜਿੱਤ ਹਾਂ, ਮੈਨੂੰ ਜਿੱਤਿਆ ਨਹੀਂ ਜਾ ਸਕਦਾ, ਠੀਕ ਆ। ਹੇਮੂ ਆਪਣਾ ਨਾਮ ਵਿਕਰਮ ਆਦਿੱਤਿਆ ਖੁਦ ਰੱਖਦਾ ਹੈ। ਇਹ ਕੌਣ ਸੀਗਾ, ਇਹ ਮੁਹੰਮਦ ਸ਼ਾਹ ਆਦਿਲ ਜਿਹੜਾ ਕਿ ਉਸ ਟਾਈਮ ਦਾ ਬੰਗਾਲ ਦਾ ਗਵਰਨਰ ਸੀ, ਠੀਕ ਆ, ਉਹਦਾ ਕੋਈ ਸਾਥੀ ਸੀਗਾ ਜਾਂ ਕਹਿ ਲਓ ਕਿ ਉਹਦਾ ਮਤਲਬ ਕਿ ਕੋਈ ਇੱਕ ਉਹ ਵਜ਼ੀਰ ਸੀਗਾ ਉਹਦਾ, ਠੀਕ ਆ। ਤਾਂ ਉਹ ਆਪਣੀ ਸੈਨਾ ਲੈ ਕੇ ਆਉਂਦਾ ਹੈ ਅਤੇ ਮੁਗਲਾਂ ਵਾਲੇ ਪਾਸਿਓਂ ਸੈਨਾ ਕਿਹਦੇ ਅੰਡਰ ਸੀਗੀ, ਬਹਿਰੇਮ ਖਾਨ ਦੇ। ਤਾਂ ਇੱਕ ਜ਼ਬਰਦਸਤ ਲੜਾਈ ਹੁੰਦੀ ਹੈ, ਕਹਿੰਦੇ ਸ਼ੁਰੂ 'ਚ ਤਾਂ ਇਸ ਲੜਾਈ 'ਚ ਉਹ ਹਾਰ ਰਹੇ ਸੀਗੇ, ਮਤਲਬ ਅਕਬਰ ਹਾਰ ਰਿਹਾ ਸੀਗਾ ਜਾਂ ਬਹਿਰੇਮ ਖਾਨ, ਪਰ ਬਾਅਦ 'ਚ ਕਈ ਵਾਰੀ ਹੁੰਦਾ ਨਾ ਕਿ ਲੜਾਈ 'ਚ ਬੜੀ ਸਟ੍ਰੈਟੇਜਿਕ ਚੇਂਜ ਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਅਕਬਰ ਜਿਹੜਾ ਸੀ ਉਹ ਇਸ ਲੜਾਈ ਨੂੰ ਬੜੀ ਈਜ਼ਲੀ ਜਿੱਤ ਜਾਂਦਾ ਹੈ, ਠੀਕ ਆ। ਇਸ ਤੋਂ ਬਾਅਦ ਮਤਲਬ ਕਿ ਬਹਿਰੇਮ ਖਾਨ ਜਿਹੜਾ ਹੈ ਉਹ ਅਗਲੇ 5 ਸਾਲ ਜਾਂ 4 ਸਾਲ ਕਹਿ ਲਓ, 1556 ਤੋਂ ਲੈ ਕੇ 1560 ਤੱਕ, ਓਬੀਅਸ ਜੀ ਗੱਲ ਆ, ਬਹਿਰੇਮ ਖਾਨ ਦਾ ਦੇਣਾ ਅਕਬਰ ਭੁੱਲ ਹੀ ਨਹੀਂ ਸਕਦਾ ਕਦੀ, ਕਿਉਂਕਿ ਜੇ ਬਹਿਰੇਮ ਖਾਨ ਨਾ ਹੁੰਦਾ ਤਾਂ ਸ਼ਾਇਦ ਮੁਗਲ ਅੰਪਾਇਰ ਆਪਣੇ ਆਪ ਨੂੰ ਰੀਇਸਟੈਬਲਿਸ਼ ਨਾ ਕਰ ਪਾਉਂਦਾ। ਹੇਮੂ ਵਿਕਰਮ ਆਦਿੱਤਿਆ ਜਿਹੜਾ ਕਿ ਪਾਣੀਪਤ ਦੀ ਦੂਜੀ ਲੜਾਈ 'ਚ ਅਕਬਰ ਨਾਲ ਲੜਦਾ ਹੈ ਅਤੇ ਉਹਨੂੰ ਬੜੇ ਬੁਰੇ ਤਰੀਕੇ ਨਾਲ ਹਰਾ ਸਕਦਾ ਸੀਗਾ। ਬਹਿਰੇਮ ਖਾਨ ਦੀ ਸਿਆਣਪ ਹੀ ਸੀ ਜਿਹਦੇ ਕਰਕੇ ਲੜਾਈ ਨੂੰ ਇਸ ਤਰੀਕੇ ਨਾਲ ਲੜਿਆ ਗਿਆ ਕਿ ਬਚ ਗਏ ਇਹ, ਨਹੀਂ ਤਾਂ ਸੈਨਾ ਦੇ ਵਿੱਚ ਜਿੰਨਾ ਜ਼ਿਆਦਾ ਡਿਫਰੈਂਸ ਸੀ ਅਤੇ ਜਿੰਨਾ ਸੈਨਾ ਦੀ ਕਾਬਲੀਅਤ 'ਚ ਫਰਕ ਸੀਗਾ ਤਾਂ ਸ਼ਾਇਦ ਹੀ ਹੇਮੂ ਹਾਰਦਾ, ਪਰ ਹੇਮੂ ਇਹ ਲੜਾਈ ਜਿੱਤ ਗਿਆ, ਕੋਈ ਡਾਊਟ ਇਹਦੇ 'ਚ। ਇਸ ਤੋਂ ਬਾਅਦ ਅਗਲੇ 4 ਸਾਲ ਜਿਹੜੇ ਆ ਨਾ ਉਹ ਬਹਿਰੇਮ ਖਾਨ ਨੇ ਆਪਣਾ ਪੂਰਾ ਕੰਟਰੋਲ ਅਕਬਰ ਦੇ ਦਰਬਾਰ 'ਤੇ ਜਾਂ ਅਕਬਰ ਦੇ ਰਾਜ 'ਤੇ ਰੱਖਿਆ। ਇਹਦੇ ਤੋਂ ਹੌਲੀ ਹੌਲੀ ਅਕਬਰ ਵੀ ਅੱਕ ਗਿਆ, ਫਿਰ ਅਕਬਰ ਨੇ ਹੌਲੀ ਹੌਲੀ ਜਿਹੜੇ ਜਿਹੜੇ ਇਲਾਕੇ ਚੰਗੇ ਤਰੀਕੇ ਨਾਲ ਬਹਿਰੇਮ ਖਾਨ ਦੇ ਕੰਟਰੋਲ 'ਚ ਸੀ ਉਹਨਾਂ ਨੂੰ ਉਹਦੇ ਕੰਟਰੋਲ 'ਚ ਖੋ ਕੇ ਆਪਣੇ ਕੰਟਰੋਲ 'ਚ ਲੈਣਾ ਸ਼ੁਰੂ ਕੀਤਾ। ਆਲਦੋ ਤੇਰੀ ਟ੍ਰੇਨਿੰਗ ਤੇਰਾ ਸਾਰਾ ਕੁਛ ਉਹਨੇ ਕੀਤਾ ਪਰ ਮੁਗਲ ਐਂਪਰਰ ਤਾਂ ਅਕਬਰ ਆ, ਤਾਂ
अकबर की बहरीम खान नाल इन्नी क बनती सी, कुछ परसनल डिस्प्यूट भी हो सकते होणगे, ठीक है, जिहदे करके उन्हां च इशूज आए होणगे, पर मोटे तौर पर वो उहदे प्रभाव नूं ज़्यादा कंट्रोल नहीं कर सकिया। सो इस करके अकबर ने जदों एंड च बहरीम खान नूं सारे पासे ट्रैप कर लिया तो फिर उन्हूं ना एक दो ऑप्शन जरूर देतियां सी बहरीम खान नूं कि तू देख ला कि तू दरबार च ही रहना है कि तैनूं हुण मैं बाहर का कंट्रोल तो दे नहीं सकता, जे तू दरबार च कोई वजीर बन के रहना है तो वजीर बन के रह सकदा है। दूजी ऑप्शन कि तू कि भी बाहर जाना तां दस, मक्के जाना है तो मक्के चो चल जा। फिर बहरीम खान जो पता लग गया कि मेरे नाल वह गल हुई है जिहड़ी मोदी जी हुणां दे आउण तो बाद लाल कृष्ण अडवाणी हुणां नाल हुई सी, मतलब कि धक्के नाल रिटायर करते उपरले अफसर, तो वह कम होया तो फिर इन्हां नूं पता लग गया कि हुण मक्के जाण तो बिना कोई सल्यूशन नहीं हैगा। खैर जो मक्के जाण लगते हैं कहिंदे कि उस तो बाद अकबर ने अपने बंदे भेज के इनू मरवाता सी, पर यह कोई गल बनती नहीं क्योंकि जदों वह बंदा मक्के जाण नूं तैयार आ बिल्कुल ऑफिशियली रिटायर होकर बिल्कुल मक्के मदीने वाल चले जा रहा है तो फिर अकबर वालों मरवाउण की कोई लोड़ नहीं सी। बहरीम खान दे उस इलाके दुश्मनी इन्ने सीगे, मतलब कि क्योंकि अकबर नूं जिथों तक पहुँचाया सीगा उत्थों तक पहुँचाउण च उन्हें किन्नियां लड़ाइया लड़िया होणगियां। बहरीम खान ने अकबर दे अंडर थोड़ा लड़ाइया लड़िया उहदे अंडर, हमायूं दे अंडर भी। तुसीं एक गल देखो, मैं तां तुहानूं एक गल कहती कि 1555 च अचानक हमायूं आ गया तो उन्हें आके दिल्ली फतेह कर ली, पर यह प्रैक्टिकली पॉसीबल थोड़ा है। किमें 2-3-4 साल लगातार आंदा जाता रहा होगा, काबल आए पास स्टैबलिश हो गया से जाके उतों आंदा होगा, थोड़ा जहा इलाका खो के लै जाता होगा, तो किन्ने दुश्मन नेड़े तेड़े राजपुताना की बैल्ट च, गुजरात की बैल्ट च, पंजाब की बैल्ट च हमायूं ने बनाए होणगे। तो हमायूं के दुश्मनों का मतलब कि दुश्मन हो गए भला बहरीम खान के, तो किसी न किसी दुश्मन द्वारा वो मौत है तो नैचुरल गल है, कोई सीन है ही नहीं। सो इस तरीके सारा कुछ होया। बहरीम खान की वाइफ वो अकबर उन्हूं आगरे ले आउंदा है ते उहदे नाल मैरिज करवाउंदा है ते उहदे मुंडे नूं बाद च अपने दरबारियां दे विच जिहड़े उहदे 7 रतन सी कि 9 रतन उन्हां 9 रतनां चों इक रतन बनाउंदा है इहदे मुंडे नूं, ठीक आ। सो अब्दुल रहीम खान खाना, ठीक आ। इहदे बारे मैं जे तुसीं मेरे कोलों ओह पढ़िया ना मुगल अंपायर की स्टार्टिंग पढ़ी आ ते मैं तुहानूं दस देना चाहुंदा कि आपां बाबर पढ़ी आ, बाबर बारे पढ़िया ना, 4 साली भारत का राजा रहा। जे कोई मैनूं पुछे बाबर ते अकबर च कोई सिमिलैरिटी है डिफरेंस हैगा, बाबर पहला राजा सी, ये तीसरा राजा है। दोवां दी भारत च शुरुआत पानीपत की लड़ाई तो हुई है, ये दूजी गल कॉमन, ठीक है। तीसरी अनकॉमन गल इन्हां दोवां च की है, सब तो वड्डी अनकॉमन, बाबर बहुत ज़्यादा पढ़िया लिखिया सी ते अकबर अनपढ़ सी, आ सब तो वड्डा फर्क आ। बाबर ने बहुत कुछ अपने कंट्रोल च रखिया, अकबर जिहड़ा सीगा उहदा कल्ला दिमाग चलिया, उहने जिहड़ा काम जिन्नू सैट पैंदा सी उत्तों करवाया, जिहड़ा चंगा इंटलैक्चुअल सीगा उहदे कोलों किताबां लिखवाइयां, जिहड़ा चंगा रेवेन्यू की समझ रखने वाला सी उहनूं रेवेन्यू का कंट्रोल दिता, जिहड़ा बंदा चंगा म्यूजिक बजा सकता सीगा उहनूं चंगा म्यूजिक का काम दिता, ठीक आ। चाहे वह मतलब कि आप तानसेन बारे पढ़ते हैं, ठीक आ, तो मतलब कि उन्हें लोगों को काम आउटसोर्स किए हैं, तो बाबर जिहड़ा सीगा उहने लोगों को काम आउटसोर्स नहीं किए, बस आ फर्क सी इन्हां दोवां च। पर बाबर बहुत इंटलैक्चुअल सी, बाबर ने झटकई टर्की भाषा च जिहड़ी उहदी लैंग्वेज अपनी लोकल लैंग्वेज सीगी उहदे च उहने किहड़ी किताब लिखी सीगी, तुझके बाबरी जां बाबरनामा, पता अकबर दे वेले फिर वह किताब जिहड़ी आ झटकई टर्की भाषा तो फारसी भाषा च कन्वर्ट हुई है। किहड़ी भाषा च? फारसी भाषा च उहनूं तब्दील किया गया, कन्वर्ट किया गया। फारसी भाषा मतलब परशियन, आ जिहड़ी आपां उर्दू पढ़ते हाँ ना, ये फारसी आ, ठीक है। तो ये फारसी जो निकली हुई भाषा है, अरेबिक ते फारसी का मिश्रण आ, तो मोटे तौर पर यह फारसी जो निकली हुई भाषा है सारी, ये जिहड़ी परशियन भाषा दे विच उस तुझके बाबरी जां बाबर दी किताब बाबरनामा दा तर्जमा होया है, ये बाबर दे वेले थोड़ा होया है, ये अकबर दे वेले होया है। ते ओ करन वाला इंटलैक्चुअल शख्स कौन सीगा? अब्दुल रहीम खान खाना, मतलब बहरीन खान का मुंडा। सो ये इन्ने उच्चे पद्धर का बंदा सीगा कि इन्हें झटकई टर्की च लिखिया होया बाबरनामा किहदे च ट्रांसलेट किया है? परशियन भाषा। सो ये बारे दसना जरूरी है, ठीक है। तो मैं तुहानूं बस ये दसदा कि जदों बहरीम खान ने 4 सालों एक बार बगावत करने की कोशिश की सी ना अकबर के खिलाफ, जो अकबर ने अखमा अखा कड़िया सी, तो उन्होंने समय च ना कई छोटे मोटे राजे जिहड़े सीगे वह भी बगावत कर गए सी। सो अकबर ने उन्हां चों कईआं नूं सप्रैस किया सीगा, ठीक है। हुण ना अगले जिहड़ा आ अगे आऊगा अपने कोल, ठीक है, आ सारा अगला कंसैप्ट है जिहड़ा इहदे च की आऊगा कि अकबर ने किहड़े किहड़े राजे नूं सप्रैस किया, किहड़े राजे नूं हराया, उन्हें बंदेलखंड किवें फतेह किया, गुजरात किवें फतेह किया, राजपुताना किवें
ਕਿਵੇਂ ਫਤਿਹ ਕੀਤਾ ਤੇ ਭਾਰਤ ਦਾ ਆਹ ਇਲਾਕਾ ਆ ਜਿੱਧਰੋਂ ਉਹਦੇ ਪਿਤਾ ਹੋਣੀ ਆਏ ਸੀਗੇ ਆ ਉਜ਼ਬੇਕਿਸਤਾਨ ਵਾਲੇ ਪਾਸਿਓਂ ਜਾਂ ਆਪਣਾ ਅਫਗਾਨਿਸਤਾਨ ਵਾਲੇ ਪਾਸਿਓਂ ਉਸ ਇਲਾਕੇ ਤੇ ਇਹਦਾ ਕੰਟਰੋਲ ਕਿਵੇਂ ਰਿਹਾ ਠੀਕ ਆ ਇਹਦੇ 'ਚ ਬਹੁਤ ਜ਼ਿਆਦਾ ਡਿਟੇਲ 'ਚ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ ਗੀ ਠੀਕ ਆ ਨੋਟਸ ਬਣੇ ਹੋਏ ਆ ਜ਼ਰੂਰ ਇੱਕ ਵਾਰੀ ਜੇ ਕੋਈ ਨਾਮ ਪੜ੍ਹਨਾ ਹੋਊਗਾ ਤਾਂ ਪੜ੍ਹ ਸਕਦੇ ਹੋ ਜਿਹੜੀ ਗੱਲ ਇਹਦੇ 'ਚੋਂ ਬਹੁਤ ਇੰਪੋਰਟੈਂਟ ਆ ਉਹ ਜ਼ਰੂਰ ਮੈਂ ਦੱਸੂੰਗਾ ਪਰ ਹਰ ਲੜਾਈ ਨੂੰ ਇੰਨਾ ਇੰਪੋਰਟੈਂਟ ਤਰੀਕੇ ਨਾਲ ਅੱਛਾ ਕਿ ਫਲਾਣੀ ਲੜਾਈ ਲੜਨ ਇਹਦੇ ਨਾਲ ਆ ਇਹਦਾ ਸ਼ਖਸ ਆ ਗਿਆ ਉੱਥੇ ਜਾ ਕੇ ਉਹਨੂੰ ਐਂ ਹਰਾਇਆ ਕਿਸੇ ਲੜਾਈ ਦੀ ਇੰਨੀ ਇੰਪੋਰਟੈਂਸ ਨਹੀਂ ਹੈਗੀ ਜੇ ਵਿੱਚੋਂ ਕੁਛ ਇੰਪੋਰਟੈਂਟ ਹੈਗਾ ਹੈ ਤਾਂ ਉਹ ਜ਼ਰੂਰ ਮੈਂ ਡਿਸਕਸ ਕਰੂੰਗਾ ਅੱਗੇ ਜਾ ਕੇ ਜਦੋਂ ਆਪਾਂ ਅਕਬਰ 'ਤੇ ਪਹੁੰਚਾਂਗੇ ਫਿਰ ਅਕਬਰ ਦਾ ਉਹੀ ਸਾਰਾ ਸਿਸਟਮ ਅਕਬਰ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹਨੂੰ ਆਪਾਂ ਚਾਹ ਕੇ ਵੀ ਇਗਨੋਰ ਨਹੀਂ ਕਰ ਸਕਦੇ ਤੁਹਾਨੂੰ ਸਮਝ ਆ ਗਈ ਕਿ ਅਸੀਂ ਮੈਡੀਵਲ ਹਿਸਟਰੀ ਦਾ ਜਦੋਂ ਮੁਗਲਸ ਪੜ੍ਹ ਰਹੇ ਹਾਂ ਕਿਹੜੀ ਚੀਜ਼ ਨੂੰ ਸਾਨੂੰ ਵੱਧ ਤਰਜੀਹ ਦੇਣੀ ਚਾਹੀਦੀ ਆ ਅਸੀਂ ਰਾਜੇ ਰਾਣੀਆਂ ਦੀਆਂ ਕਹਾਣੀਆਂ ਨੂੰ ਨਹੀਂ ਇਹਨਾਂ ਦੇ ਐਡਮਿਨਿਸਟ੍ਰੇਸ਼ਨ ਨੂੰ ਇਸ ਚੀਜ਼ 'ਤੇ ਜ਼ਿਆਦਾ ਇੰਪੋਰਟੈਂਸ ਆ ਸਾਡੀ ਉਹਦੇ 'ਤੇ ਸਾਡਾ ਵੱਧ ਜ਼ੋਰ ਲੱਗੂਗਾ ਕਿ ਇਹਨੇ ਇੱਕ ਸਿਸਟਮ ਸ਼ੁਰੂ ਕੀਤਾ ਜੀ ਮਨਸਬਦਾਰੀ ਸਿਸਟਮ ਮਨਸਬਦਾਰ ਕੌਣ ਹੁੰਦਾ ਹੈ ਜਾਤ ਕੀ ਆ ਸਵਾਰ ਕੀ ਆ ਉਹ ਤਾਂ ਕੰਮ ਹੈਗਾ ਘੈਂਟ ਔਰ ਰਾਜੇ ਰਾਣੀਆਂ ਦੀਆਂ ਲੜਾਈਆਂ 'ਚ ਕਿਹਨੂੰ ਫਤਿਹ ਕੀਤਾ ਕੀ ਕਹਾਣੀ ਆ ਜੀ ਇਹ ਜ਼ਿਆਦਾ ਚੱਕਰਾਂ 'ਚ ਪੈਣ ਦੀ ਲੋੜ ਹੀ ਨਹੀਂ ਬਸ ਮੈਂ ਇੱਕ ਗੱਲ ਦੱਸਦਾ ਇਹਨੂੰ ਸਭ ਤੋਂ ਵੱਧ ਖਤਰਾ ਪਤਾ ਕਿੱਧਰੋਂ ਸੀ ਇਹ ਸਟੋਰੀ ਦੇ ਰੂਪ 'ਚ ਸੁਣਿਓ ਬਸ ਇੱਕ ਦਾ ਨਾਮ ਇੰਪੋਰਟੈਂਟ ਹੋਊਗਾ ਉਹਨੂੰ ਜ਼ਰੂਰ ਯਾਦ ਕਰ ਲਿਓ ਸਭ ਤੋਂ ਵੱਧ ਖਤਰਾ ਸੀ ਇਹਨੂੰ ਉਸ ਇਲਾਕੇ 'ਚੋਂ ਆਪਾਂ ਕੀ ਇੰਡੀਆ ਦਾ ਉੱਪਰਲਾ ਇਲਾਕਾ ਜਿੱਥੋਂ ਇਹ ਖੁਦ ਆਏ ਸੀ ਉੱਧਰਲੇ ਇਲਾਕੇ 'ਚ ਆਉਣ ਵਾਲੇ ਉਜ਼ਬੇਕ ਜਿਹੜੇ ਕਿ ਭਾਰਤ ਦੇ ਬਾਰਡਰ 'ਤੇ ਆ ਕੇ ਸੈੱਟ ਹੋ ਚੁੱਕੇ ਸੀਗੇ ਠੀਕ ਆ ਇਹ ਇਸੇ ਹੀ ਸਮਰਕੰਦ ਦੇ ਇਲਾਕੇ 'ਚੋਂ ਆਏ ਸੀ ਉਜ਼ਬੇਕਿਸਤਾਨ ਦੇ ਤਾਂ ਉਹਨਾਂ ਤੋਂ ਇਹ ਸੀਗਾ ਕਿ ਜੇ ਉਹ ਇੱਧਰ ਨੂੰ ਇੰਡੀਆ ਵੱਲ ਨੂੰ ਆ ਗਏ ਨਾ ਤਾਂ ਉਹਨਾਂ ਦੇ ਨਾਲ ਸਾਡਾ ਪੰਗਾ ਬਹੁਤ ਖਤਰਨਾਕ ਪਊਗਾ ਉਹਦੀ ਵਜ੍ਹਾ ਕੀ ਆ ਤੁਸੀਂ ਇੱਕ ਗੱਲ ਦੇਖੋ ਭਾਰਤ ਦੇ ਵਿੱਚ ਜਿੱਥੇ ਤੁਸੀਂ ਇਸ ਟਾਈਮ ਦਿੱਲੀ 'ਚ ਰਾਜ ਕਰ ਰਹੇ ਹੋ ਤੁਸੀਂ ਖੁਦ ਉਸੇ ਇਲਾਕੇ ਦੇ ਹੋ ਠੀਕ ਆ 40 ਸਾਲ 50 ਸਾਲ ਪਹਿਲਾਂ ਤੁਹਾਡੇ ਬਜ਼ੁਰਗ ਉਸੇ ਇਲਾਕੇ 'ਚੋਂ ਆਏ ਆ ਉਹਨਾਂ ਦੇ ਕਈ ਕਈ ਇਹੋ ਜਿਹੇ ਤੁਹਾਡੇ ਦਿੱਲੀ 'ਚ ਤੁਹਾਡੇ ਦਿੱਲੀ ਦੇ ਦਰਬਾਰ 'ਚ ਇਹੋ ਜਿਹੇ ਕਈ ਨੋਬਲਸ ਨੇ ਜਿਨ੍ਹਾਂ ਦੇ ਰਿਸ਼ਤੇ ਉਹਨਾਂ ਦੇ ਨਾਲ ਹੈਗੇ ਆ ਅੱਜ ਵੀ ਉਹਨਾਂ ਦੇ ਨਾਲ ਤੁਹਾਡੇ ਲਿੰਕ ਆ ਅਤੇ ਜੇ ਉਹ ਤੁਹਾਡੇ 'ਤੇ ਹਮਲਾ ਕਰਨ ਆਉਂਦੇ ਆ ਤਾਂ ਤੁਹਾਡੇ ਹੀ ਕਈ ਰਿਸ਼ਤੇਦਾਰ ਉਹਨਾਂ ਦੇ ਨਾਲ ਜੁੜਨ ਦੀ ਪੂਰੀ ਸੰਭਾਵਨਾ ਹੈ ਹਜੇ ਸਾਊਥ ਇੰਡੀਆ 'ਚੋਂ ਕੋਈ ਹੋਰ ਹਮਲਾਵਰ ਆ ਜਾਏ ਤਾਂ ਸ਼ਾਇਦ ਤੁਹਾਡੇ ਦਰਬਾਰੀ ਬਗਾਵਤੀ ਨਾ ਹੋਣ ਪਰ ਜੇ ਉਜ਼ਬੇਕ ਵਾਲੇ ਪਾਸਿਓਂ ਕੋਈ ਬੰਦਾ ਤੁਹਾਡੇ 'ਤੇ ਹਮਲਾ ਕਰਨ ਆ ਜਾਏ ਤੁਹਾਡੇ ਦਰਬਾਰੀ ਬਗਾਵਤੀ ਨਾ ਹੋਣੇ ਹੋ ਹੀ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਵੀ ਲਿੰਕ ਤੁਹਾਡੇ ਬਜ਼ੁਰਗਾਂ ਨਾਲ ਹੈਗਾ ਹੈ ਅਤੇ ਹਜੇ ਇਹ ਵੀ ਨਹੀਂ ਗਾ ਕਿ ਤੁਹਾਨੂੰ ਤਾਂ ਇੱਥੇ ਆਇਆਂ ਨੂੰ ਜੀ 1000 ਸਾਲ ਹੋ ਗਏ ਆ ਹੁਣ ਤਾਂ ਤੁਹਾਡੀ ਜਿਹੜੀ ਉਹਨਾਂ ਦੀ ਜੇ ਉਹਨਾਂ ਦੇ ਤੁਹਾਡੇ ਦਰਬਾਰੀ ਵੀ ਤੁਹਾਡੇ ਨਾਲ ਉੱਥੋਂ ਹੀ ਆਏ ਆ ਉਹਨਾਂ ਨੂੰ ਆਇਆਂ ਨੂੰ 1000 ਸਾਲ ਹੋ ਗਏ ਆ 1000 ਸਾਲਾਂ 'ਚ ਤਾਂ ਲਿੰਕ ਵੈਸੇ ਹੀ ਟੁੱਟ ਜਾਂਦੇ ਆ ਪਰ 20-30 ਸਾਲਾਂ 'ਚ ਲਿੰਕ ਉਸ ਤਰੀਕੇ ਨਾਲ ਟੁੱਟ ਜਾਣ ਇਹ ਤਾਂ ਹੋ ਹੀ ਨਹੀਂ ਸਕਦਾ ਮੇਰੀ ਗੱਲ ਸਮਝ ਗਏ ਨਾ ਸੋ ਇਹ ਕਨਸੈਪਟ ਆ ਕਿ ਉਜ਼ਬੇਕਸ ਦੇ ਵਿੱਚੋਂ ਇੱਕ ਸ਼ਖਸ ਸੀਗਾ ਮਿਰਜ਼ਾ ਹਾਕਿਮ ਜਿਹੜਾ ਕਿ ਗਵਰਨਰ ਸੀ ਕਾਬਲ ਦਾ ਮਿਰਜ਼ਾ ਹਾਕਿਮ ਅਤੇ ਇਹ ਦੇਖੋ ਤੁਸੀਂ ਆਪ ਹਿਸਾਬ ਲਾ ਕੇ ਦੇਖੋ ਕਿ ਇਹ ਇਹਦਾ ਹੀ ਦੂਜੇ ਬਾਬਿਓਂ ਭਰਾ ਹੀ ਸੀਗਾ ਮਤਲਬ ਬਾਬਰ ਦੇ ਭਰਾ ਦੇ ਖਾਨਦਾਨ 'ਚੋਂ ਹੋਊਗਾ ਕੋਈ ਤਾਂ ਕਿੱਡੀ ਕੁ ਗੱਲ ਆ ਇਹ ਸੀਗਾ ਅਕਬਰ ਸੀਗਾ ਕੌਣ ਬਾਬਰ ਦਾ ਪੋਤਾ ਹੀ ਤਾਂ ਸੀਗਾ ਹਜੇ ਯਾਰ ਦੂਜੀ ਤਾਂ ਪੀੜ੍ਹੀ ਚੱਲ ਰਹੀ ਆ ਇਹਨਾਂ ਦੀ ਪੀੜ੍ਹੀ 'ਚੋਂ ਇੱਕ ਹਿੱਸਾ ਜਿਹੜਾ ਹੈ ਉਹ ਕੀ ਕਾਬਲ ਵਾਲੇ ਪਾਸੇ ਰਾਜ ਨਹੀਂ ਕਰ ਰਿਹਾ ਹੋਊਗਾ ਜਿੱਥੇ ਇਹਨਾਂ ਦਾ ਓਰੀਜਨਲ ਸੀਗਾ ਨਾਲੇ ਜ਼ਰੂਰੀ ਥੋੜ੍ਹਾ ਹੈ ਕਿ ਇਹ ਬਾਬਰ ਦਾ ਹੀ ਮੁੰਡਾ ਬਾਬਰ ਦੇ ਰਿਸ਼ਤੇਦਾਰ 'ਚ ਹੀ ਹੋਵੇ ਮਿਰਜ਼ਾ ਹਾਕਿਮ ਹਮਾਯੂ 'ਚ ਵੀ ਹੋ ਸਕਦਾ ਹੈ ਹਮਾਯੂ ਵੀ ਇੰਡੀਆ ਆਉਣ ਤੋਂ ਪਹਿਲਾਂ 14 ਸਾਲ ਕਿੱਥੇ ਰਹਿ ਕੇ ਆਇਆ ਕਾਬਲ ਸੋ ਉਹਦਾ ਵੀ ਇੱਕ ਉੱਥੇ ਪਰਿਵਾਰ ਹੋ ਸਕਦਾ ਕੁੱਲ ਮਿਲਾ ਕੇ ਉੱਥੇ ਹਮਾਯੂ ਦੀਆਂ ਤਾਂ ਰਿਸ਼ਤੇਦਾਰੀਆਂ ਉੱਥੇ ਕਿਉਂ ਹੋਣਗੀਆਂ ਕਿਉਂਕਿ ਹਮਾਯੂ 15-12-13 ਸਾਲ ਉੱਥੇ ਤਾਂ ਰਹਿ ਕੇ ਆਇਆ ਫਿਰ ਇੰਡੀਆ ਆਉਣ ਤੋਂ ਪਹਿਲਾਂ ਸੋ ਕਹਿਣ ਦਾ ਮਤਲਬ ਆ ਮਿਰਜ਼ਾ ਹਾਕਿਮ ਜਿਹੜਾ ਸੀਗਾ ਠੀਕ ਆ ਉਹਨੂੰ ਉਜ਼ਬੇਕਸ ਨੇ ਆਪਣਾ ਲੀਡਰ ਡਿਕਲੇਅਰ ਕਰਤਾ ਅਤੇ ਨਾ ਉਹਦੇ ਮਗਰ ਜਿਹੜੇ ਤਮੂਰ ਦੇ ਰਿਸ਼ਤੇਦਾਰ ਤਮੂਰ ਖਾਨਦਾਨ ਦੇ ਲੋਕ ਕਿਉਂਕਿ ਬਾਬਰ ਵੀ ਤਾਂ ਤਮੂਰ ਖਾਨਦਾਨ ਦਾ ਹੀ ਸੀਗਾ ਸੋ ਇਹਦੇ ਕਈ ਲੋਕ ਉਹਦੇ ਮਗਰ ਲੱਗੇ ਸੀਗੇ ਅਤੇ ਇੱਕ ਗੱਲ ਯਾਦ ਰੱਖਿਓ ਇਹਨਾਂ ਦੀ ਅਕਬਰ ਨਾਲ ਬਣਦੀ ਨਹੀਂ ਸੀ ਉਹਦੇ ਪਿੱਛੇ ਦੋ ਕਾਰਨ ਨੇ ਭਰਾ ਜੈਲਸ ਕਰਦਾ ਹੈ ਕਿ ਸਾਡਾ ਦੂਜੇ ਬਾਬਿਓਂ ਜਿਹੜਾ ਭਰਾ ਹੈ ਦੂਜੇ ਦਾਦੇ ਦੇ ਫੈਮਿਲੀ 'ਚ ਜਿਹੜਾ ਭਰਾ ਹੈ ਸਾਡਾ ਉਹ ਤਾਂ ਇੰਡੀਆ ਜਾ ਕੇ ਐਮਪਰਰ ਬਣ ਗਏ ਅਸੀਂ ਕਾਬਲ ਰਹਿ ਗਏ ਅਸੀਂ ਉਨੀ ਕੀ ਤਰੱਕੀ ਕੀਤੀ ਹੈ ਖੁੰਦਕ ਤਾਂ ਇਹ ਸੀ ਅਤੇ ਲੋਕਾਂ ਨੂੰ ਭੜਕਾਉਣ ਵਾਸਤੇ ਕੀ ਕਿਹਾ ਗਿਆ ਹੋਊਗਾ ਲੋਕਾਂ ਨੂੰ ਭੜਕਾਉਣ ਵਾਸਤੇ ਕਿਹਾ ਕਿ ਇਹ ਦਿੱਲੀ ਦੇ ਰਾਜ 'ਚ ਐਵੇਂ ਨਹੀਂ ਕੀਤੇ ਆ ਸਾਡਾ ਜਿਹੜਾ ਚਾਚਾ ਹਮਾਯੂ ਠੀਕ ਆ ਇਹ ਐਵੇਂ ਜਾ ਕੇ ਉੱਥੇ ਰਾਜਾ ਨਹੀਂ ਬਣ ਗਿਆ ਅਸਲ 'ਚ ਇਰਾਨ ਦੇ ਰਾਜੇ ਕੋਲ ਜਾ ਕੇ ਮਦਦ ਲੈ ਕੇ ਆਇਆ ਅਤੇ ਇਹਨੇ ਤਾਂ ਆਪਣਾ ਧਰਮ ਹੀ ਛੱਡਤਾ ਇਹ ਤਾਂ ਸੁੰਨੀ ਛੱਡ ਕੇ ਸ਼ੀਆ ਹੋ ਗਿਆ ਸੋ ਤੈਮੂਰ ਦੇ ਜਿਹੜੇ ਉਹ ਤੈਮੂਰਾਈਟਸ ਸੀਗੇ ਜਿਹੜੇ ਉਸ ਇਲਾਕੇ ਦੇ ਲੋਕ ਸੀ ਉਹਨਾਂ ਨੂੰ ਅਕਬਰ ਦੇ ਖਿਲਾਫ ਇਹ ਕਹਿ ਕੇ ਭੜਕਾਇਆ ਗਿਆ ਕਿ ਇਹਨਾਂ 'ਚ ਤਾਂ ਗੈਰਤ ਹੈ ਨਹੀਂ ਇਹ ਤਾਂ ਸੁੰਨੀਵਾਦ ਛੱਡ ਕੇ ਕੀ ਬਣ ਗਏ ਆ ਭਲਾ ਸ਼ੀਆਜ਼ ਬਣ ਗਏ ਆ ਸੋ ਇਹਦੇ ਕਰਕੇ ਜੇ ਕੋਈ ਮੈਨੂੰ ਕਵੇ ਨਾ ਕਿ ਅਕਬਰ ਦੇ ਵਾਸਤੇ ਸਭ ਤੋਂ ਵੱਡਾ ਖਤਰਾ
ਗੁਜਰਾਤ ਦਾ ਰਾਜਾ, ਰਾਜਪੂਤਾਨਾਜ਼, ਬੁੰਦੇਲਖੰਡ, ਬੰਗਾਲ ਅਤੇ ਸਾਊਥ ਇੰਡੀਆ ਕਦੇ ਵੀ ਨਹੀਂ ਰਹੇ। ਉਹਦੇ ਲਈ ਸਭ ਤੋਂ ਵੱਡਾ ਖਤਰਾ ਪਤਾ ਕੀ ਸੀਗਾ? ਉਹਦੇ ਵਾਸਤੇ ਸਭ ਤੋਂ ਵੱਡਾ ਖਤਰਾ ਸੀ ਉੱਪਰਲੇ ਪਾਸੇ ਵਾਲੇ ਇਹ ਲੋਕ। ਠੀਕ ਆ, ਮਤਲਬ ਉਹਦੇ ਵਾਸਤੇ ਸਭ ਤੋਂ ਮੇਨ ਪੁਆਇੰਟ ਇਹ ਸੀਗਾ ਕਿ ਕਿਤੇ ਇਹ ਲੋਕ ਜਿਹੜੇ ਆ ਨਾ, ਉਹਦੇ ਆਪਣੀ ਪਰਿਵਾਰ 'ਚੋਂ ਜਿਹੜੇ ਦੂਜੇ ਬਾਬੇ ਉਹ ਦਾਦੇ ਪੜਦਾਦੇ ਦੇ ਖਾਨਦਾਨ 'ਚੋਂ ਨਿਕਲ ਕੇ ਆਏ ਆ, ਕਿਤੇ ਉਹ ਨਾ ਇੰਡੀਆ ਵੱਲ ਆ ਜਾਣ, ਉਸ ਬੇਕਸ ਨਾ ਆ ਜਾਣ, ਉਹਨਾਂ ਦਾ ਖਤਰਾ ਮੈਨੂੰ ਸਭ ਤੋਂ ਵੱਧ ਆ। ਸੋ ਆਹ ਕਹਾਣੀ ਸਮਝ ਆ ਗਈ। ਸੋ ਉਹਦੇ 'ਤੇ ਇੱਕ ਉਹ ਸੀਗਾ, ਠੀਕ ਆ। ਉਸ ਤੋਂ ਬਾਅਦ ਹੁਣ ਗੱਲ ਕਰਦੇ ਹਾਂ ਕਿ ਉਹ ਖਤਰਾ ਉਦੋਂ ਤੱਕ ਮਡਰਾਉਂਦਾ ਰਿਹਾ ਜਦੋਂ ਤੱਕ ਮਿਰਜ਼ਾ ਮਾਰਿਆ ਨਹੀਂ ਗਿਆ। ਠੀਕ ਆ, ਜਦੋਂ ਕੀ ਨਾਮ ਮੈਨੂੰ ਨਾ ਭੁੱਲ ਗਿਆ, ਤਾਂ ਪੂਰਾ ਨਾਮ ਸੀ ਮਿਰਜ਼ਾ ਹਾਕਿਮ। ਠੀਕ ਆ, ਜਦੋਂ ਤੱਕ ਮਿਰਜ਼ਾ ਹਾਕਿਮ ਮਾਰਿਆ ਨਹੀਂ ਗਿਆ, ਉਹਦੀ ਨੈਚੁਰਲ ਡੈਥ ਹੁੰਦੀ ਆ। ਫਿਰ ਉਸ ਤੋਂ ਬਾਅਦ ਇਹਨੂੰ ਸੁੱਖ ਦਾ ਸਾਹ ਆਉਂਦਾ ਹੈ ਕਿ ਸ਼ਾਇਦ ਹੁਣ ਕੋਈ ਉੱਧਰਲੇ ਪਾਸਿਓਂ ਉਹਨਾਂ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਇੱਥੋਂ ਤੱਕ ਲੈ ਕੇ ਆਉਣ ਵਾਲਾ ਕੋਈ ਹੈ ਨਹੀਂ, ਤਾਂ ਮਿਰਜ਼ਾ ਹਾਕਿਮ ਦੇ ਮਰਨ ਤੱਕ ਇਹਨੂੰ ਵੇਟ ਰਹੂਗੀ। ਆ ਸਟੋਰੀ ਸਮਝ ਆ ਗਈ ਨਾ? ਤਾਂ ਇਹ ਹਮੇਸ਼ਾ ਇਹਨੂੰ ਖਤਰਾ ਪਤਾ ਕਿਹੜੇ ਪਾਸਿਓਂ ਮੰਡਰਾਉਂਦਾ ਰਿਹਾ? ਭਾਰਤ ਦੇ ਇਸ ਪਾਸਿਓਂ। ਤੁਹਾਨੂੰ ਪਤਾ ਹੈ ਕਿ ਭਾਰਤ ਦਾ ਇਹ ਪਾਸਾ ਕਿਹੜਾ ਸੀਗਾ? ਉੱਤਰ ਪੱਛਮ, ਨੌਰਥ ਵੈਸਟ ਫਰੰਟ। ਫਰੰਟ ਦਾ ਮਤਲਬ ਹੁੰਦਾ ਕੋਈ ਬਾਰਡਰ। ਇੱਧਰ ਕਿਹੜਾ ਬਾਰਡਰ ਸੀ? ਉਜ਼ਬੇਕਿਸਤਾਨ ਅਤੇ ਅਫਗਾਨਿਸਤਾਨ ਵਾਲਾ ਬਾਰਡਰ। ਤਾਂ ਇਹਨੂੰ ਹਮੇਸ਼ਾ ਕਾਬਲ ਦੇ ਬਾਰਡਰ ਤੋਂ ਖਤਰਾ ਸੀਗਾ ਉੱਤਰ ਪੱਛਮੀ ਫਰੰਟ ਤੋਂ। ਇਹਨੂੰ ਕਹਿੰਦੇ ਆ ਨੌਰਥ ਵੈਸਟ ਫਰੰਟ। ਇਸ ਇਲਾਕੇ ਤੋਂ ਹਮੇਸ਼ਾ ਹੀ ਖਤਰਾ ਰਿਹਾ, ਔਰ ਲਾਰਡ ਕਰਜਨ ਵੀ ਮਤਲਬ ਕਿ ਇਸੇ ਇਲਾਕੇ ਕਰਕੇ ਖਪਦਾ ਰਿਹਾ ਸੀਗਾ। ਸੋ ਆਹ ਕਹਾਣੀ ਸਮਝ ਆ ਗਈ। ਤਾਂ ਇਹ ਤਾਂ ਇੰਡੀਆ ਦਾ ਹਮੇਸ਼ਾ ਹੀ ਸੈਂਸਿਟਿਵ ਏਰੀਆ ਰਿਹਾ ਹੈ। ਇਸੇ 'ਤੇ ਹੀ ਤਾਂ ਸਾਰਾਗੜੀ ਦੀ ਲੜਾਈ ਲੜੀ ਗਈ ਹੈ, ਜਿਹੜੀ ਬਾਅਦ 'ਚ ਸਿੱਖ ਇਤਿਹਾਸ 'ਚ ਬਹੁਤ ਮਸ਼ਹੂਰ ਹੋਈ ਹੈ। ਆ ਜਾਓ, ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਨੇ ਹਮਾਇੂ ਨੇ ਅਕਬਰ ਨੇ 1560 ਤੋਂ ਬਾਅਦ ਫਿਰ ਪੂਰਾ ਮਾਹੌਲ ਬਣਾਇਆ। 1556 ਤੋਂ ਲੈ ਕੇ 60 ਤੱਕ ਤਾਂ ਇਹ ਬੰਦਾ ਰਿਹਾ ਬਿਜ਼ੀ। 1556 ਤੋਂ ਲੈ ਕੇ 1560 ਤੱਕ ਤਾਂ ਇਹ ਬੰਦਾ ਬਿਜ਼ੀ ਰਿਹਾ। ਬਿਜ਼ੀ ਰਹਿਣ ਦਾ ਕਾਰਨ ਕੀ ਸੀਗਾ? ਬਹਿਰੇਮ ਖਾਨ 'ਚ ਉਲਝਦਾ ਰਿਹਾ, ਆਪਣੀਆਂ ਸੈਟਲਮੈਂਟਸ ਕਰਦਾ ਰਿਹਾ। ਠੀਕ ਆ, ਫਿਰ ਇਹਨੇ ਕੀ ਕੀਤਾ? 1560 ਤੋਂ ਲੈ ਕੇ ਜਦੋਂ ਤੱਕ ਇਹ ਮਰਿਆ ਨਹੀਂ, 1604 ਤੱਕ ਇਹਨੇ ਫਿਰ ਪੂਰੇ ਵਧੀਆ ਤਰੀਕੇ ਨਾਲ ਆਪਣੇ ਰਾਜ ਨੂੰ ਐਕਸਪੈਂਡ ਕੀਤਾ ਸਾਊਥ ਇੰਡੀਆ ਤੱਕ। ਜਦੋਂ ਇਹ ਸਾਊਥ ਇੰਡੀਆ ਤੱਕ ਐਕਸਪੈਂਡ ਕਰ ਰਿਹਾ ਸੀਗਾ, ਤਾਂ ਸਾਊਥ ਇੰਡੀਆ 'ਚ ਇੱਕ ਦਿੱਕਤ ਆ ਗਈ ਬੜੀ ਖਾਸ। ਮੱਧ ਪ੍ਰਦੇਸ਼ ਤੋਂ ਥੱਲੇ ਮਹਾਰਾਸ਼ਟਰ ਦੀ ਬੈਲਟ 'ਚ ਇੱਥੇ ਇੱਕ ਨਵੇਂ ਵੰਸ਼ ਦੀ ਸ਼ੁਰੂਆਤ ਹੋ ਚੁੱਕੀ ਸੀਗੀ, ਜਿਹਦੇ ਬਾਰੇ ਕਿ ਹਜੇ ਤੱਕ ਮੈਂ ਜ਼ਿਕਰ ਤੱਕ ਨਹੀਂ ਕੀਤਾ ਤੁਹਾਡੇ ਨਾਲ। ਠੀਕ ਆ, ਇਸ ਇਲਾਕੇ 'ਚ ਇੱਕ ਵੰਸ਼ ਪਤਾ ਕਦੋਂ ਦਾ ਬਣ ਚੁੱਕਿਆ ਸੀਗਾ? ਜਦੋਂ ਦਿੱਲੀ 'ਚ ਉੱਪਰਲੇ ਪਾਸੇ ਤੁਗਲਕਸ ਦਾ ਰਾਜ ਸੀਗਾ। ਕਿਹਦਾ ਰਾਜ ਸੀਗਾ? ਤੁਗਲਕਸ ਦਾ। ਅਤੇ ਤੁਗਲਕਸ ਦੇ ਵਿੱਚੋਂ ਵੀ ਮੁਹੰਮਦ ਬਿਨ ਤੁਗਲਕ ਦਾ, ਇਹਨੂੰ ਕਿਹਾ ਜਾਂਦਾ ਸੀ ਬਾਹਮਣੀ ਵੰਸ਼। ਕਿਹੜਾ? ਬਾਹਮਣੀ ਡਾਇਨੈਸਟੀ, ਬਾਹਮਣੀ ਵੰਸ਼। ਬਸ ਬਾਹਮਣੀ ਡਾਇਨੈਸਟੀ। ਬਾਹਮਣੀ ਵੰਸ਼ ਕੀ ਸੀ? ਸੀਗੇ ਇਹ ਵੀ ਮੁਸਲਮਾਨ, ਪਰ ਇਹ ਮੁਗਲ ਮੁਸਲਮਾਨ ਨਹੀਂ ਸੀਗੇ। ਇਹ ਪੁਰਾਣੇ ਹੋਏ ਉਹ ਜਿਹੜੇ ਉਹ ਨਹੀਂ ਸੀਗੇ ਆਪਣੇ ਕੀ ਨਾਮ ਇਹਨਾਂ ਦਾ ਜਿਹੜੇ ਦਿੱਲੀ ਸਲਤਨਤ ਵਾਲੇ, ਇਹਨਾਂ ਦੇ ਵਜ਼ੀਰ ਵਗੈਰਾ ਸੀਗੇ। ਉਹਨਾਂ ਨੇ ਥੱਲੇ ਆ ਕੇ ਆਪਣਾ ਬਾਹਮਣੀ ਵੰਸ਼ ਸ਼ੁਰੂ ਕਰ ਲਿਆ ਸੀਗਾ। ਇਸੇ ਦੇ ਪੈਰਲਲ ਹੀ ਇੱਥੇ ਇੱਕ ਹੋਰ ਸੀ ਹਿੰਦੂਆਂ ਦਾ ਰਾਜ, ਵਿਜੇਨਗਰ ਅੰਪਾਇਰ। ਕੀ ਨਾਮ ਸੀਗਾ? ਵਿਜੇਨਗਰ ਅੰਪਾਇਰ। ਇਹ ਵਿਜੇਨਗਰ ਅੰਪਾਇਰ ਸੀਗਾ। ਵਿਜੇਨਗਰ ਅੰਪਾਇਰ ਅਤੇ ਬਾਹਮਣੀ ਅੰਪਾਇਰ ਜਿਹੜੇ ਆ, ਇਹ ਚੱਲੇ ਕਦੋਂ ਤੋਂ ਆ? ਇਹ ਦੋਵਾਂ ਦੀ ਤਰੀਕ ਨੂੰ ਮੈਂ 1330 ਕਹਿਣਾ, ਵੈਸੇ 1336 ਜਾਂ 40 ਆ, ਪਰ ਮੈਂ 1350 ਲਿਖਣਾ ਚਾਹੂੰਗਾ। ਠੀਕ ਆ, ਠੀਕ ਆ, ਇਹਨੂੰ ਮੈਂ ਲਿਖਣਾ ਚਾਹੂੰਗਾ 1350 ਤੋਂ ਲੈ ਕੇ 1550 ਤੱਕ। ਤਾਂ ਇਹਨਾਂ ਦਾ ਟਾਈਮ ਰਿਹਾ ਬਹੁਤ ਚੰਗਾ, 1350 ਤੋਂ ਲੈ ਕੇ 1550 ਤੱਕ ਇਹਨਾਂ ਦਾ ਟਾਈਮ ਰਿਹਾ ਪੂਰਾ ਚੰਗਾ, ਕਿਉਂਕਿ ਉੱਪਰਲੇ ਪਾਸੇ ਨੌਰਥ ਇੰਡੀਆ 'ਚ ਕੋਈ ਸੀਗਾ ਹੀ ਨਹੀਂ। ਹੁਣ ਆ ਜਾਓ, 1550 ਤੋਂ ਬਾਅਦ ਇਹਨਾਂ ਦਾ ਵਕਤ ਬਦਲ ਗਿਆ। ਤੁਸੀਂ ਕਹੋਗੇ 1550 ਤੋਂ ਬਾਅਦ ਵਕਤ ਕਿਉਂ ਬਦਲਿਆ ਵੀ ਇਹਨਾਂ ਦਾ? 1550 ਤੋਂ ਬਾਅਦ ਇਹਨਾਂ ਦਾ ਵਕਤ ਬਦਲ ਗਿਆ ਇਸ ਕਰਕੇ ਕਿਉਂਕਿ ਨੌਰਥ ਇੰਡੀਆ 'ਚ ਅਕਬਰ ਆ ਗਿਆ। 1556 'ਚ ਹੀ ਆਇਆ ਅਕਬਰ। ਅਕਬਰ ਤੋਂ ਬਾਅਦ ਮੁਗਲਾਂ ਦੇ ਵਿੱਚ ਤਾਕਤਵਰ ਮੁਗਲ ਸ਼ੁਰੂ ਹੋਏ ਆ, ਸਟਰੋਂਗ ਮੁਗਲਸ। ਤੁਸੀਂ ਕਹੋਗੇ ਬਾਬਰ ਅਤੇ ਹਮਾਇੂ 'ਚ ਕਿਹੜੀ ਕਮੀ ਸੀ? ਕਮੀ ਨਹੀਂ ਸੀ, ਉਹ ਨਵੇਂ ਨਵੇਂ ਰਾਜੇ ਸੀਗੇ। ਠੀਕ ਹੈ ਨਾ, ਉਹਨਾਂ ਨੇ ਤਾਂ ਆ ਕੇ ਕੰਮ ਸੈੱਟ ਹੀ ਕੀਤਾ ਹੈ ਪੱਕੇ ਤੌਰ 'ਤੇ। ਪੈਰ ਜਮਾਈ ਕਿਹਨਾਂ ਨੇ ਆ ਕੇ? ਅਕਬਰ ਤੋਂ ਬਾਅਦ ਵਾਲਿਆਂ ਨੇ, ਅਕਬਰ, ਜਹਾਂਗੀਰ, ਸ਼ਾਹਜਹਾਨ ਅਤੇ ਪੰਜਵਾਂ ਅਗਲਾ ਕਿਹੜਾ? ਔਰੰਗਜ਼ੇਬ। ਬਸ ਆਹ ਤਗੜੇ ਰਾਜੇ ਰਹੇ ਆ, ਟੋਪ ਲੈਵਲ ਦੇ ਰਾਜੇ। ਇਹਨਾਂ ਦਾ ਰਾਜ 1505 ਤੋਂ ਲੈ ਕੇ 1707 ਤੱਕ ਰਿਹਾ। ਤਾਂ ਜੇ ਕੋਈ ਮੈਨੂੰ ਪੁੱਛੇ ਕਿ 1350 ਤੋਂ ਲੈ ਕੇ 1550 ਤੱਕ ਕੀ ਆ ਜੀ, ਮੈਂ ਕਹੂੰਗਾ ਬਾਹਮਣੀ ਵਾਲੇ ਅਤੇ ਵਿਜੇਨਗਰ ਵਾਲੇ ਇੱਕ ਤਾਂ ਆਪਸ 'ਚ ਲੜੇ ਆ, ਆ ਬਾਹਮਣੀ ਅਤੇ ਆ ਵਿਜੇਨਗਰ ਆਪਸ 'ਚ ਲੜੇ ਆ। ਫਿਰ 1550 ਤੋਂ ਬਾਅਦ, 1550 ਤੋਂ ਲੈ ਕੇ 1650 ਤੱਕ ਮੁਗਲਾਂ ਨੇ ਆ ਕੇ ਫਿਰ ਇਹਨਾਂ ਦਾ ਪੁਰੋ ਖਲਾਰਾ ਪਾਇਆ ਹੈ। ਮਤਲਬ ਉਹਨਾਂ ਨੇ ਆ ਕੇ ਜੋ ਬਾਹਮਣੀ ਵਾਲਿਆਂ ਨਾਲ ਕਰੀ ਆ, ਠੀਕ ਆ, ਉਹ ਤਾਂ ਛੱਡ ਹੀ ਗੱਲਾਂ ਦੋ। ਤੁਸੀਂ ਕਹੋਗੇ ਵਿਜੇਨਗਰ ਵਾਲਿਆਂ ਨੇ ਉਹਨਾਂ ਨੇ ਸਿੱਧੀ ਕਿਉਂ ਨਹੀਂ ਲੜੀ? ਕਿਉਂਕਿ ਵਿਜੇਨਗਰ ਵਾਲੇ ਉਹਨਾਂ ਦੇ ਸਿੱਧੇ ਕੰਟੈਕਟ 'ਚ ਆਏ ਵੀ ਘੱਟ ਹੀ ਆ।
आए कौन उपरले भला बाहमणी वाले। तुहानू की लगता कि बाहमणी वाले कल्ले बाहमणी पढ़े जा सकते हैं? नहीं, बाहमणी किंगडम भी 1350 तो लैके 1450 तक 100 साल तो बाहमणी रहा। फिर थल्यों कौन सी उन्होंने नाल लड़ते हमेशा? विजयनगर वाले। विजयनगर वाले ने लड़ लड़ के उन्हें पवाती फुट तो 1450 तो बाद बाहमणी किंगडम भी टुट गया। वो अंदरों निकल के आए पंज वंश। किहड़े पंज? इहदे अंदर पंज इलाके निकल के आए, जिवें उदाहरण के तौर पर अहमदनगर हो गया, गोलकुंडा हो गया, बिदर हो गया, ठीक है, एक बीजापुर, एक की ना देखो जी आप करते हैं जी, एक हो गया जी अपने को बिदर, ठीक है, एक हो गया बराड़, एक होया गोलकुंडा, एक अहमदनगर, तो एक एक बड़ा वो अहमदनगर गोलकुंडा बरार बिदर, एक देखो केड़ा रह गया बीजापुर, एक केड़ा हो गया बीजापुर। ये पंज वंश स्प्लिट होए आ कि निकल के आए हैं पंज वंश बाहमणी अंपायर चो। इन्हों तड़वाया किन्ने आ? थले वाले विजयनगर वाले ने। इट मीनस मडीवल हिस्टरी का एक टॉपिक जिहड़ा कि तुहानू एंड च भी करवा दिता जाऊगा जो मडीवल हुण अपनी खत्म होगी, वह नाम होगा बाहमणी किंगडम एंड विजयनगर वंश। आ गल समझ आ गई? इट मीनस तुहानू समझ जरूरत पता लग गई ना कि ये कित्थे आए आ। ये दिल्ली सल्तनत के वेलों शुरू होंदे आ ते शाहजहान के वेले तक जाते जाते मुक जाते आ। पंजाबी च सीधा याद रखो 1350 तो 1650। हाँ हुण अगे तुहाडी टेंशन आ कि तुसी इहनू मतलब कि अगे पिछे कर सकदे हो, मतलब वो तुसी देखना हुण कि तुसी इहनू 1350 नूं आपां 1340 लिख लीए ते 1650 नूं आपां 1680 लिख लीए, वो तुहाडी सिरदर्दी आ। वो तो जदों आपां कल्ले कल्ले नूं टिपिकली पढ़ांगे, पर मोटे तौर पर पता लग गया ना कि ये दिल्ली सल्तनत के वेले शुरू हुए आ, तुगलक्स के वेले तो चले आ। उन्हां चों भी 20 स्पैसीफिक हो जाओ मुहम्मद बिन तुगलक। चलो मोटे तौर पर तुगलक्स के वेले शुरू हुए आ ते शाहजहान के वेले जाके खत्म होने के कंडे ते लग गए। आ स्टोरी समझ आ गई? इट मीनस हुण मैं इत्थे दसना चाहुंदा कि बई एक गल दसो, जे कोई मैनूं इह कहे कि भी 1350 च बाहमणी किंगडम शुरू होया है ते 1550 तो लैके 1600 तक भारत का राजा अकबर आ, तुसी कहोगे यार स्पैसिफिक होके दसो। मैं कहूँगा 1556 1556 तो लैके 1604 तक। टिपिकल तो यही है ना कि इस बंदे नूं उपरले थलड़े पासे बाहमणी वाले टक्करनगे नहीं, टक्करनगे इहनू अहमदनगर वाले भी टक्करनगे, इहनू बीजापुर वाले भी टक्करनगे, इहनू बराड़ वाले भी टक्करनगे, गोलकुंडा भी टक्करनगा, बिदर भी टक्करूगा। हर जगह पर वक्खो वक्खरा वंश आ, जिवें गोलकुंडा दे विच हैगा जी अपना अपना गोलकुंडा च अपना सीगा वो वाला कुतुब शाही वंश, ठीक है, अहमदनगर च निजाम शाही वंश, ठीक है, तो जिवें आपां नूं किसी ने कहता जी वो अपना बीजापुर आदिल शाही वंश। ये जिहड़े पंज किंगडम सी इन्हां दे विच भी, ठीक है ना, बिदर च बिरद शाही वंश, इत्थों दे जिहड़े पंज किंगडम सी ना बाहमणी दे विच, उत्थों दे राजिआं ने भी अपने वंशां दे वक्खरे वक्खरे नाम रखे हुए सीगे। मेरी गल समझ गए ना कि अहमदनगर वाले ने निजाम शाही वंश रख्या होया है, गोलकुंडा वाले कहिंदे कि असीं कुतुब शाही वंश हाँ, ठीक है, वह अपना हर राजा जे कोई सुल्तान का नाम एक्स आ वह कहूगा एक्स कुतुब शाह, ठीक है, जिहड़े अपने उत्थों दे राजे आ बीजापुर दे उहदे किसी का नाम मान लो वाई आ, वह अपना नाम रखूगा वाई आदिल शाह। असीं सोचते हैं कि उत्थों दे किसी राजे का नाम आदिल शाह बीजापुर वाले का, नहीं, आदिल शाह तो हजे उहदा गोत ही हुंदा सीगा, अगले पासे वाई तो उहदा असली नाम अगे आऊगा। ये बाहमणी अंपायर वालिआं दा ट्रेंड सीगा। ये हुण तुसीं कहोगे असीं पढ़दे कित्थे आ आदिल शाह टाइप लोकां नूं? असीं पढ़दे हां जदों मुगल साडे देश च अंग्रेज़ आउणगे। ओए अंग्रेज़ भी तां साडे देश च 1600 तो बाद ही आए आ, आए भी कितने आ उतला साउथ इंडिया च? तो तुहानू नहीं लगता कि जो साउथ इंडिया च अंग्रेज आए होणगे वो बीजापुर के इलाके च किसी आदिल शाह राजे नूं मिले ना होणगे? मिले होणगे तां उत्थे लड़ाई लड़ूई भी होई होगी, गोवा भी एक दूजे तो खोया खिया गया होगा, तो उत्थे ये सारी स्टोरी समझ आ रही ना। तो बाम आपां कई बार कह दिंदे कि फलाने अंग्रेजा की आदिल शाह नाल लड़ाई हुई, हुण नहीं तुसीं कहना कि फलाने लोग अंग्रेजा की आदिल शाह नाल लड़ाई हुई, उन्होंने कहना फाने अंग्रेजा की बीजापुर वाली डायनेसिटी जी बाहमणी किंगडम आदि आदिल शाही उन्होंने नाल लड़ाई हुई आ, उत्थे फलाना राजा सीगा आदिल शाह। तुसी खुद सर्च करे हो यार आदिल शाह राजे का ना थोड़ा है, ना तो कोई होर होगा। ये तुसी हुण सानू समझ आ गई ना, अगे तो चलो जदों तक आपां नूं बाहमणी अंपायर का पता ही नहीं कि इहदे च आदिल शाह कौन आ, कुतुब शाह कौन आ, हुण तुहानूं इह तां पता लग गया कि कुतुब शाह कोई ना नहीं हैगा। सो हर एक चीज़ की डेंसिटी जिहड़ी आ ना, किसी भी चीज़ नूं समझण की इंटेंसिटी अपने आप वधदी जांदी आ जदों तुहानूं उस टॉपिक के आले दुआले की जाण पहचान हो जाती है। आ जाओ हुण देखो आ वो चीज़ां ने जिन्हां नूं मतलब कि मैं एक टाइम पास ही समझूंगा कि जी इन्ने ग्वालियर मालवा ते गौड़वाना, ठीक है,
ग्वालियर मालवा ते गौड़वाना बस समझो मध्य प्रदेश तो लैके छत्तीसगढ़ दी आ बेल्ट इहदे ते किहड़े किहड़े राजे नूं मालवा दा राजा बाज बहादुर सीगा उहनूं हराया ठीक आ इस तरीके नाल हराउंदा सेंट्रल इंडिया च इक राणी दुर्गावती सी मध्य प्रदेश दी उहनूं हराया ठीक आ फिर इहने अलाहाबाद जिहड़ा सीगा उत्थे इक बगावत नूं सप्रेस कीता सो इत्थे बिल्कुल टाइम पास आ ठीक आ इस तों बाद इत्थे थोड़ा जिहा इंपोर्टेंट हैगा कनक्वेस्ट ऑफ राजस्थान जिहड़े जिहड़े मैनूं लगदा कि इह पेपर च हाईलाइट हुंदे राजस्थान दे मामले च सानूं समझना पैना है इहदी शिया पॉलिसी काम आई मतलब ये बहुत ज्यादा टॉलरेंट सी दूजे धर्मां नूं लैके ते उस टाइम राजपूताना राजे स्ट्रोंग भी बहुत सी हर एक राजे नाल लड़ना बहुत मूर्खता सी हुण मवाड़ दे राजे सीगे राणे संघे दा खानदान तुसीं कहोगे राणा संघा कौन आ गया हुण राणा संघा मतलब कि अपना उहदा बाबर दे नाल लड़ाई होई है ना बाबर दे नाल लड़ाइयां दे विच राणे संघे दी लड़ाई होई खानवा दी लड़ाई ठीक आ जिथे बाबर नूं पता लग गया सीगा कि मैं हजे नवां नवां भारत च आया ते मेरे नाल इन्ने मुसलमानां दी सपोर्ट नहीं हैगी फिर उहने पता की कीता फिर एंड च इहनां कोल इक्को ही टैलेंट बचदा हुंदा जिहाद चक दो कहिंदे कि धर्म खतरे च आ मतलब हर धर्म च आही स्टोरी आ जदों छित्तर पैण लगदे आ किसे लीडर नूं फिर उस तों बाद इक्को ही चीज़ याद आउंदी हुंदी आ हुण पंथ कहूँगा तो मेरे नाल औखे हो जाण पर मैं कहना कि हर एक चीज़ हर एक धर्म के विच ये चीज़ां मायने रखदी हैं ठीक है अखीर च जाके जे लोगों नूं किसी सेंसिटिव मुद्दे ते अलझाउणा है दैट इज़ रिलीजन तां फिर जिहाद दे नां ते मतलब कि लोगों नूं इकट्ठे किया खानवा की लड़ाई च उहनूं हराया तुहानूं की लगता सी कि उहदा पोता अगे आऊगा नहीं उसे दा ही पोता सीगा अगे महाराणा प्रताप ਉਹਦਾ ਪੋਤਾ ਅਤੇ ਇੱਧਰੋਂ ਬਾਬਰ ਦਾ ਪੋਤਾ ਕਿਹੜਾ ਆ ਗਿਆ ਅਕਬਰ ਹੁਣ ਇਹ ਮੇਵਾੜ ਦੇ ਇਲਾਕੇ 'ਚ ਆਹਮਣੇ ਸਾਹਮਣੇ ਆ ਅਤੇ ਰਾਜਪੂਤਾਂ ਨੂੰ ਹਰਾਉਣਾ ਇੰਨਾ ਸੌਖਾ ਨਹੀਂ ਸੀਗਾ ਜੇ ਰਾਜ ਦੇਖੋ ਰਾਜਪੂਤ ਛੱਡੋ ਯਾਰ ਕਿਸੇ ਵੀ ਰਾਜੇ ਨੂੰ ਹਰਾਉਣਾ ਨਾ ਉਦੋਂ ਔਖਾ ਹੋ ਜਾਂਦਾ ਜਦੋਂ ਜਨਤਾ ਸ਼ਹਿਰ ਜਨਤਾ ਨੂੰ ਜਨਤਾ ਨਾਲ ਸਪੋਰਟ 'ਚ ਆ ਜੇ ਤਾਂ ਇਹ ਰਾਜੇ ਜਿਹੜੇ ਆ ਰਾਜਪੂਤਾਂ ਦੇ ਇਲਾਕੇ 'ਚ ਇਹ ਜਾਵੇ ਅਤੇ ਉੱਥੋਂ ਦੇ ਲੋਕ ਗੁੱਸਾ ਕਰ ਜਾਣ ਕਿ ਅੱਛਾ ਸਾਡੇ 'ਤੇ ਮੁਗਲਾਂ ਦਾ ਹਮਲਾ ਤਾਂ ਫਿਰ ਅਕਬਰ ਨੂੰ ਫਿਰ ਨਹੀਂ ਕਿਉਂਕਿ ਇੱਕ ਪਾਸੇ ਕੋਈ ਲੜ ਰਿਹਾ ਤੁਹਾਡੇ ਨਾਲ ਜਨੂਨ 'ਚ ਠੀਕ ਆ ਦੂਜੇ ਪਾਸੇ ਤੁਹਾਡੇ ਸੈਨਿਕ ਲੜ ਰਹੇ ਆ ਉਹਦੇ 'ਚ ਮਤਲਬ ਕਿ ਕਹਿ ਲਓ ਜਸਟ ਕਹਿ ਲਓ ਕਿ ਇੱਕ ਤਨਖਾਹ ਵਾਸਤੇ ਠੀਕ ਆ ਇਹ ਤਾਂ ਅਸੀਂ ਵੀ ਆਪਣੇ ਧਰਨੇ 'ਚ ਦੇਖਿਆ ਹੀ ਆ ਕਿ ਜਦੋਂ ਸਾਡਾ ਧਰਨਾ ਕਾਮਯਾਬ ਕਿਉਂ ਹੋਇਆ ਕਿਉਂਕਿ ਅਸੀਂ ਜਨੂਨ 'ਚ ਸੀਗੇ ਚਾਹੇ ਉਹ ਪੰਜਾਬ ਸੀ ਚਾਹੇ ਹਰਿਆਣਾ ਸੀ ਜਨੂਨ ਨਾ ਹੁੰਦਾ ਤਾਂ ਉੱਥੇ ਮੇਲੇ ਵਾਲਾ ਮਾਹੌਲ ਰੱਖਣਾ ਹੀ ਨਹੀਂ ਸੀ ਉਹਨਾਂ ਨੇ ਅਤੇ ਜੇ ਤਾਂ ਓਬੀਅਸ ਜੀ ਗੱਲ ਆ ਜਨੂਨ ਤੁਹਾਨੂੰ ਬਹੁਤ ਜਗ੍ਹਾ 'ਤੇ ਫਤਿਹ ਕਰਾ ਦਿੰਦਾ ਹੈ ਠੀਕ ਆ ਸੋ ਇਹੀ ਕਹਾਣੀ ਉੱਥੇ ਵਾਪਰੀ ਹੈ ਕਿ ਹੁਣ ਰਾਣੇ ਪ੍ਰਤਾਪ ਨਾਲ ਲੜਨ ਵਾਸਤੇ ਅਕਬਰ ਆਪ ਜਾਂਦਾ ਅਤੇ ਫਸਦਾ ਉਹਨੇ ਕੀ ਕੀਤਾ ਆਪਣੇ ਕਈ ਜਿਹੜੇ ਉਹ ਸੀਗੇ ਮਤਲਬ ਰਾਜੇ ਸੀ ਉਹਨਾਂ ਨਾਲ ਮੈਟਰੀਮੋਨੀਅਲ ਰਿਲੇਸ਼ਨ ਸਥਾਪਿਤ ਕੀਤੇ ਉਹਨਾਂ ਦੀਆਂ ਕੁੜੀਆਂ ਨਾਲ ਮੈਰਿਜ ਕਰਵਾਈ ਖੁਦ ਜਿਵੇਂ ਜੋਧਾ ਬਾਈ ਨਾਲ ਉਹਦੀ ਮੈਰਿਜ ਹੁੰਦੀ ਆ ਉਹ ਇੱਕ ਮੈਟਰੀਮੋਨੀਅਲ ਰਿਲੇਸ਼ਨ ਸੀ ਵਿਦ ਰਾਜਪੂਤਸ ਇਸੇ ਤਰੀਕੇ ਨਾਲ ਰਾਜੇ ਮਾਨ ਸਿੰਘ ਨੂੰ ਜਿਹੜਾ ਕਿ ਰਾਜਪੂਤ ਰਾਜਾ ਸੀਗਾ ਉਹਨੂੰ ਆਪਣਾ ਮਨਸਬਦਾਰ ਲਾ ਲੈਂਦਾ ਹੈ ਇੱਥੋਂ ਇੱਕ ਸ਼ਬਦ ਸਮਝ ਆ ਗਿਆ ਇਹ ਜਿਹੜਾ ਸੀਗਾ ਇਹਦੇ ਜਿਹੜੇ ਇਹਦਾ ਨਾਨੇ ਨੂਨੇ ਦਾ ਪਰਿਵਾਰ ਸੀ ਨਾ ਆਪਣਾ ਕੀ ਨਾਮ ਇਹਦਾ ਇਹਦਾ ਜਿਹੜਾ ਦਾਦਾ ਸੀ ਬਾਬਰ ਅਤੇ ਬਾਬਰ ਦਾ ਜਿਹੜਾ ਉਹ ਸੀਗਾ ਸਹੁਰਾ ਸਾਹਿਬ ਸੀ ਜਾਂ ਸਹੁਰਿਆਂ ਦਾ ਪਰਿਵਾਰ ਸੀਗਾ ਉਹ ਮੰਗੋਲੀਆ ਦੇ ਚੰਗੇਜ਼ ਖਾਨ ਦਾ ਪਰਿਵਾਰ ਸੀ ਸੁਣਿਆ ਹੋਣਾ ਤੁਸੀਂ ਬਾਬਰ ਦਾਦੇ ਵਾਲੀ ਸਾਈਡ ਤੋਂ ਤੈਮੂਰ ਦੇ ਖਾਨਦਾਨ 'ਚੋਂ ਸੀ ਅਤੇ ਨਾਨੇ ਵਾਲੀ ਸਾਈਡ ਤੋਂ ਜਾਂ ਆਪਣੀ ਮਾਂ ਵਾਲੀ ਸਾਈਡ ਤੋਂ ਕਿਹੜੇ ਖਾਨਦਾਨ 'ਚੋਂ ਸੀ ਚੰਗੇਜ਼ ਖਾਨ ਦੇ ਮੰਗੋਲੀਆ ਦਾ ਬੜਾ ਮਸ਼ਹੂਰ ਰਾਜਾ ਹੋਇਆ ਹੈ ਸੋ ਮੰਗੋਲੀਆ ਦੇ ਤੋਂ ਇਹ ਇੱਕ ਸਿਸਟਮ ਲੈ ਕੇ ਆਇਆ ਸੀ ਚੰਗੇਜ਼ ਖਾਨ ਨੇ ਪੂਰੀ ਦੁਨੀਆ ਦਾ ਖਲਾਰਾ ਐਵੇਂ ਨਹੀਂ ਸੀ ਪਾਤਾ ਉਹਨੇ ਆਪਣੇ ਨਾ ਵਜ਼ੀਰ ਰੱਖੇ ਸੀ ਨੋਬਲਸ ਉਹਨੇ ਮਨਸਬਦਾਰ ਰੱਖੇ ਸੀਗੇ ਆਪਣੇ ਕਿ ਹਰ ਮਨਸਬਦਾਰ ਨੂੰ ਘੋੜਿਆਂ ਦੀ ਅਤੇ ਸੈਲਰੀ ਦੀ ਜ਼ਿੰਮੇਵਾਰੀ ਦੇ ਦਿੱਤੀ ਸੀ ਸੋ ਮਨਸਬਦਾਰੀ ਸਿਸਟਮ ਮੰਗੋਲੀਆ ਤੋਂ ਆਇਆ ਸੀਗਾ ਸੋ ਉਹ ਇੱਕ ਮਨਸਬਦਾਰੀ ਸਿਸਟਮ ਭਾਰਤ 'ਚ ਸਹੀ ਤਰੀਕੇ ਨਾਲ ਇਸਟੈਬਲਿਸ਼ ਕਰਨ ਦੀ ਜ਼ਿੰਮੇਵਾਰੀ ਕਿਹੜੇ ਸ਼ਖਸ ਦੀ ਹੋਊਗੀ ਭਲਾ ਅਕਬਰ ਦੀ ਅਕਬਰ ਨੇ ਮਾਨ ਸਿੰਘ ਨੂੰ ਆਪਣਾ ਮਨਸਬਦਾਰ ਲਾ ਲਿਆ ਹੁਣ ਤੁਸੀਂ ਇਹ ਸਵਾਲ ਨਹੀਂ ਪੁੱਛ ਸਕਦੇ ਕਿ ਮਨਸਬਦਾਰੀ ਸਿਸਟਮ ਹੈ ਕੀ ਹੈ ਉਹਦੇ 'ਤੇ ਮੈਂ ਅੱਗੇ 15 ਮਿੰਟ ਲਾਉਣੇ ਆ ਮਨਸਬਦਾਰੀ ਸਿਸਟਮ ਪੂਰਾ ਕੰਸੈਪਟ ਆ ਮੰਗੋਲੀਆ ਤੋਂ ਆਇਆ ਹੋਇਆ ਸਿਸਟਮ ਠੀਕ ਆ ਜਸਟ ਇੱਥੇ ਤਾਂ ਇੱਕ ਗੱਲ ਦੱਸਣੀ ਸੀ ਕਿ ਮਾਨ ਸਿੰਘ ਨੂੰ ਲਾਇਆ ਆਪਣਾ ਮਨਸਬਦਾਰ ਅਤੇ ਮਾਨ ਸਿੰਘ ਨੂੰ ਮਨਸਬਦਾਰ ਲਾ ਕੇ ਹਲਦੀ ਘਾਟੀ ਦੀ ਲੜਾਈ ਰਾਜਸਥਾਨ ਦੇ ਏਰੀਏ 'ਚ ਲੜਨੀ ਆ ਇੱਕ ਰਾਜਪੂਤ ਰਾਜਾ ਹੈ ਨਾਮ ਆ ਰਾਣਾ ਪ੍ਰਤਾਪ ਰਾਣੇ ਸੰਘੇ ਦਾ ਪੋਤਾ ਹੈ ਠੀਕ ਆ ਅਤੇ ਜੇ ਆਪ ਲੜੂਗਾ ਤਾਂ ਰਾਜਪੂਤ ਧਰਮ ਦੇ ਨਾਂ 'ਤੇ ਇਕੱਠੇ ਹੋ ਸਕਦੇ ਆ ਅਤੇ ਲੜਨ ਵਾਸਤੇ ਅੱਗੇ ਲਾ ਕਿਹਨੂੰ ਦਿੱਤਾ
ਮਾਨ ਸਿੰਘ ਨੂੰ ਤਾਂ ਉਹ ਫਿਰ ਲੜਾਈ ਜਿਹੜੀ ਆ ਧਰਮ ਦੀ ਲੜਾਈ ਥੋੜ੍ਹਾ ਰਹੀ, ਫਿਰ ਉਹ ਰਾਜੇ ਦੀ ਲੜਾਈ ਹੋ ਗਈ ਤਾਂ ਰਾਜਾ ਮਾਨ ਸਿੰਘ ਹਲਦੀ ਘਾਟੀ ਦੀ ਲੜਾਈ 'ਚ ਉਹਨੂੰ ਹਰਾ ਦਿੰਦਾ ਹੈ, ਚਿਤੌੜ ਦਾ ਜਿਹੜਾ ਏਰੀਆ ਹੈ ਉਦੋਂ ਫਿਰ ਫਤਿਹ ਹੋ ਜਾਂਦਾ ਹੈ। ਆਹ ਦੱਸੋ ਸਮਝ ਆ ਗਈ ਆ ਚੀਜ਼? ਸੋ ਆਹ ਸਾਰੀ ਕਹਾਣੀ ਹੈ, ਮੈਂ ਜਸਟ ਤੁਹਾਨੂੰ ਦੱਸਿਆ ਹੈ। ਆਹ ਦੇਖੋ ਕਹਿੰਦਾ ਕਿ ਜਿਹੜਾ ਰਾਜਾ ਪਰਮਾਲ ਹੁੰਦਾ ਅੰਬਰ ਦਾ, ਠੀਕ ਆ, ਉਹ ਆਪਣੀ ਕੁੜੀ ਜੋਧਾ ਬਾਈ ਨੂੰ ਇਹਦੇ ਨਾਲ ਵਿਆਹ ਦਿੰਦਾ ਹੈ। ਇਸੇ ਤਰੀਕੇ ਨਾਲ ਰਾਜਾ ਭਾਰਮਲ ਜਿਹੜਾ ਹੈ ਉਹਦਾ ਮੁੰਡਾ ਭਗਵਾਨ ਦਾਸ ਤੇ ਉਹਦਾ ਪੋਤਾ ਮਾਨ ਸਿੰਘ ਇਹ ਮੁਗਲ ਸਰਵਿਸਿਜ਼ ਨੂੰ ਜੁਆਇਨ ਕਰ ਲੈਂਦੇ ਆ। ਪੰਜਾਬੀ 'ਚ ਕਿ ਇਹ ਮੁਗਲ ਵੰਸ਼ ਦੇ ਵਿੱਚ ਮਨਸਬਦਾਰ ਦੀ ਪੋਜੀਸ਼ਨ 'ਤੇ ਬਹਿ ਜਾਂਦੇ ਆ ਕੇ, ਠੀਕ ਆ। ਮਨਸਬਦਾਰੀ ਕੀ ਆ ਉਹ ਮੈਂ ਅੱਗੇ ਜਾ ਕੇ ਦੱਸੂੰਗਾ। ਆਹ ਸਮਝ ਆ ਗਈ ਚੀਜ਼? ਹੁਣ ਆ ਗਿਆ ਚਿਤੌੜ ਕਿਲ੍ਹਾ ਜਿਹੜਾ ਕਿ ਮੇਵਾੜ ਦੇ ਇਲਾਕੇ 'ਚ ਇਲਾਕੇ 'ਚ ਆਉਂਦਾ ਸੀਗਾ। ਉੱਥੋਂ ਦਾ ਰਾਜਾ ਕੌਣ ਸੀਗਾ ਇਹ ਮੈਂ ਤੁਹਾਨੂੰ ਦੱਸਿਆ ਹੋਇਆ, ਠੀਕ ਆ, ਕਿ ਬੇਸਿਕਲੀ ਉੱਥੋਂ ਦਾ ਮੇਨ ਸੀਗਾ ਕਿ ਉਹ ਇੱਥੇ ਲਿਖਿਆ ਹੋਣਾ ਇੱਥੇ, ਹਾਂ, ਹਲਦੀ ਘਾਟੀ ਦੀ ਲੜਾਈ ਹੁੰਦੀ ਆ। ਉਸ ਹਲਦੀ ਘਾਟੀ ਦੀ ਲੜਾਈ 'ਚ ਰਾਣਾ ਪ੍ਰਤਾਪ ਜਿਹੜਾ ਹੈ ਉਹ ਹਾਰ ਜਾਂਦਾ ਹੈ ਕਿਹਦੇ ਤੋਂ, ਮਾਨ ਸਿੰਘ ਤੋਂ। ਸਾਰੀ ਸਟੋਰੀ ਦੱਸ ਹੀ ਦਿੱਤੀ ਮੈਂ ਆਲਮੋਸਟ ਕਿ ਹਲਦੀ ਘਾਟੀ ਦੀ ਲੜਾਈ ਆ, ਇਹ ਲੜਾਈ ਹੋਈ ਆ 1576 'ਚ। ਇੰਪੋਰਟੈਂਟ ਇਸ ਕਰਕੇ ਇਹਨੂੰ ਮਾਰ ਕੀਤਾ ਜਾ ਸਕਦਾ ਹੈ ਕਿ ਅਕਬਰ ਦੇ ਵੇਲੇ ਹੋਈਆਂ ਲੜਾਈਆਂ ਜਿਹੜੀਆਂ ਨਾ ਇਹਨਾਂ 'ਚੋਂ ਕੁਛ ਲੜਾਈਆਂ ਦਾ ਸਾਲ ਵੀ ਇੰਪੋਰਟੈਂਟ ਆ। ਤੁਸੀਂ ਕਹੋਗੇ ਯਾਰ ਇਹ ਕੀ ਗੱਲ ਆ, ਅਸੀਂ ਕਿਹੜਾ ਕੋਈ ਛੋਟੇ ਮੋਟੇ ਪੇਪਰ ਨੂੰ ਦੇਖ ਰਹੇ ਹਾਂ, ਛੋਟੇ ਮੋਟੇ ਪੇਪਰ ਦੀ ਗੱਲ ਨਹੀਂ, PPSC ਤੱਕ ਦਾ ਵੀ ਸਵਾਲ ਹੈ ਕਿ ਹਲਦੀ ਘਾਟੀ ਦੀ ਲੜਾਈ, ਠੀਕ ਆ, ਦੀਨੇ ਇਲਾਹੀ ਸ਼ੁਰੂ ਕਰਨਾ, ਪਾਣੀਪਤ ਦੀ ਦੂਜੀ ਲੜਾਈ, ਅਤੇ ਇੱਕ ਅੱਧਾ ਇਵੈਂਟ ਹੋਰ ਕਿ ਕਿਸੇ ਅੰਗਰੇਜ਼ ਦਾ ਫਲਾਣਾ ਜੌਨ ਮਿਡਨ ਹਲ ਉਹਦਾ ਅਕਬਰ ਦੇ ਦਰਬਾਰ 'ਚ ਆਉਣਾ। ਇਹਨਾਂ ਚਾਰਾਂ ਗੱਲਾਂ ਨੂੰ ਅਰੇਂਜ ਕਰੋ ਕਿ ਪਹਿਲਾਂ ਕੀ ਵਾਪਰਿਆ ਅਤੇ ਬਾਅਦ 'ਚ ਕੀ ਵਾਪਰਿਆ। ਇਟ ਮੀਨਸ ਆ ਚਾਰ ਘਟਨਾਵਾਂ ਤਾਂ ਦੱਸ ਹੀ ਦਿੱਤੀਆਂ, ਲਿਖ ਕੇ ਲੈ ਲਓ ਆ ਚਾਰੇ ਘਟਨਾ ਇੰਪੋਰਟੈਂਟ ਆ, ਮਤਲਬ ਇਹਨਾਂ ਦੀ ਕਰਨੋਲਜੀ ਬਣਦੀ ਬਣਦੀ ਆ। ਪਾਣੀਪਤ ਦੀ ਦੂਜੀ ਲੜਾਈ ਕਦੋਂ ਹੋਈ ਆ 1556 'ਚ, ਹਲਦੀ ਘਾਟੀ ਦੀ ਲੜਾਈ ਕਦੋਂ ਹੋਈ ਆ 1576 'ਚ, ਇਹਦੇ ਵੱਲੋਂ ਇਹਦਾ ਮਨਸਬਦਾਰ ਕੌਣ ਲੜਦਾ ਹੈ, ਮਾਨ ਸਿੰਘ, ਠੀਕ ਆ। ਜ਼ਿਆਦਾ ਡਿਟੇਲ 'ਚ ਮੈਂ ਤਾਂ ਨਹੀਂ ਦੱਸਿਆ ਕਿਉਂਕਿ ਮੈਂ ਪੜ੍ਹਾਈ ਦਿੱਤਾ ਚੀਜ਼। ਚਿਤੌੜ ਨੂੰ ਹਰਾਉਣ ਤੋਂ ਬਾਅਦ, ਠੀਕ ਆ, ਇਹ ਜਾਂਦਾ ਹੈ ਰੈਂਥਮਬੋਰ, ਠੀਕ ਆ, ਅਤੇ ਬਾਕੀ ਇਲਾਕੇ ਜਿਹੜੇ ਆ ਮਰਵਾੜ ਵਗੈਰਾ ਇਹ ਸਾਰੇ ਕਬਜ਼ੇ 'ਚ ਕਰ ਲੈਂਦਾ ਹੈ, ਠੀਕ ਆ। ਸੋ ਇਹ ਕਹਾਣੀ ਆਪਾਂ ਨੂੰ ਤਕਰੀਬਨ ਸਮਝ ਆ ਗਈ। ਜੇ ਕੋਈ ਮੈਨੂੰ ਪੁੱਛੇ ਕਿ ਰਾਜਪੂਤ ਇਹਦੀ ਰਾਜਪੂਤਾਨਾ ਪੋਲਿਸੀ ਜਾਂ ਉਹ ਰਾਜਪੂਤਾਂ ਨਾਲ ਲੜਨ ਦੀ ਨੀਤੀ ਕਿਵੇਂ ਦੀ ਰਹੀ ਹੈ, ਇਹਦੇ 'ਚ ਮੈਂ ਤੁਹਾਨੂੰ ਦੱਸਦਾ ਕਿ ਇਹ ਬੰਦਾ ਰਿਲੀਜੀਅਸ ਹੀ ਟੋਲਰੈਂਟ ਰਿਹਾ ਹੈ। ਇਹਦੇ ਪਿੱਛੇ ਦੋ ਕਾਰਨ ਆ, ਇੱਕ ਤਾਂ ਇਹ ਆਪਣੇ ਆਪ ਨੂੰ ਇਹ ਰਾਜਪੂਤਾਂ ਦੀ ਤਾਕਤ ਨੂੰ ਸਮਝਦਾ ਸੀ, ਉਹਨਾਂ ਦੀ ਯੂਨਿਟੀ ਨੂੰ, ਅਤੇ ਦੂਜੀ ਖਾਸੀਅਤ ਖੁਦ ਸ਼ੀਆ ਸੀਗਾ, ਇਹ ਇੰਨਾ ਕੱਟੜ ਨਹੀਂ ਸੀਗਾ ਕਿ ਆਪਣੇ ਦਾਦੇ ਵਾਂਗ ਹਰ ਇੱਕ ਨੂੰ ਧਰਮ ਦੇ ਨਾਂ 'ਤੇ ਦੁਸ਼ਮਣ ਬਣਾ ਲੈਂਦਾ, ਠੀਕ ਆ। ਅਤੇ ਤੀਸਰੀ ਗੱਲ, ਇਸ ਬੰਦੇ ਨੇ ਹਿੰਦੂਆਂ 'ਤੇ ਲੱਗਣ ਵਾਲੇ ਇਹੋ ਜਿਹੇ ਕਈ ਕਰ, ਇੰਗਲਿਸ਼ 'ਚ ਕਹਾਂਗੇ ਟੈਕਸ, ਮਾਫ਼ ਕਰਤੇ, ਜਿਹਦੇ ਨਾਲ ਹਿੰਦੂ ਜਿਹੜੇ ਸੀ ਉਹਦੀ ਸਪੋਰਟ 'ਚ ਆ ਗਏ, ਜਾਂ ਜਿਹੜੇ ਹਿੰਦੂ ਇਹਦੇ ਨਾਲ ਮਨਸਬਦਾਰ ਬਣੇ ਸੀ ਉਹ ਆਪਣੀ ਪ੍ਰਜਾ ਆਪਣੇ ਲੋਕਾਂ ਨੂੰ ਇਹ ਸਮਝਾਉਣ 'ਚ ਸਫਲ ਹੋਏ ਕਿ ਅਸੀਂ ਇਹਦੇ ਨਾਲ ਐਗਰੀਮੈਂਟ ਐਵੇਂ ਨਹੀਂ ਕਰਿਆ ਕਿ ਜੀ ਅਸੀਂ ਅੰਡਰ ਆ ਇਹਦੇ, ਅਸੀਂ ਐਗਰੀਮੈਂਟ ਤਾਂ ਕੀਤਾ ਕਿਉਂਕਿ ਇਹ ਵਾਕਈ ਸਾਡੇ ਵਾਸਤੇ ਫਾਇਦੇਮੰਦ ਆ। ਕਿਵੇਂ? ਇਹਨੇ ਹਿੰਦੂਆਂ ਦੇ ਜਦੋਂ ਮੰਦਰਾਂ 'ਚ ਮੱਥਾ ਟੇਕਣ ਜਾਣ 'ਤੇ ਕਰ ਲੱਗਦਾ ਸੀ ਪ੍ਰੀਲਿਮਿਨਰੀ ਟੈਕਸ, ਉਹ ਬੰਦ ਕਰਤਾ। ਫਿਰ ਇਹਨੇ ਜਜ਼ੀਆ, ਭਾਰਤ ਦੇ ਵਿੱਚ ਮੁਸਲਮਾਨ ਹਿੰਦੂਆਂ 'ਤੇ ਇੱਕ ਕਰ ਲਾਉਂਦੇ ਸੀਗੇ, ਕੀ ਭਲਾ, ਕਹਿੰਦੇ ਜੀ ਤੁਸੀਂ ਹਿੰਦੂ, ਤੁਸੀਂ ਗੈਰ ਮੁਸਲਮਾਨ ਹੋ ਫਿਰ ਵੀ ਮੁਸਲਮਾਨ ਇਲਾਕੇ 'ਚ ਸੁਰੱਖਿਅਤ ਹੋ। ਮੁਸਲਮਾਨ ਇਲਾਕੇ 'ਚ ਗੈਰ ਮੁਸਲਮਾਨ ਦੀ ਸੁਰੱਖਿਆ ਜਿਹੜੀ ਆ ਉਹ ਬੜਾ ਵੱਡਾ ਮੁੱਦਾ ਹੁੰਦੀ ਹੈ, ਇਸ ਕਰਕੇ ਅਸੀਂ ਤੁਹਾਡੇ ਤੋਂ ਸੁਰੱਖਿਆ ਕਰ ਲੈ ਰਹੇ ਹਾਂ, ਉਹਨੂੰ ਇਹ ਜਜ਼ੀਆ ਕਹਿੰਦੇ ਸੀ। ਮੇਰੀ ਗੱਲ ਸਮਝ ਗਏ ਨਾ? ਜਜ਼ੀਆ ਕੁਝ ਉਈਂ ਸੋਚੀ ਜਾਓ ਕਿ ਕੀ ਆ, ਮੁਸਲਿਮ ਇਲਾਕੇ 'ਚ ਗੈਰ ਮੁਸਲਿਮ ਲੋਕਾਂ ਦੀ ਪ੍ਰੋਟੈਕਸ਼ਨ ਦੇ ਨਾਂ 'ਤੇ ਉਹਨਾਂ ਤੋਂ ਵਸੂਲਿਆ ਜਾਣ ਵਾਲਾ ਟੈਕਸ ਜਿਹੜਾ ਹੈ, ਦੈਟ ਵਾਜ਼ ਜਜ਼ੀਆ। ਸੋ ਇਹਨੇ ਉਹ ਜਜ਼ੀਆ ਜਿਹੜਾ ਸੀਗਾ ਉਹ ਅਬੋਲਿਸ਼ ਕਰਤਾ ਸੀ। ਸੋ ਆਹ ਸਾਰੀ ਕਹਾਣੀ ਜਿਹੜੀ ਆ ਕਲੀਅਰ ਹੋ ਗਈ। ਹੁਣ ਆ ਜਾਓ ਇਸ ਤੋਂ ਬਾਅਦ, ਫਿਰ ਅੱਗੇ ਇਹ ਗਿਆ ਗੁਜਰਾਤ ਵਾਲੇ ਪਾਸੇ, ਅੱਗੇ ਕੀ ਆ ਗਿਆ, ਗੁਜਰਾਤ ਰਾਜਪੂਤਾਨਾ ਜਗ੍ਹਾ 'ਤੇ ਕਬਜ਼ਾ ਕਰ ਲਿਆ, ਰਿਲੀਜੀਅਸ ਟੋਲਰੈਂਟ ਰਿਹਾ ਪਹਿਲੀ ਖਾਸੀਅਤ, ਮੈਟਰੀਮੋਨੀਅਲ ਰਿਲੇਸ਼ਨਸ ਰਹੇ ਦੂਜੀ ਗੱਲ, ਐਟ ਦੀ ਐਂਡ ਤੀਸਰਾ ਬ੍ਰਹਮਸਤਰ ਸੀ ਵਾਰ, ਕਿਹਦੇ ਨਾਲ, ਦੇਖੋ ਮੈਟਰੀਮੋਨੀਅਲ ਰਿਲੇਸ਼ਨਸ ਵੀ ਦੱਸਤੇ ਮੈਂ ਤੁਹਾਨੂੰ ਕਿ ਕਿੰਨਾ ਨਾਲ ਰੱਖੇ ਇਹਨੇ, ਠੀਕ ਆ, ਰਿਲੀਜੀਅਸ ਟੋਲਰੈਂਟ ਵੀ ਦੱਸਤਾ, ਤੀਜਾ ਵਧੀਆ ਪੋਸਟਾਂ ਮਨਸਬਦਾਰਜ਼ ਨੂੰ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਦੇ ਜਿਹੜੇ ਹੁਣ ਤੁਸੀਂ ਕਹੋਗੇ ਕਿ ਵਿੱਚੋਂ ਫਿਰ ਗੱਲ ਆ ਗਈ, ਮਨਸਬਦਾਰ ਵੀ 3 ਕੈਟੇਗਰੀ ਦੇ ਸੀਗੇ, ਕਲਾਸ 1, ਕਲਾਸ 2, ਕਲਾਸ 3। ਇਹਨੇ ਜਿਹੜੇ ਰਾਜਪੂਤ ਮਨਸਬਦਾਰ ਲਾਏ ਆ ਉਹ ਸਾਰੇ ਕਲਾਸ, ਜ਼ਿਆਦਾਤਰ ਮਨਸਬਦਾਰ ਕਲਾਸ 1 ਮਨਸਬਦਾਰ ਲਾਏ ਆ, ਟੋਪ ਲੈਵਲ ਦੇ ਮਨਸਬਦਾਰ। ਮੈਂ ਦੱਸੂੰਗਾ ਕਿ ਇੰਨਿਆਂ ਤੋਂ ਵੱਧ ਜੇ ਕਿਸੇ ਮਨਸਬਦਾਰ ਕੋਲ ਘੋੜੇ ਹੁੰਦੇ ਸੀ ਤਾਂ ਕਲਾਸ 1 ਮਨਸਬਦਾਰ ਹੁੰਦਾ ਸੀਗਾ। ਇਹਨੇ ਰਾਜਾ ਮਾਨ ਸਿੰਘ ਹੁਣਾਂ ਨੂੰ ਕਲਾਸ 1 ਮਨਸਬਦਾਰ ਲਾਇਆ, ਚੰਗੀ ਪੋਸਟ, ਮਤਲਬ ਇੰਨੀ ਅਟੋਨਮੀ ਜਿਹਨਾਂ ਨੂੰ ਆਪਾਂ ਕਹਿ ਸਕਦੇ ਦਿੱਤੀ ਹੈ। ਦੂਜੀ ਗੱਲ ਮੈਟਰੀਮੋਨੀਅਲ ਰਿਲੇਸ਼ਨਸ, ਤੀਸਰੀ ਗੱਲ ਰਿਲੀਜੀਅਸ ਟੋਲਰੈਂਸ, ਚੌਥੀ ਗੱਲ ਐਟ ਦੀ ਐਂਡ ਵਾਰ ਲੜਾਈ, ਉਹਨਾਂ ਨਾਲ ਜਿਹੜੇ ਕਿਸੇ ਤਰੀਕੇ ਨਾਲ ਵੀ ਕਹਾਣੀ 'ਚ ਫਿੱਟ ਨਹੀਂ ਸੀ ਬਹਿ ਰਹੇ, ਜਿਵੇਂ ਚਿਤੌੜਗੜ੍ਹ ਦੀ ਲੜਾਈ, ਠੀਕ ਆ। ਫਿਰ ਅਕਬਰ ਜਿਹੜਾ ਸੀਗਾ ਉਹ ਗੁਜਰਾਤ ਨੂੰ ਕਬਜ਼ੇ 'ਚ ਕਰਦਾ ਹੈ ਅਤੇ ਉੱਥੇ ਮਿਰਜ਼ਾ ਅਜ਼ੀਜ਼ ਕੋਕਾ ਜਿਹੜਾ ਹੈ ਉਹਨੂੰ ਭੇਜਦਾ ਹੈ ਕਿ ਉੱਥੇ, ਪਰ ਉਹ
ਚੰਗੇ ਤਰੀਕੇ ਨਾਲ ਇਹਨੂੰ ਕੰਟਰੋਲ ਨਹੀਂ ਕਰ ਪਾਉਂਦਾ, ਠੀਕ ਆ, ਦੁਬਾਰਾ ਫਿਰ ਇਹਨੂੰ ਵਾਪਸ ਜਾ ਕੇ ਉਹਨੂੰ ਸਪਰੈਸ ਕਰਨਾ ਪੈਂਦਾ। ਸੋ ਆਹ ਚੀਜ਼ ਇਹਨਾਂ ਨੂੰ ਦੱਸਿਆ ਹੈ। ਫਿਰ ਉਸ ਤੋਂ ਬਾਅਦ ਮੁਮੈਨ ਖਾਨ ਇਹਦਾ ਆਪਣਾ ਇੱਕ ਉਹ ਸੀਗਾ, ਮਤਲਬ ਕਿ ਨੋਬਲ ਸੀਗਾ, ਵਜ਼ੀਰ ਸੀਗਾ, ਉਹਨੂੰ ਲੈ ਕੇ ਫਿਰ ਹਾਜੀਪੁਰ, ਪਟਨਾ ਅਤੇ ਗੌਰ, ਈਸਟ ਬੰਗਾਲ, ਈਸਟ ਇੰਡੀਆ ਜਿਹੜਾ ਉਹਦੇ 'ਤੇ ਕਬਜ਼ਾ ਕਰਦਾ। ਆਹ ਤਾਂ ਛੋਟੀਆਂ ਛੋਟੀਆਂ ਗੱਲਾਂ ਹੈ, ਠੀਕ ਆ। ਅਤੇ ਉੱਥੋਂ ਦਾ ਜਿਹੜਾ ਉਹ ਸੀਗਾ ਗਵਰਨਰ ਸੀ ਦਾਊਦ, ਫਿਰ ਉਹਨੂੰ ਆਪਣੇ ਅੰਡਰ ਹੋਣ ਨੂੰ ਕਹਿੰਦਾ ਹੈ, ਪਹਿਲਾਂ ਉਹ ਬਗਾਵਤ ਕਰਦਾ ਬਟ ਉਸ ਤੋਂ ਬਾਅਦ ਉਹਨੂੰ ਦਬਾ ਦਿੰਦਾ ਹੈ, ਠੀਕ ਆ। ਸੋ ਆਹ ਸਾਰੀ ਦੀ ਸਾਰੀ ਕਹਾਣੀ ਜਿਹੜੀ ਹੈ ਜੀ ਮੈਂ ਦੱਸਤੀ। ਇਸ ਤੋਂ ਬਾਅਦ ਅਗਲੀ ਚੀਜ਼ ਜਿਹੜੀ ਇੰਪੋਰਟੈਂਟ ਆ ਉਹ ਆ ਕਿ ਬੰਗਾਲ, ਬਿਹਾਰ ਅਤੇ ਹੋਰ ਇਲਾਕਿਆਂ 'ਚ ਜਦੋਂ ਉਹ ਆਪਣੇ ਦਾਊਦ ਵਗੈਰਾ ਨੂੰ ਸਪਰੈਸ ਕਰਦਾ ਹੈ, ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਸੈੱਟ ਹੁੰਦਾ, ਫਿਰ ਇਹ ਆਪਣੇ ਪੱਕੇ ਵੱਡੇ ਮਨਸਬਦਾਰ ਜਿਹੜੇ ਆ, ਜਿਨ੍ਹਾਂ 'ਚ ਇੱਕ ਦਾ ਨਾਮ ਸੀ ਭਗਵਾਨ ਦਾਸ, ਇੱਕ ਦਾ ਨਾਮ ਸੀ ਰਾਜਾ ਮਾਨ ਸਿੰਘ, ਫਿਰ ਉਹਨਾਂ ਨੂੰ ਭੇਜਦਾ ਹੈ, ਠੀਕ ਆ। ਅਤੇ ਇਹ ਇਹਨਾਂ ਇਲਾਕਿਆਂ 'ਚ ਬੰਗਾਲ, ਬਿਹਾਰ ਅਤੇ ਇਹਦੇ ਨਾਲ ਰਾਜਾ ਮਾਨ ਸਿੰਘ ਅਤੇ ਭਗਵਾਨ ਦਾਸ, ਇਹਨਾਂ ਨੂੰ ਪੰਜਾਬ ਵਾਲੇ ਪਾਸੇ, ਲਾਹੌਰ ਵਾਲੇ ਪਾਸੇ, ਅਤੇ ਲਾਹੌਰ ਤੋਂ ਬਾਅਦ ਕਹਿ ਸਕਦੇ ਆਪਾਂ ਉਜ਼ਬੇਕ ਵਾਲੇ ਪਾਸੇ, ਕਿਉਂਕਿ ਇਹ ਚਾਹੁੰਦਾ ਸੀ ਕਿ ਜਿਹੜੇ ਭਗਵਾਨ ਦਾਸ ਅਤੇ ਮਾਨ ਸਿੰਘ ਵਰਗੇ ਬੰਦੇ ਆ ਨਾ, ਇਹ ਉਹ ਫਰੰਟ ਸਾਂਭਣ ਜਿਹੜਾ ਫਰੰਟ ਸਭ ਤੋਂ ਸਟਰੋਂਗ ਆ, ਜਾਂ ਸਭ ਤੋਂ ਸਟਰੋਂਗ ਨਹੀਂ, ਜਿਹੜਾ ਸਭ ਤੋਂ ਵੀਕ ਆ, ਜਿੱਥੇ ਦੁਸ਼ਮਣ ਸਭ ਤੋਂ ਵੱਧ ਹਮਲਾ ਕਰ ਸਕਦਾ ਹੈ। ਅਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਜੇ ਤੁਹਾਨੂੰ ਕਿਸੇ ਨੇ ਕਹਿ ਤਾ ਨਾ ਕਿ ਉਹਨੂੰ ਸਭ ਤੋਂ ਵੱਧ ਖਤਰਾ ਆਪਣੇ ਕਿਹੜੇ ਫਰੰਟ ਤੋਂ ਸੀ, ਤਾਂ ਤੁਸੀਂ ਇੱਕ ਗੱਲ ਯਾਦ ਰੱਖਿਓ, ਨੌਰਥ ਵੈਸਟ ਫਰੰਟ, ਜਿੱਥੋਂ ਕਿ ਇਹਨੂੰ ਖਤਰਾ ਸੀਗਾ ਉਜ਼ਬੇਕਸ ਤੋਂ, ਠੀਕ ਆ। ਅਤੇ ਜਦੋਂ ਤੱਕ ਉਹ ਉਜ਼ਬੇਕ ਜਿਹੜੇ ਆ ਪੂਰੇ ਤਰੀਕੇ ਨਾਲ ਸਪਰੈਸ ਨਹੀਂ ਹੁੰਦੇ, ਜਾਂ ਉਹਨਾਂ ਦਾ ਜਿਹੜਾ ਮੇਨ ਲੀਡਰ ਸੀ ਮਿਰਜ਼ਾ, ਕੀ ਨਾਮ ਸੀ ਉਹਦਾ, ਮਿਰਜ਼ਾ ਹਕਮ, ਜਦੋਂ ਤੱਕ ਉਹ ਮਰਿਆ ਨਹੀਂ ਉਦੋਂ ਤੱਕ ਇਹਨੂੰ ਉਸ ਇਲਾਕੇ ਤੋਂ ਖਤਰਾ ਰਿਹਾ। ਉੱਥੇ ਇਹਨੇ ਆਪਣੇ ਬੜੇ ਖਾਸ ਬੰਦੇ ਮਰਵਾ ਵੀ ਲਏ, ਬੀਰਬਲ ਜਿਹੜਾ ਸੀਗਾ, ਜਿਹਦਾ ਨਾਮ ਸ਼ਾਇਦ ਮਹੇਸ਼ ਦਾਸ ਸੀਗਾ ਸਹੀ ਨਾਮ, ਉਹ ਗਵਾਲੀਅਰ ਦਾ ਰਾਜਾ ਗਵਰਨਰ ਉਹ ਸੀਗਾ, ਰਾਜਾ ਸੀ, ਫਿਰ ਉਹਨੂੰ ਆਪਣਾ ਮਨਸਬਦਾਰ ਲੈ ਕੇ ਗਿਆ ਅਤੇ ਉਹਦਾ ਨਾਮ ਰੱਖਿਆ ਬੀਰਬਲ, ਠੀਕ ਆ। ਉਹਨੂੰ ਵੀ ਇਹ ਉਸੇ ਪਾਸੇ ਹੀ ਲੜਾਈ, ਤੁਹਾਨੂੰ ਪਤਾ ਬੀਰਬਲ ਦਾ ਕਿੱਸਾ ਜਿਹੜਾ ਹੈ ਉਹ ਸਿੱਖ ਧਰਮ 'ਚ ਵੀ ਆਉਂਦਾ ਹੈ, ਬੀਰਬਲ ਦਾ ਕਿੱਸਾ ਜਿਹੜਾ ਹੈ, ਬਿਕੋਜ਼ ਬੀਰਬਲ ਬੜਾ ਔਰਥੋਡੋਕਸ ਸੀਗਾ ਸਿੱਖੀ ਨੂੰ ਲੈ ਕੇ ਵੀ, ਕਿਤੇ ਨਾ ਕਿਤੇ ਉਹਦੇ ਵਿਵਾਦ ਸੀਗੇ। ਉਹ ਬੇਸ਼ੱਕ ਅਕਬਰ ਦੇ ਵੇਲੇ ਸੀਗਾ, ਅਤੇ ਅਕਬਰ ਤੋਂ ਬਾਅਦ ਉਹਦਾ ਅਗਲਾ ਰਾਜਾ ਕਿੰਨੇ ਬਣਨਾ ਹੈ, ਜਹਾਂਗੀਰ ਨੇ, ਠੀਕ ਆ। ਤਾਂ ਉਹ ਅਕਬਰ ਦੇ ਵੇਲੇ ਵੀ ਉਹਦੇ ਰਿਲੇਸ਼ਨ ਸਿੱਖ ਧਰਮ ਨਾਲ ਬਹੁਤੇ ਵਧੀਆ ਨਹੀਂ ਸੀ, ਮਹੇਸ਼ ਦਾਸ ਦੇ ਜਾਂ ਬੀਰਬਲ ਦੇ। ਤਾਂ ਬੀਰਬਲ ਜਿਹੜਾ ਸੀਗਾ ਉਹ ਨੌਰਥ ਵੈਸਟ ਦੀਆਂ ਫਰੰਟੀਅਰ ਦੀਆਂ ਲੜਾਈਆਂ ਲੜਦਾ ਲੜਦਾ ਹੀ ਮਾਰਿਆ ਗਿਆ ਸੀਗਾ ਬੀਰਬਲ, ਠੀਕ ਆ। ਤਾਂ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬੀਰਬਲ ਤਾਂ ਜੀ ਅਕਬਰ ਦੇ ਵੇਲੇ ਸੀਗਾ, ਫਿਰ ਉਹਦੇ ਸਿੱਖਾਂ ਨਾਲ ਰਿਲੇਸ਼ਨ ਜਿਹੜੇ ਆ ਉਹ ਕਿਵੇਂ ਖਰਾਬ ਸੀ, ਕਿਉਂਕਿ ਕਈ ਵਾਰੀ ਸਿੱਖ ਹਿਸਟਰੀ ਪੜ੍ਹਦੇ ਹੋਏ ਉੱਥੇ ਵੀ ਬੀਰਬਲ ਦਾ ਨਾਮ ਆ ਜੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਆ ਜਾਓ ਆਪਾਂ ਅਗਲੇ ਪੁਆਇੰਟ 'ਤੇ ਚੱਲਦੇ ਹਾਂ, ਠੀਕ ਆ। ਫਿਰ ਇਹਨੇ ਮਤਲਬ ਕਿ ਇਸ ਤੋਂ ਬਾਅਦ ਇਹਨੇ ਅੱਗੇ ਜਾ ਕੇ ਕਾਬਲ 'ਤੇ ਵੀ ਫਤਿਹ ਕਰ ਲਈ, ਠੀਕ ਆ। ਅਤੇ ਕਾਬਲ 'ਤੇ ਫਤਿਹ ਕਰਕੇ ਇਹਨੇ ਆਪਣੀ ਭੈਣ ਸੀ ਜਿਹੜੀ ਕੀ ਨਾਂ ਦਾ ਬਾਤੂ ਨਿਸ਼ਾ ਬੇਗਮ, ਠੀਕ ਆ, ਉਹਨੂੰ ਅਤੇ ਉਸ ਤੋਂ ਬਾਅਦ ਮਾਨ ਸਿੰਘ ਨੂੰ ਕਾਬਲ ਦਾ ਗਵਰਨਰ ਅਪੁਆਇੰਟ ਕਰਤਾ। ਮਤਲਬ ਕਿ ਗਵਰਨਰ ਕਾਬਲ ਤੱਕ ਇਹਨੇ ਬੰਦੇ ਨੇ ਕਬਜ਼ਾ ਕਰ ਲਿਆ ਸੀਗਾ, ਠੀਕ ਆ। ਆਹ ਸਾਰੀ ਸਟੋਰੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ, ਠੀਕ ਆ। ਸੋ ਨੈਕਸਟ, ਫਿਰ ਉਸ ਤੋਂ ਬਾਅਦ ਨਾ ਕਾਬਲ ਵਾਲੇ ਪਾਸਿਓਂ ਜਾਂ ਨੌਰਥ ਵੈਸਟ ਵਾਲੇ ਪਾਸਿਓਂ ਇੱਕ ਨਾ ਮੁਸਲਮਾਨਾਂ ਦੇ ਵਿੱਚ ਇੱਕ ਛੋਟਾ ਜਿਹਾ ਸੈਕਟ ਆ, ਛੋਟਾ ਜਿਹਾ ਪੰਥ ਕਹਿ ਸਕਦੇ ਹਾਂ, ਉਹ ਪੰਥ ਸੀਗਾ, ਆਹ ਲਿਖਿਆ ਹੋਇਆ ਉਹਨਾਂ ਨੇ, ਰੋਸ਼ਨਾਈ ਪੰਥ। ਸੋ ਇਹਦੇ ਜਿਹੜੇ ਲੋਕ ਸੀ ਨਾ, ਇੱਕ ਧਾਰਮਿਕ ਗਰੁੱਪ ਸੀਗਾ, ਇਹ ਵੀ ਅਕਬਰ ਦੇ ਲਗਾਤਾਰ ਖਿਲਾਫ ਲਿਆ ਹੈ। ਅਤੇ ਇਹਨਾਂ ਦਾ ਅਕਬਰ ਦੇ ਖਿਲਾਫ ਹੋਣ ਦਾ ਕਾਰਨ ਪਤਾ ਕੀ ਸੀਗਾ, ਅਕਬਰ ਦਾ ਧਰਮ 'ਚ ਤਬਦੀਲ ਹੋ ਜਾਣਾ, ਠੀਕ ਆ। ਸੋ ਇਹ ਵੀ ਆਪਣਾ ਇੱਕ ਪੀਰ ਸੀਗਾ, ਪੀਰ ਰੋਸ਼ਨਾਈ, ਠੀਕ ਆ, ਮਤਲਬ ਕਿ ਇੱਕ ਇਹਨਾਂ ਦਾ ਲੀਡਰ ਬਣਾਇਆ ਇਹਨਾਂ ਨੇ। ਸੋ ਉਹਦੇ ਅੰਡਰ ਜਿਹੜੇ ਸੀਗੇ ਉਹਦੇ ਮਤਲਬ ਕਿ ਅੰਡਰ ਇਹ ਇਕੱਠੇ ਹੋ ਕੇ ਅਕਬਰ ਦੇ ਖਿਲਾਫ ਰਿਵੋਲਟ ਕਰਦੇ ਰਹੇ। ਅਕਬਰ ਨੇ ਜ਼ੈਨ ਖਾਨ ਨੂੰ ਭੇਜਿਆ ਅਤੇ ਹੋਰ ਇੱਕ ਦੋ ਜਾਣੇ ਸੀ ਕਿ ਉਸ ਰਿਵੋਲਟ ਨੂੰ ਸਪਰੈਸ ਕੀਤਾ ਜਾਵੇ, ਅਤੇ ਫਾਈਨਲੀ ਉਹ ਰਿਵੋਲਟ ਜਿਹੜਾ ਸੀਗਾ ਉਹ ਸਪਰੈਸ ਹੋਇਆ। ਫਿਰ ਜਾ ਕੇ ਅਕਬਰ ਦਾ ਜਿਹੜਾ ਨੌਰਥ ਵੈਸਟ ਦੇ ਵਿੱਚ ਕਬਜ਼ਾ ਕਰਨ ਦਾ ਉਹ ਸੀ ਨਾ ਇਰਾਦਾ, ਉਹ ਕਲੀਅਰ ਹੋ ਗਿਆ। ਨੌਰਥ ਵੈਸਟ 'ਚ ਕੀ ਸੀਗਾ ਭਲਾ, ਕਾਬਲ, ਪਸ਼ਾਵਰ, ਮੁਲਤਾਨ, ਉੱਪਰ ਅਫਗਾਨਿਸਤਾਨ ਵਾਲੇ ਪਾਸੇ ਕਾਬਲ, ਮੁਲਤਾਨ, ਪੇਸ਼ਾਵਰ, ਲਾਹੌਰ, ਮਤਲਬ ਕਿ ਤੁਸੀਂ ਬਾਕੀ ਸਾਰਾ ਇੰਡੀਆ ਜਿਹੜਾ ਹੈ ਉਹ ਆਪਣੇ ਕਬਜ਼ੇ 'ਚ ਕਰ ਰਹੇ ਹੋ, ਸਿਰਫ ਨੌਰਥ ਵੈਸਟ ਜਿੱਧਰੋਂ ਤੁਹਾਡੇ ਬਜ਼ੁਰਗ ਆਏ ਆ ਉਸ ਪਾਸਿਓਂ ਸਭ ਤੋਂ ਵੱਡਾ ਚੈਲੰਜ ਤੁਹਾਨੂੰ ਮਿਲ ਰਿਹਾ ਸੀਗਾ। ਸੋ ਇੱਥੇ ਅਕਬਰ ਨੂੰ ਸਭ ਤੋਂ ਵੱਧ ਸਟਰਗਲ ਜਿਹੜਾ ਜੀ ਉਹ ਫੇਸ ਕਰਨਾ ਪਿਆ। ਸੋ ਆਹ ਦੇਖੋ, ਜਦੋਂ ਫਾਈਨਲੀ ਉਜ਼ਬੇਕਸ ਦਾ ਜਿਹੜਾ ਸਰਦਾਰ ਸੀਗਾ ਅਬਦੁੱਲਾ ਉਜ਼ਬੇਕ, ਜਿਹੜਾ ਉਹਦਾ ਮਿਰਜ਼ਾ ਜਿਹੜਾ ਸੀਗਾ ਹਾਕਿਮ, ਉਹਦਾ ਰਿਸ਼ਤੇਦਾਰ ਸੀ, ਜਦੋਂ ਉਹ ਫਾਈਨਲੀ ਮਾਰਿਆ ਗਿਆ, ਉਸ ਤੋਂ ਬਾਅਦ ਇਹ ਉਸ ਪਾਸੇ ਉਹਦਾ ਸਾਰਾ ਸਿਸਟਮ ਸੈੱਟ ਹੋਇਆ। ਮਤਲਬ ਇਹਦਾ ਆਹ ਵਾਲਾ ਸਾਰਾ ਨੌਰਥ ਵੈਸਟ ਵਾਲਾ ਏਰੀਆ ਜਿਹੜਾ ਸੀਗਾ ਉਹ ਇਹਦੇ ਕਬਜ਼ੇ 'ਚ ਉਦੋਂ ਤੱਕ ਨਹੀਂ ਆਇਆ ਜਦੋਂ ਤੱਕ ਉਜ਼ਬੇਕਸ ਦਾ ਖਤਰਾ ਪ੍ਰੋਪਰ ਤਰੀਕੇ ਨਾਲ ਨਹੀਂ ਟਲਿਆ, ਠੀਕ ਆ। ਜਦੋਂ ਉਹ ਸਾਰੇ ਉਜ਼ਬੇਕ ਲੀਡਰਸ ਜਿਹੜੇ ਆ ਉਹ ਮਾਰੇ ਗਏ ਜਾਂ ਹਮਲਿਆਂ 'ਚ ਜਾਂ ਨੈਚੁਰਲ ਡੈਥ, ਠੀਕ ਆ, ਉਦੋਂ ਤੱਕ ਇਹਦਾ ਨੌਰਥ ਵੈਸਟ ਜਿਹੜਾ ਸੀਗਾ ਉਹ ਸੈਟਲ ਨਹੀਂ ਹੋਇਆ। ਅਤੇ
ਜਦੋਂ ਤੱਕ ਇਹਦਾ ਨਾਰਥ ਵੈਸਟ ਸੈਟਲ ਨਹੀਂ ਹੋਇਆ ਉਦੋਂ ਤੱਕ ਇਹਦਾ ਧਿਆਨ ਸਾਊਥ ਵਾਲੇ ਪਾਸੇ ਨਹੀਂ ਗਿਆ। ਸੋ ਇਹਨੇ ਸਭ ਤੋਂ ਮੇਨ ਜਿਹੜਾ ਸੀਗਾ ਕੰਮ ਲਾਹੌਰ ਮੁਲਤਾਨ ਪਸ਼ਾਵਰ, ਠੀਕ ਆ, ਇਹ ਸਾਡੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਕਿਤੇ ਵੀ ਇੰਪੋਰਟੈਂਟ ਨਹੀਂ ਹੈਗਾ। ਬਸ ਸਾਨੂੰ ਤਾਂ ਬਸ ਇਹ ਪਤਾ ਹੋਣਾ ਚਾਹੀਦਾ ਸੀਗਾ ਕਿ ਹਾਂ ਇਹਦਾ ਇੱਕ ਸਟੋਰੀ 'ਚ ਪਤਾ ਹੋਣਾ ਚਾਹੀਦਾ ਸਾਨੂੰ ਕਿ ਇਹਨੇ ਨਾਰਥ ਵੈਸਟ ਵਾਲੇ ਪਾਸੇ ਆਪਣਾ ਪ੍ਰਭਾਵ ਰੱਖਿਆ ਹੈ। ਇਸ ਤੋਂ ਬਾਅਦ ਅਕਬਰ ਜੀ ਆ ਗਏ ਥੱਲੇ ਵਾਲੇ ਪਾਸੇ, ਡੈਕਨ ਵਾਲੇ ਪਾਸੇ, ਠੀਕ ਆ। ਹੁਣ ਆ ਡੈਕਨ ਵਾਲੇ ਪਾਸੇ ਕਹਿ ਲਓ ਇੱਕ ਵੈਸਟ, ਡੈਕਨ ਅਤੇ ਈਸਟ, ਠੀਕ ਆ। ਇਸ ਪਾਸੇ ਮਤਲਬ ਇਹ ਸਮਝ ਲਓ ਕਿ ਕਿਹੜਾ ਕਿਹੜਾ ਪਾਸਾ, ਇੱਕ ਗੁਜਰਾਤ ਵਾਲਿਆ ਬੈਲਟ, ਇੱਕ ਆਹ ਵਾਲਾ ਇਲਾਕਾ ਡੈਕਨ ਦਾ ਇਲਾਕਾ, ਸਿਰਫ ਇੰਨਾ ਕੁ ਇਲਾਕਾ ਕਿਉਂਕਿ ਥੱਲੇ ਵਿਜੇਨਗਰ ਅੰਪਾਇਰ ਆ, ਇਹਦੇ ਨਾਲ ਜਾ ਕੇ ਉਹ ਜ਼ਿਆਦਾ ਉਲਝਿਆ ਨਹੀਂ। ਇੱਕ ਈਸਟ ਵਾਲੇ ਪਾਸੇ ਮਤਲਬ ਇਹਦਾ ਰੌਲਾ ਰਹੂਗਾ ਹੁਣ ਗੁਜਰਾਤ ਨਾਲ, ਬਾਹਮਣੀ ਅੰਪਾਇਰ ਨਾਲ, ਅਤੇ ਈਸਟ ਵਾਲੇ ਪਾਸੇ ਕਿਹਨਾਂ ਨਾਲ, ਬੰਗਾਲ ਦੇ ਗਵਰਨਰ ਨਾਲ। ਸੋ ਇਹ ਤਿੰਨ ਕੁ ਪੁਆਇੰਟ ਆ ਜਿਨ੍ਹਾਂ ਬਾਰੇ ਅਸੀਂ ਜਸਟ ਪੜ੍ਹਨਾ ਹੈ। ਸੋ ਦੇਖੋ ਸਾਊਥ ਇੰਡੀਆ ਵਾਲੇ ਪਾਸੇ ਜੇ ਮੈਂ ਗੱਲ ਕਰਾਂ ਤਾਂ ਡੈਕਨ ਵਾਲੇ ਪਾਸੇ ਇਹ ਸਾਰੀਆਂ ਬਾਹਮਣੀ ਕਿੰਗਡਮਸ ਦੇ ਨਾਲ ਉਲਝਿਆ ਹੈ। ਸਭ ਤੋਂ ਵੱਧ ਉਲਝਿਆ ਹੈ ਅਹਿਮਦਨਗਰ ਨਾਲ। ਤੁਸੀਂ ਕਹੋਗੇ ਅਹਿਮਦਨਗਰ ਨਾਲ ਸਭ ਤੋਂ ਜ਼ਿਆਦਾ ਉਲਝਣ ਦਾ ਕਾਰਨ ਕੀ ਹੈ? ਜਦੋਂ ਤੁਸੀਂ ਬਾਹਮਣੀ ਅੰਪਾਇਰ ਨੂੰ ਦੇਖਦੇ ਹੋ ਨਾ, ਉਹਦੇ ਉੱਪਰਲੇ ਪਾਸੇ ਆ ਜਾਂਦਾ ਅਹਿਮਦਨਗਰ, ਠੀਕ ਆ, ਥੱਲੇ ਆ ਜਾਂਦਾ ਬੀਜਾਪੁਰ, ਇੱਧਰਲੇ ਪਾਸੇ ਥੱਲੇ ਗੋਲਕੁੰਡਾ। ਸੋ ਗੋਲਕੁੰਡਾ ਦੇ ਨਾਲ ਕੰਟੈਕਟ ਘੱਟ ਹੋਊਗਾ ਤੁਹਾਡਾ, ਤੁਹਾਡਾ ਜ਼ਿਆਦਾ ਕੰਟੈਕਟ ਜਿਹੜਾ ਹੈ ਉਹ ਕਿਹਦੇ ਨਾਲ ਹੋਊਗਾ? ਅਹਿਮਦਨਗਰ ਨਾਲ, ਕਿਉਂਕਿ ਉਹ ਉੱਪਰਲੇ ਪਾਸਿਓਂ ਮੱਧ ਪ੍ਰਦੇਸ਼ ਵਾਲੇ ਪਾਸਿਓਂ ਥੱਲੇ ਸਭ ਤੋਂ ਪਹਿਲਾਂ ਅਹਿਮਦਨਗਰ ਹੀ ਆਉਂਦਾ ਸੀਗਾ। ਸੋ ਇਹਨੇ ਅਹਿਮਦਨਗਰ ਦੀ ਜਿਹੜਾ ਵੰਸ਼ ਸੀਗਾ, ਠੀਕ ਆ, ਨਿਜ਼ਾਮ ਸ਼ਾਹੀ ਵੰਸ਼, ਉਹਦੇ ਕਈ ਰਾਜਿਆਂ ਨਾਲ ਡਿਸਪਿਊਟ ਚੱਲਿਆ। ਕਦੀ ਉਹ ਬਗਾਵਤ ਕਰ ਦਿੰਦੇ ਸੀ ਅਤੇ ਇਹ ਜਾ ਕੇ ਸਪਰੈਸ ਕਰ ਆਉਂਦੇ ਸੀ, ਕਦੀ ਉਹਨਾਂ ਦੇ ਨਾਲ ਮਿਊਚੁਅਲ ਸੈਟਲਮੈਂਟ ਕਰ ਲੈਂਦੇ ਸੀ, ਕਈ ਵਾਰੀ ਸੈਟਲਮੈਂਟ ਤੋਂ ਬਾਅਦ ਫਿਰ ਉਹ ਗਦਾਰੀ ਕਰ ਦਿੰਦੇ ਸੀ ਜਾਂ ਇਹ ਕੋਈ ਨਾ ਕੋਈ ਗੜਬੜ ਕਰ ਦਿੰਦੇ ਸੀ। ਅਦਰਵਾਈਜ਼ ਜੇ ਕੋਈ ਮੈਨੂੰ ਪੁੱਛੇ ਕਿ ਰਾਜੇ ਰਾਣੀਆਂ ਦੀਆਂ ਕਹਾਣੀਆਂ 'ਚ ਨਾਮ ਨੂੰ ਵੀ ਯਾਦ ਕਰਨੇ ਆ ਤਾਂ ਨਾਮ ਤਾਂ ਕਿਤੇ ਵੀ ਕੋਈ ਇੰਪੋਰਟੈਂਟ ਨਹੀਂਗਾ। ਆਹ ਦੇਖੋ ਇਹਨਾਂ ਨੇ 1595 'ਚ ਅਹਿਮਦਨਗਰ, ਉੱਥੋਂ ਦੀ ਨਿਜ਼ਾਮ ਸ਼ਾਹੀ ਵੰਸ਼ ਦਾ ਜਿਹੜਾ ਉਹ ਸੀਗਾ ਲੀਡਰ ਸੀਗੀ ਚੰਦਾ ਬੀਬੀ, ਮੋਸਟ ਇੰਪੋਰਟੈਂਟ ਨਾਮ ਆ ਅਹਿਮਦਨਗਰ ਦੀ ਲੜਾਈ ਦਾ, ਆਹ ਨਾਮ ਸਭ ਤੋਂ ਇੰਪੋਰਟੈਂਟ ਹੈ, ਚੰਦਾ ਬੀਬੀ, ਜਿਹੜੀ ਕਿ ਉੱਥੋਂ ਦਾ ਸੁਲਤਾਨ ਸੀ, ਜਿਹੜਾ ਉੱਥੋਂ ਦਾ ਨਿਜ਼ਾਮ ਸ਼ਾਹ ਉਹਦੀ ਉਹ ਸੀਗੀ ਸਿਸਟਰ ਸੀ, ਉਹਨੇ ਬਗਾਵਤ ਕੀਤੀ। ਸੋ ਇਹਨੇ ਉਹਨੂੰ ਸਪਰੈਸ ਕਰਕੇ ਉਹਨੂੰ ਖਤਮ ਕਰਤਾ, ਠੀਕ ਆ। ਫਿਰ ਉਸ ਤੋਂ ਬਾਅਦ ਮਤਲਬ ਚੰਦਾ ਬੀਬੀ ਜਿਹੜਾ ਉਹਦੀ ਅੱਗੇ ਫਿਰ ਇਹਨਾਂ ਦੀ ਲੜਾਈ ਹੋਈ ਆਦਿਲ ਸ਼ਾਹੀ ਨਾਲ। ਆਦਿਲ ਸ਼ਾਹੀ ਕਿੱਥੋਂ ਦੇ ਆ? ਇੱਕ ਮਿੰਟ, ਆਦਿਲ ਸ਼ਾਹੀ ਹੈਗਾ ਹੈ ਬਰਾੜ ਦੇ, ਠੀਕ ਆ ਨਾ। ਤਾਂ ਬਰਾੜ ਦੇ ਸੀਗੇ ਆਦਿਲ ਸ਼ਾਹੀ, ਬਿਦਰ ਦੇ ਸੀ ਬਰਾਦ ਸ਼ਾਹੀ, ਠੀਕ ਆ, ਅਤੇ ਸੋਰੀ ਆਦਿਲ ਸ਼ਾਹੀ ਸੀਗੇ ਬੀਜਾਪੁਰ ਦੇ, ਠੀਕ ਆ। ਫਿਰ ਉਹਨਾਂ ਦੇ ਕਬਜ਼ਾ ਅੱਗੇ ਤਾਂ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ ਕਿਉਂਕਿ ਅੱਗੇ ਇਹਦੇ 'ਚ ਕੁਛ ਖਾਸ ਨਹੀਂ ਹੈਗਾ, ਠੀਕ ਆ, ਕਿ ਕਿਹੜੇ ਰਾਜੇ ਨੂੰ ਇਹਨਾਂ ਨੇ ਕਿਵੇਂ ਸਪਰੈਸ ਕੀਤਾ ਹੈ, ਤਾਂ ਸਾਊਥ ਇੰਡੀਆ ਦਾ ਛੋਟਾ ਜਿਹਾ ਕਿੱਸਾ ਹੈ। ਮੇਨ ਚੀਜ਼ ਆ ਜਾਂਦੀ ਹੈ ਆਪਣੇ ਕੋਲ ਇਹਦੇ ਸਮੇਂ ਬਣਿਆ ਆਰਟ ਐਂਡ ਆਰਕੀਟੈਕਚਰ, ਠੀਕ ਆ, ਜਿਹੜਾ ਇਹਨੇ ਇਸਟੈਬਲਿਸ਼ ਕੀਤਾ। ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਰਾਜੇ ਰਾਣੀਆਂ ਦੀਆਂ ਕਹਾਣੀਆਂ 'ਚ ਤਾਂ ਕੁਛ ਖਾਸ ਹੈ ਨਹੀਂ ਕਿ ਕਿਹੜੇ ਰਾਜੇ ਨੂੰ ਕਿਵੇਂ ਕੈਪਚਰ ਕੀਤਾ। ਇੱਥੋਂ ਅੱਗੇ ਫਿਰ ਦੁਬਾਰਾ ਅਕਬਰ ਜਿਹੜਾ ਹੈ ਆਪਣੇ ਵਾਸਤੇ ਇੰਪੋਰਟੈਂਟ ਸ਼ੁਰੂ ਹੋ ਜਾਂਦਾ ਹੈ। ਅਕਬਰ ਦਾ ਆਹ ਪੁਆਇੰਟ ਆ ਜਿਹੜਾ, ਹੁਣ ਸਮਝਿਓ ਧਿਆਨ ਨਾਲ ਕਿ ਅਕਬਰ ਦੇ ਵੇਲੇ ਦਾ ਆਰਟ ਐਂਡ ਆਰਕੀਟੈਕਚਰ ਹੈ ਕੀ ਹੈ। ਕਹਿੰਦੇ ਆ ਜੀ ਅਕਬਰ ਦੇ ਵੇਲੇ ਇਹਨੇ ਕੀ ਕੀਤਾ, ਦਿੱਲੀ ਤੋਂ ਆਪਣੀ ਰਾਜਧਾਨੀ ਜਿਹੜੀ ਆ ਉਹਨੂੰ ਆਗਰੇ ਦੇ ਨੇੜੇ ਸ਼ਿਫਟ ਕੀਤਾ। ਇਤਿਹਾਸ 'ਚ ਇਹ ਵੀ ਗੱਲ ਯਾਦ ਰੱਖਿਓ ਕਿ ਰਾਜਧਾਨੀਆਂ ਸ਼ਿਫਟ ਕਰਨ ਦੇ ਮਾਮਲੇ 'ਚ ਇਸ ਸ਼ਖਸ ਦਾ ਨਾਮ ਵੀ ਆਊਗਾ, ਪਰ ਇਹ ਉਨਾ ਬਦਨਾਮ ਕਿਉਂ ਨਹੀਂ ਹੋਇਆ? ਹੁਣ ਮੇਰੀ ਇੱਕ ਗੱਲ ਸੁਣੋ, ਅਕਬਰ ਤੋਂ ਪਹਿਲਾਂ ਵੀ ਇੱਕ ਬੰਦੇ ਨੇ ਰਾਜਧਾਨੀ ਸ਼ਿਫਟ ਕੀਤੀ ਸੀਗੀ, ਜਿਹੜਾ ਬੰਦਾ ਬਹੁਤ ਮਸ਼ਹੂਰ ਹੋਇਆ ਸੀਗਾ, ਤੁਗਲਕ ਵੰਸ਼ ਦਾ ਮੁਹੰਮਦ ਬਿਨ ਤੁਗਲਕ, ਠੀਕ ਆ। ਉਹਨੇ ਵੀ ਦੇਵਾਗਿਰੀ ਤੱਕ ਆਪਣੀ ਰਾਜਧਾਨੀ ਸ਼ਿਫਟ ਕੀਤੀ ਸੀ, ਪਰ ਉਹ ਇੰਨਾ ਮਸ਼ਹੂਰ ਕਿਉਂ ਹੋ ਗਿਆ? ਉਹਨੇ ਇਕੱਲੀ ਰਾਜਧਾਨੀ ਨਹੀਂ ਸ਼ਿਫਟ ਕੀਤੀ, ਉਹ ਦਿੱਲੀ ਦੇ ਲੋਕਾਂ ਨੂੰ ਵੀ ਦੇਵਾਗਿਰੀ, ਜਿਹਨੂੰ ਕਿ ਉਹਨੇ ਨਵਾਂ ਨਾਮ ਦਿੱਤਾ ਸੀ ਦੌਲਤਾਬਾਦ, ਉੱਥੇ ਲੋਕਾਂ ਨੂੰ ਵੀ ਆਪਣੇ ਨਾਲ ਲੈ ਗਿਆ। ਸੋ ਉਹਦੀ ਬਦਨਾਮੀ ਦਾ ਸਭ ਤੋਂ ਵੱਡਾ ਕਾਰਨ ਸੀਗਾ ਇਹ ਪੁਆਇੰਟ ਕਿ ਬਈ ਉਹਨੇ ਕੀ ਕੀਤਾ, ਲੋਕਾਂ ਨੂੰ ਆਪਣੇ ਨਾਲ ਲੈ ਕੇ ਗਿਆ, ਦਿੱਲੀ ਤੋਂ ਸਾਰੇ ਦਾ ਸਾਰਾ ਸਿਸਟਮ ਹੀ ਪੱਟ ਕੇ ਲੈ ਗਿਆ, ਅਤੇ ਉੱਥੇ ਜਾ ਕੇ ਬਹੁਤ ਵੱਡਾ ਵਿਫਲਤਾ ਹੋਈ ਅਤੇ ਦੁਬਾਰਾ ਕੁਛ ਲੈ ਕੇ ਆਇਆ। ਇਹਨੇ ਸਿਰਫ ਰਾਜ ਦਰਬਾਰ, ਜਾਣੀ ਕਿ ਕਹਿ ਲਓ ਕਿ ਮੇਨ ਕੋਰਟ ਜਿਹੜੀ ਸੀਗੀ, ਉਹਨੂੰ ਸ਼ਿਫਟ ਕੀਤਾ ਸੀ ਫਤਿਹਪੁਰ ਸਿਕਰੀ, ਜਿਹੜਾ ਕਿ ਇਹਨੇ ਖੁਦ ਸ਼ਹਿਰ ਬਣਾਇਆ ਸੀਗਾ ਆਗਰੇ ਤੋਂ 36 ਕਿਲੋਮੀਟਰ ਦੂਰ। ਸੋ ਉੱਥੇ ਇਹਨੇ ਮੇਨ ਬਿਲਡਿੰਗਸ ਬਣਵਾਈਆਂ ਸੀਗੀਆਂ, ਠੀਕ ਆ, ਚਾਹੇ ਉਹਨੇ ਇੱਕ ਦੋ ਮਹਿਲ ਬਣਵਾਏ ਹੋਣ, ਠੀਕ ਆ, ਇਹ ਮੰਨਦਾ ਸੀਗਾ। ਆਲਦੋ ਅਕਬਰ ਜਿਹੜਾ ਸੀਗਾ ਇਹਦੇ ਦਰਬਾਰ ਦੇ ਵਿੱਚ ਨਾ ਨਕਸ਼ਬੰਦੀਆਂ ਦੀ ਕੋਈ ਬਹੁਤੀ ਇੰਪੋਰਟੈਂਸ ਨਹੀਂ ਸੀ, ਇਹਦੇ ਦਰਬਾਰ 'ਚ ਸਭ ਤੋਂ ਵੱਧ ਇੰਪੋਰਟੈਂਟ ਸੀਗੀ ਚਿਸ਼ਤੀਆਂ ਦੀ। ਤਾਂ ਇਹਨੇ ਸਲੀਮ ਚਿਸ਼ਤੀ, ਜਿਹੜੇ ਉਸ ਟਾਈਮ ਦੇ ਬਹੁਤ ਵੱਡੇ ਚਿਸ਼ਤੀ ਆਰਡਰ ਦੇ ਪੀਰ ਹੋਏ ਆ, ਉਹਨਾਂ ਦੇ ਨਾਮ 'ਤੇ ਮਕਬਰਾ ਜਿਹੜਾ ਸੀਗਾ ਉਹ ਵੀ ਫਤਿਹਪੁਰ ਸਿਕਰੀ ਬਣਵਾਇਆ।
पंच महल बनवाया, ठीक है। तो जो ये गुजरात की विक्टरी कर गुजरात की फतेह तो बाद उत्थे पहुँचा तो इतने उदी गुजरात की विक्टरी कमेमोरेट करने वास्ते उत्थे बुलंद दरवाजा भी बनाया इन्होंने, उत्थे इन्हें पंच महल बनवाया, उत्थी इन्हें जोधा माई वास्ते महल बनवाया। सो कई बिल्डिंग्स जिहड़ियां स्पैशली उत्थे तैयार किया गया सीगा। आ देखो हुण मैं थोड़ा बहुत इहदे बारे दसदा क्योंकि कई चीज़ां ना बहुत इंपोर्टेंट ने। कहिंदे इन्हें गुजरात तो लैके बंगाल तक बहुत इलाके कैप्चर किए, तो यदि जी वस्तुकला है आर्किटेक्चर वो चाहे बुलंद दरवाजा देख लो चाहे पंचमहल देख लो, यदा सब तो वधिया नमूना तो तुम्हें मिलेगा फतेहपुर सिकरी च, जिहड़ा कि आगरे तो 36 किलोमीटर दूर आ जिथे ये अपनी राजधानी शिफ्ट करके लैके गया सी, पर सिर्फ अपनी कोट लैके गया सीगा, विफल होया सिस्टम, इस करके दोबारा फिर माइग्रेट करके सारा कोर्ट ते सारा सिस्टम कित्थे ले आए, दिल्ली। सो ये गल याद रखियो, ठीक है। तो मैं तुहाडी जानकारी लई दसदा इहदे दरबार च एक अंग्रेज भी आऊगा जॉन मेडनहल, ठीक है। वह भी जदों इहदे दरबार च आऊगा उस टाइम इहदा दरबार आगरे लगता हुंदा सीगा, ठीक है। सो ये चीज़ां आपां नूं कई वारी पॉइंट इंपोर्टेंट आ। आ देखो जस्ट एक गल दसदा, इहदे समें इत्थे इक इहने जामा मस्जिद बनवाई, ठीक है। बुलंद दरवाजा ये सारा कुछ कितने है भला, ये सब कुछ फतेहपुर सिकरी च बुलंद दरवाजा इन्हें बनवाया सीगा जिहदी की हाइट 176 आ। बेसिकली ये 1572 च बनाया सीगा कि अकबर की गुजरात के उपर जिहड़ी विक्टरी आ उन्हूं इंजॉय किया जाए, ठीक है। आ बुलंद दरवाजा है, ठीक है। इसे कंपलैक्स के फतेहपुर के इसे कंपलैक्स होर तुहानूं की मिलेगा, जोधा बाई का पैलेस, एक पंचमहल 5 स्टोरी बिल्डिंग, ठीक है। उत्थे तुहानूं मिलेगा एक बुद्धिस्ट विहाराज, दीवाने खास दीवाने आम आम लोगों के मिलने वास्ते, तो कोर्ट वास्ते एक दीवाने खास आम लोगों की मीटिंग वास्ते दीवाने आम, तो ये सब तो इंपोर्टेंट जिहड़े प्यारे ये वो सीगे पीर सलीम चिश्ती जी उन्हों का मकबरा, ठीक है। उन्हों का एक टोंब, आ सारिया उस टाइम दियाँ ये फतेहपुर सिकरी दियाँ बिल्डिंग ने सारिया, ठीक है, जिहड़ियां बारे सानू थोड़ा बहुत आइडिया होना चाहिए, ठीक है। इन्हें आगरे के नेड़े सिकंदरा च कोल अपना मकबरा बनवाया शुरू किया, तो बनया कि वेले जाके जहांगीर दे। सब तो इंपोर्टेंट गल गोविंद देवा मंदिर जिहड़ा सीगा वो इन्हें बनवाया, ठीक है। आगरे च जहांगीरी महल वो ये द्वारा बनाया गया, ठीक है। कुछ फैक्ट्स जिहड़े आ वो आपां नूं पता होने चाहिए आ, ठीक है। हुण पहली खास अगली खासियत, यह बंदा कोई बहुता पढ़िया लिखिया नहीं सीगा, पर मैं तुहानूं दसदा इहदे समें च लिटरेचर ते काम बहुत ज़्यादा होया, बिकॉज इस बंदे ने लिटरेचर वास्ते दा लाया सी दो भरावां ते, अबू फजल ते अबुल फैजी दो भरा सीगे, ठीक है। उन्हां दोवां ते इन्ने दा लाया सीगा, उन्हां दे पिता नाल इहदी बहुत बनदी सी, इस करके इन्हां दोवां नूं लिटरेचर का बहुत ज़्यादा काम दिता। उन्होंने ही अकबरनामा ईन ए अकबरी अबुल फजल ने लिखी सी, ठीक है। सो पहली गल कि इन्हें उन्हां लोकां ते बहुत इनवैसट किया जिहड़े लोग इहदे वास्ते, जिवें अब्दुल रहीम खान ए खाना बहरेम खान का मुंडा, वो एक लिटरेचर के मामले बहुत एक्सपर्ट सीगा बंदा, पढ़िया लिखिया सीगा, इन्हें बहुत इनवैसट किया। इन्हें अपने जिहड़े 9 रतन सी वो सिर्फ वो 9 रतन नहीं रखे जिहड़े बहुत वधिया लड़ाई लड़ सकते सीगे, इन्हें अपने 9 रतन वो रखे जिहड़े बंदे बहुत वधिया काम भी कर सकते सी, लड़ाई लड़न के नाल नाल वो इंटलैक्चुअल भी हुंदे होणगे, ठीक है। बीरबल सीगा जिहड़ा बहुत इंटलैक्चुअल सीगा, ठीक है। उन्हूं कल्ला सलाहां देण दे काम थोड़ा रखिया सीगा, ईवन कि उन्हूं लड़न वास्ते नॉर्थ वैसट फ्रंटीयर ते किन्नी वार भेजिया इन्हें, ठीक है। उस तो बाद अब्दुल रहीम खान ए खाना इन्हू एक दो रिवोल्ट सप्रैस करने वास्ते बुंदेलखंड भी भेजा इन्हें, यदा मतलब जेडे लोग ये दरबार च 9 रतन सीगे, ठीक है, 9 जैम सीगे, उन्होंने बहुत सारे इंटलैक्चुअल से, ऑल दो ये खुद पढ़िया लिखिया नहीं, इस करके यदि ऑटोबायोग्राफी का तो कोई मतलब ही नहीं बनता। ऑटोबायोग्राफी तो आऊगी ना जे पढ़िया लिखा होगा, ऑटोबायोग्राफी तो आई ही दो ने, एक बाबर की तुचके बाबरी, तो एक यदा मुंडा जहांगीर वो अपनी तुचके जहांगीरी लिखूगा, उस तो बिना बाकी सारे दिताबा उन्होंने ऑथर ही लिखणगे जिहड़े उन्होंने दरबार के कवि होणगे जां होर कोई होणगे। सो आ गल आपां नूं चंगी तरह समझ आ गई। सो इहदे समें लिखिया गया जिहड़ा अकबरनामा है, ठीक है, वह बड़ा मशहूर आ। तो इहदे समें लिखिया गया हमजानामा जिहदे च पेंटिंग्स का बहुत ज़्यादा जिक्र आ, ठीक है। बहुत इंपोर्टेंट पेंटिंग का काम आ हमजानामा, इंपोर्टेंट इस करके आ क्योंकि आम पेपरों च हजे तक पुछया नहीं गया, अकबरनामा का तो पता लगता ही है, हमजानामा जिहदे च 1200 पेंटिंग्स ने उहदे समें दीआं। सो कई वारी ना सानूं पेपर च आ सकदा है कि इहदे समें आर्ट एंड लिटरेचर का जिक्र करो अकबर के समय, जिवें PCS वालिया ने मेन्स के पेपर च सवाल पूछा सी 2018 के मेन्स च कि जहांगीर
ਅਖੀਰ ਦੇ ਵੇਲੇ ਜਿਹੜੀ ਉਹ ਸੀਗੀ ਪੇਂਟਿੰਗ ਸੀਗੀ ਇਟ ਵਾਜ਼ ਐਟ ਇਟਸ ਜ਼ੈਨਿਥ ਐਕਸਪਲੇਨ ਕਿ ਉਹ ਆਪਣੀ ਸਿਖਰ ਤੇ ਸੀ ਦੱਸੋ ਕਿਵੇਂ 10-5 ਨੰਬਰ ਦਾ ਸਵਾਲ ਸੀਗਾ ਮਿਡੀਵਲ ਹਿਸਟਰੀ 'ਚ ਸਵਾਲ ਵੀ ਐਵੇਂ ਬਣਦੇ ਆ ਉਹ 200 ਵਰਡ ਦਾ ਸਵਾਲ ਨਹੀਂ ਪਾਉਂਦੇ 100 ਵਰਡ ਦਾ ਪਾਉਂਦੇ ਆ ਉੱਥੇ ਫਿਰ ਕੰਮ ਕਰਦੇ ਆ ਰੱਟੇ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਕਬਰ ਦੇ ਵੇਲੇ ਜੇ ਹੁਣ ਦੇਖੋ ਜਹਾਂਗੀਰ ਦੇ ਵੇਲੇ ਪੇਂਟਿੰਗ ਇਹ ਤਾਂ ਨੈਚੁਰਲ ਜੀ ਗੱਲ ਆ ਕਿ ਜਹਾਂਗੀਰ ਦੇ ਵੇਲੇ ਪੇਂਟਿੰਗ ਸਿਖਰ 'ਤੇ ਸੀ ਉਹ ਕਈ ਵਾਰੀ ਪੁੱਛਣਗੇ ਕਿ ਮੁਗਲ ਆਰਕੀਟੈਕਚਰ ਨੂੰ ਐਕਸਪਲੇਨ ਕਰੋ ਤੁਸੀਂ ਆਪ ਹਿਸਾਬ ਲਾ ਕੇ ਦੇਖੋ ਤੁਹਾਡੇ ਕੋਲ ਵਰਡ ਥੋੜ੍ਹੇ ਰਹਿ ਜਾਣੇ ਆ ਤੁਹਾਨੂੰ ਇੰਨੀ ਇਨਫੋਰਮੇਸ਼ਨ ਹੋਊਗੀ ਤੁਹਾਨੂੰ ਪ੍ਰੀ ਓਰੀਐਂਟਡ 'ਚ ਕਿੰਨਾ ਕੰਟੈਂਟ ਮਿਲ ਗਿਆ ਕਿ ਬਈ ਇੰਨਾ ਕੁਛ ਹੈਗਾ ਬਸ ਉਹਨੂੰ ਐਕਸਪਲੇਨ ਕਰਨਾ ਉੱਥੇ ਕਿ ਪਤਾ ਹੋਣਾ ਚਾਹੀਦਾ ਟੂ ਦਾ ਪੁਆਇੰਟ ਕਿ ਅੱਛਾ ਹਮਜ਼ਾ ਨਾਮਾ ਉਹਦੇ 'ਚ 1200 ਪੇਂਟਿੰਗ ਦਾ ਜ਼ਿਕਰ ਆ ਅਕਬਰ ਦੇ ਵੇਲੇ ਹੁਣ ਉਸ ਲਾਈਨ ਨੂੰ ਕਿਵੇਂ ਐਕਸਪਲੇਨ ਕਰਨਾ ਹੈ ਤੁਸੀਂ ਦੇਖ ਲੈਣਾ ਠੀਕ ਆ ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ ਕਹਿੰਦੇ ਜੀ ਇਹਦੇ ਸਮੇਂ ਪੇਂਟਿੰਗਸ ਦੇ ਵੱਡੇ ਕਾਰਖਾਨੇ ਵੀ ਬਣੇ ਆ ਮਤਲਬ ਤੇ ਦੂਜੀ ਗੱਲ ਇਹਦੀ ਪੇਂਟਿੰਗਸ ਦੇ ਵਿੱਚ ਨਾ ਹੋਰ ਕਈ ਸਟਾਈਲ ਮਿਕਸ ਹੋਇਆ ਗੁਜਰਾਤੀ ਸਟਾਈਲ ਠੀਕ ਆ ਹੋਰ ਆਪਣੇ ਕੋਲ ਆ ਗਿਆ ਬੰਗਾਲੀ ਸਟਾਈਲ ਕਿਉਂਕਿ ਪੂਰੇ ਦਾ ਪੂਰਾ ਵੈਸਟ ਤੋਂ ਲੈ ਕੇ ਈਸਟ ਤੱਕ ਕਵਰ ਤਾਂ ਕਰੀ ਬੈਠਾ ਸੀ ਇਹਦੇ ਸਮੇਂ ਭਾਰਤ 'ਚ ਬਹੁਤ ਯੂਰੋਪੀਅਨ ਆ ਚੁੱਕੇ ਸੀ ਤੁਸੀਂ ਕਹੋਗੇ ਜਿਹੜੇ ਟਾਈਮ 1600 'ਚ ਇੰਡੀਆ 'ਚ ਸੀਗਾ ਉਸ ਟਾਈਮ 'ਤੇ ਅੰਗਰੇਜ਼ ਆ ਕੇ ਹਜੇ ਪਰਮਿਸ਼ਨਾਂ ਮੰਗ ਰਹੇ ਇਹਦੇ ਤੋਂ ਮੈਂ ਇਕੱਲੇ ਅੰਗਰੇਜ਼ਾਂ ਦੀ ਗੱਲ ਨਹੀਂ ਕਰ ਰਿਹਾ ਅੰਗਰੇਜ਼ਾਂ ਤੋਂ ਵੀ 200-100 ਸਾਲ ਪਹਿਲਾਂ ਕੌਣ ਆ ਚੁੱਕੇ ਆ ਇੱਥੇ ਪੁਰਤਗੀਜ਼ ਤਾਂ ਇੰਡੀਆ 'ਚ ਬਹੁਤ ਵਧੀਆ ਸਟੈਬਲਿਸ਼ ਹੋ ਚੁੱਕੇ ਆ ਇਸ ਕਰਕੇ ਯੂਰੋਪੀਅਨ ਪੇਂਟਿੰਗਸ ਦਾ ਪ੍ਰਭਾਵ ਉਹਦੀ ਵਸਤੂ ਕਲਾ ਉਹਦੀ ਆਰਕੀਟੈਕਚਰ ਦਾ ਪ੍ਰਭਾਵ ਵੀ ਇਹਦੇ 'ਤੇ ਸਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਆ ਦੂਜੀ ਗੱਲ ਇਹਦੇ ਦਰਬਾਰ 'ਚ ਬਹੁਤ ਸਾਰੇ ਹਿੰਦੂਆਂ ਮੁਸਲਮਾਨਾਂ ਨੇ ਕੰਮ ਕੀਤੇ ਆ ਠੀਕ ਆ ਸੋ ਆਹ ਦੇਖੋ ਜੀ ਰਜ਼ੀਮ ਨੋਮਾ ਜਿਹੜਾ ਸੀਗਾ ਉਹਨੇ ਪਰਸ਼ੀਅਨ ਜਿਹੜੀ ਮਹਾਂਭਾਰਤ ਸੀਗਾ ਉਹਨੂੰ ਪੇਂਟ ਕਰਨ ਵਾਲੇ ਦਾ ਨਾਮ ਹੀ ਦੱਸਿਆ ਹੋਇਆ ਸਾਰਾ ਕੁਝ ਦੱਸਿਆ ਹੈ ਨੈਕਸਟ ਆਹ ਆ ਗਏ ਮੇਨ ਕਹਿੰਦੇ ਜੀ ਦੋ ਭਰਾ ਸੀਗੇ ਅਬਦੁਲ ਫਜ਼ਲ ਅਤੇ ਅਬਦੁਲ ਫੈਜ਼ੀ ਠੀਕ ਆ ਅਬਦੁਲ ਫਜ਼ਲ ਜਿਹੜਾ ਸੀਗਾ ਉਹਨੇ ਈਨੇ ਅਕਬਰੀ ਅਤੇ ਅਕਬਰਨਾਮਾ ਦੋ ਕਿਤਾਬਾਂ ਲਿਖੀਆਂ ਦੋਵੇਂ ਅੱਡ ਅੱਡ ਠੀਕ ਆ ਤੁਜਕੇ ਬਾਬਰੀ ਜਿਹੜੀ ਆ ਅਤੇ ਬਾਬਰਨਾਮਾ ਉਹ ਤਾਂ ਇੱਕੋ ਹੀ ਗੱਲ ਆ ਪਰ ਈਨੇ ਅਕਬਰੀ ਅਤੇ ਅਕਬਰਨਾਮਾ ਇਹ ਦੋਵੇਂ ਕਿਤਾਬਾਂ ਅੱਡ ਅੱਡ ਨੇ ਅਤੇ ਦੋਵੇਂ ਕਿੰਨੇ ਲਿਖੀਆਂ ਅਬਦੁਲ ਫਜ਼ਲ ਨੇ ਅਤੇ ਉਹਦੇ ਭਰਾ ਸੀ ਅਬਦੁਲ ਫੈਜ਼ੀ ਪੇਂਟਿੰਗ ਅਤੇ ਹੋਰ ਕਈ ਕੰਮਾਂ 'ਚ ਮਾਹਰ ਸੀਗਾ ਇਹਨਾਂ ਤੋਂ ਬਿਨਾਂ ਜੇ ਮੈਂ ਗੱਲ ਕਰਾਂ ਤਾਂ ਅਬਦੁਲ ਕਾਦਰ ਬਦੂਨੀ ਇਹਨੇ ਲਿਖੀ ਆ ਕਿਤਾਬੁਲ ਤਵਾਰੀਖ ਤਵਾਰੀਖ ਦਾ ਮਤਲਬ ਆ ਇਤਿਹਾਸ ਕਿ ਉਸ ਵੇਲੇ ਦਾ ਸਮਕਾਲੀ ਇਤਿਹਾਸ ਤਵਾਰੀਖ ਠੀਕ ਆ ਤਰੀਖ ਨਹੀਂ ਤਵਾਰੀਖ ਕੀ ਤਵਾਰੀਖ ਦਾ ਮਤਲਬ ਹੁੰਦਾ ਹੈ ਹਿਸਟਰੀ ਕਿ ਉਸ ਸਮੇਂ ਦੀ ਕੰਟੈਂਪਰੇਰੀ ਹਿਸਟਰੀ ਕਿਤਾਬੁਲ ਤਵਾਰੀਖ ਖਵਾਜ਼ਾ ਨਿਜ਼ਾਮੁਦੀਨ ਅਹਿਮਦ ਰਾਮੀ ਇਹਨੇ ਲਿਖੀ ਆ ਤਬਾਕਤ ਏ ਅਕਬਰੀ ਤਾਰੀਖ ਅਲਫੀ ਸੋ ਇਹ ਨਾਮ ਨੇ ਇਹ ਤਾਂ ਯਾਦ ਕਰਨੀ ਪੈਣੀ ਇਹਦੇ 'ਚ ਕੁਛ ਨਹੀਂ ਠੀਕ ਆ ਅੱਗੇ ਆਪਣੇ ਕੋਲ ਹੋਰ ਵੀ ਕਈ ਪਰਸ਼ੀਅਨ ਪੁਆਇੰਟਸ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਨੈਕਸਟ ਉਸ ਤੋਂ ਬਾਅਦ ਇਹਨਾਂ ਨੇ ਇੱਕ ਚੀਜ਼ ਹੋਰ ਦੱਸੀ ਇਹਨਾਂ ਨੇ ਕਿ ਇਹਦੇ ਸਮੇਂ ਜਿਹੜੀ ਮਹਾਂਭਾਰਤ ਆ ਉਹਨੂੰ ਵੀ ਟਰਾਂਸਲੇਟ ਕੀਤਾ ਗਿਆ ਪਰਸ਼ੀਅਨ ਭਾਸ਼ਾ 'ਚ ਕਿਉਂਕਿ ਅਕਬਰ ਦੇ ਵੇਲੇ ਮੈਂ ਇੱਕ ਗੱਲ ਦੱਸਦਾ ਪਰਸ਼ੀਅਨ ਦਾ ਟ੍ਰੈਂਡ ਚੱਲ ਗਿਆ ਸੀਗਾ ਅਕਬਰ ਤੋਂ ਪਹਿਲਾਂ ਹਮਾਯੂ ਸੀ ਹਮਾਯੂ ਦਾ ਟਾਈਮ ਨੂੰ ਤਾਂ ਮੰਨੋ ਹੀ ਨਾ ਤੁਸੀਂ ਕਿਉਂਕਿ ਉਹਦਾ ਟਾਈਮ ਤਾਂ ਲੜਾਈਆਂ 'ਚ ਰਹਿ ਗਿਆ ਅਕਬਰ ਤੋਂ ਉੱਪਰ ਜੇ ਰਾਜਾ ਕਰਾਂ ਤਾਂ ਉਹ ਸੀ ਬਾਬਰ ਬਾਬਰ ਦੇ ਵੇਲੇ ਦਰਬਾਰ ਦੀ ਜਿਹੜੀ ਭਾਸ਼ਾ ਸੀਗੀ ਉਹ ਸੀ ਚਟਕਈ ਟਰਕੀ ਜਿਹੜੀ ਕਿ ਉਹਦੀ ਆਪਣੀ ਲੋਕਲ ਭਾਸ਼ਾ ਸੀ ਪਰ ਅਕਬਰ ਤੱਕ ਆਉਂਦੇ ਆਉਂਦੇ ਦਰਬਾਰ ਜਿਹੜਾ ਸੀਗਾ ਪਰਸ਼ੀਅਨ ਭਾਸ਼ਾ ਦੇ ਪ੍ਰਭਾਵ 'ਚ ਆ ਗਿਆ ਸੀਗਾ ਇਸ ਕਰਕੇ ਬਹੁਤੀਆਂ ਕਿਤਾਬਾਂ ਜਿਹੜੀਆਂ ਨੇ ਉਹ ਫਾਰਸੀ ਭਾਸ਼ਾ ਦੇ ਵਿੱਚ ਅਕਬਰ ਦੇ ਵੇਲੇ ਜਾਂ ਅਕਬਰ ਤੋਂ ਬਾਅਦ 'ਚ ਟਰਾਂਸਲੇਟ ਹੋਈਆਂ ਅਕਬਰ ਕਹਿ ਲਓ ਜਹਾਂਗੀਰ ਕਹਿ ਲਓ ਸ਼ਾਹਜਹਾਨ ਕਹਿ ਲਓ ਵੈਸੇ ਜਿਹੜੇ ਬੰਦਿਆਂ ਨੂੰ ਜ਼ਿਆਦਾ ਇੰਟਰਸਟ ਸੀਗਾ ਉਹ ਦੋ ਜਣੇ ਹੀ ਸੀ ਇੱਕ ਅਕਬਰ ਅਤੇ ਅਕਬਰ ਤੋਂ ਬਾਅਦ ਉਹਦਾ ਮੁੰਡਾ ਜਹਾਂਗੀਰ ਉਹਨੂੰ ਸਕਿੱਪ ਕਰ ਦਿਓ ਉਹਦਾ ਮੁੰਡਾ ਸ਼ਾਹਜਹਾਨ ਸ਼ਾਹਜਹਾਨ ਨੂੰ ਬਹੁਤ ਇੰਟਰਸਟ ਸੀ ਕਿਤਾਬਾਂ ਲਿਟਰੇਚਰ ਪੇਂਟਿੰਗਸ ਦਾ ਉਹਨੇ ਤਾਂ ਖੁੱਲ੍ਹਾ ਖਰਚਾ ਕੀਤਾ ਹੈ ਅਕਬਰ ਦੇ ਵੇਲੇ ਵੀ ਨੋ ਡਾਊਟ ਆਰਕੀਟੈਕਚਰ ਅਤੇ ਵਸਤੂ ਕਲਾ 'ਤੇ ਜੇ ਅਸੀਂ ਬੈਸਟ ਖਰਚਾ ਦੇਖਣਾ ਹੈ ਤਾਂ ਸਾਨੂੰ ਫਤਿਹਪੁਰ ਸਿਕਰੀ ਦੇਖਣਾ ਪਊਗਾ ਜੇ ਮੈਂ ਸ਼ਾਹਜਹਾਨ ਦੀ ਗੱਲ ਕਰੂੰਗਾ ਸ਼ਾਹਜਹਾਨ ਦੇ ਵੇਲੇ ਸਭ ਤੋਂ ਵੱਧ ਵਸਤੂ ਕਲਾ ਦੇਖਣੀ ਆ ਜੇ ਆਪਾਂ ਤਾਂ ਆਪਾਂ ਨੂੰ ਦਿੱਲੀ ਦਾ ਜਿਹੜਾ ਰੈੱਡ ਫੋਰਟ ਅਤੇ ਜਿਹੜੀ ਜਾਮਾ ਮਸਜਿਦ ਆ ਉਹ ਦੇਖਣੀ ਪਊਗੀ ਇਹਨਾਂ ਦੋਵਾਂ ਦੇ ਵਿੱਚ ਅਕਬਰ ਦੇ ਵਿੱਚ ਅਤੇ ਸ਼ਾਹਜਹਾਨ ਦੇ ਵਿੱਚ ਆਊਗਾ ਜਹਾਂਗੀਰ ਜਹਾਂਗੀਰ ਦੇ ਵੇਲੇ ਜੇ ਤੁਸੀਂ ਦੇਖਣਾ ਹੈ ਤਾਂ ਤੁਹਾਨੂੰ ਪੇਂਟਿੰਗਸ ਵਗੈਰਾ ਜ਼ਿਆਦੀਆਂ ਵਧੀਆ ਮਿਲਣਗੀਆਂ ਠੀਕ ਆ ਸੋ ਆਹ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਸਾਰਾ ਕੁਝ ਦੱਸਿਆ ਇਹਨਾਂ ਨੇ ਆਹ ਦੇਖੋ ਜਿਹੜਾ ਬਦੂਨੀ ਸੀਗਾ ਉਹਨੇ ਰਮਾਇਣ ਨੂੰ ਅਤੇ ਅਬੁਲ ਫੈਜ਼ੀ ਜਿਹੜਾ ਹੈ ਉਹਨੇ ਲੀਲਾਵਤੀ ਨੂੰ ਟਰਾਂਸਲੇਟ ਕੀਤਾ ਸੀ ਸੋ ਆਹ ਉਸ ਟਾਈਮ ਦੇ ਇਹ ਲੀਲਾਵਤੀ ਕੀ ਹੈ ਇਹ ਸਾਰਾ ਪੁਰਾਣਾਸ ਦੇ ਵੇਲੇ ਜਿਹੜਾ ਹਿੰਦੂ ਲਿਟਰੇਚਰ ਨੇ ਲਿਖਿਆ ਗਿਆ ਸਨਾਤਨ ਧਰਮ ਦਾ ਇੱਕ ਤਾਂ ਸਨਾਤਨ ਧਰਮ ਦਾ ਸ਼ਰੂਤੀ ਲਿਟਰੇਚਰ ਆ ਜਿਹਦੇ 'ਚ ਕੀ ਚੀਜ਼ਾਂ ਆਉਂਦੀਆਂ ਨੇ ਭਲਾ ਇੱਕ ਤਾਂ ਆਉਂਦੇ ਆ ਚਾਰ ਵੇਦ ਉਹਨਾਂ ਵੇਦਾਂ ਦੀ ਐਕਸਪਲੇਨੇਸ਼ਨ ਵਾਲੀਆਂ ਕਿਤਾਬਾਂ ਕਿਹੜੀਆਂ ਨੇ ਬ੍ਰਹਮਾਨਸ ਉਸ ਤੋਂ ਬਾਅਦ ਉਹਨਾਂ ਦੇ ਕੀ ਆਉਂਦੇ ਆ ਅਰੈਂਕਾਜ਼ ਅਤੇ ਉਪਨਿਸ਼ਦਸ ਇਸ ਲਿਟਰੇਚਰ ਨੂੰ ਛੱਡ ਕੇ ਜਿੰਨਾ ਵੀ ਸਨਾਤਨ ਧਰਮ ਦਾ ਲਿਟਰੇਚਰ ਆ ਜਿਹੜਾ ਇਹ ਸ਼ਰੂਤੀ ਲਿਟਰੇਚਰ ਆ ਇਹਨੂੰ ਕਹਿ ਦਿੰਦੇ ਪਿਓਰ ਲਿਟਰੇਚਰ ਇਹਨੂੰ ਛੱਡ ਕੇ ਜਿਹੜਾ ਸਨਾਤਨ ਧਰਮ ਦਾ ਹਿੰਦੂ ਧਰਮ ਨਾਲ ਰਿਲੇਟਡ ਬਾਕੀ ਲਿਟਰੇਚਰ ਆ ਨਾ ਜਿਹਦੇ 'ਚ ਹੋਰ ਸਾਰੀਆਂ ਕਹਾਣੀਆਂ ਆ ਜਾਂਦੀਆਂ ਸਮ੍ਰਿਤੀਆਂ ਆ ਜਾਂਦੀਆਂ ਜਾਂ ਹੋਰ ਜਿੰਨਾ ਕਿਤਾਬਾਂ ਬਾਰੇ ਕਈ ਲੋਕ ਇਹ ਨਹੀਂ ਕਹਿ ਦਿੰਦੇ ਕਿ ਇਹ ਤਾਂ ਪਖੰਡਵਾਦ ਆ ਜਿਹੜੀਆਂ ਜੀ ਇਹ ਓਰੀਜਨਲ ਸਨਾਤਨ ਧਰਮ ਦੀਆਂ ਕਿਤਾਬਾਂ ਨਹੀਂ ਗੀਆਂ ਉਹ ਕਿਤਾਬ
ਕਿਤਾਬਾਂ 'ਚੋਂ ਸਾਰੀਆਂ ਆ ਜਾਂਦੀਆਂ, ਚਾਹੇ ਪੰਚਤੰਤਰ ਹੋਵੇ, ਕੋਈ ਵੀ ਕਹਾਣੀ ਵਾਲੀ ਕਿਤਾਬ ਹੋ ਜਾਵੇ, ਠੀਕ ਆ, ਚਾਹੇ ਉਹਨਾਂ 'ਚੋਂ ਬੜੀਆਂ ਐਰੋਟਿਕ ਬੁੱਕਸ ਹੋਣ, ਕਾਮਾ ਸੂਤਰ ਜਾਂ ਲੀਲਾਵਤੀ ਜਾਂ ਹੋਰ ਜਿੰਨੀਆਂ ਵੀ ਕਹਾਣੀਆਂ ਵਾਲੀਆਂ ਕਿਤਾਬਾਂ ਨੇ, ਉਹ ਸਾਰੀਆਂ ਇਸ ਸਮ੍ਰਿਤੀ ਲਿਟਰੇਚਰ 'ਚ ਆ ਜਾਂਦੀਆਂ। ਉਹਨਾਂ ਦੀਆਂ ਟਰਾਂਸਲੇਸ਼ਨ ਇਹ ਕਿਹੜੀ ਭਾਸ਼ਾ 'ਚ ਹੋਣਗੀਆਂ? ਇਹ ਸੰਸਕ੍ਰਿਤ ਵਗੈਰਾ 'ਚ ਸੀ। ਜਿੰਨੀਆਂ ਪੁਰਾਣੇ ਸਮੇਂ ਦਾ ਲਿਟਰੇਚਰ ਜਾਂ ਸੰਸਕ੍ਰਿਤ 'ਚ ਪਿਆ ਸੀਗਾ, ਮਤਲਬ ਏਨਸ਼ੀਅੰਟ ਹਿੰਦੂਆਂ ਵੇਲੇ, ਅਤੇ ਜਾਂ ਉਹ ਚਟਕਈ ਤੁਰਕੀ 'ਚ ਪਿਆ ਸੀਗਾ ਬਾਬਰ ਵੇਲੇ, ਉਹਦਾ ਜ਼ਿਆਦਾ ਟਰਾਂਸਲੇਸ਼ਨ ਜਾਂ ਤਾਂ ਹੋਈ ਆ ਅਕਬਰ ਦੇ ਵੇਲੇ, ਅਤੇ ਜਾਂ ਅਕਬਰ ਤੋਂ ਬਾਅਦ ਜਹਾਂਗੀਰ ਨੂੰ ਛੱਡ ਦਿਓ ਤਾਂ ਕਿਹਦੇ ਵੇਲੇ? ਸ਼ਾਹਜਹਾਂ ਦੇ ਵੇਲੇ। ਸੋ ਇਹਨਾਂ ਦੋਵਾਂ ਦੇ ਵੇਲੇ ਟਰਾਂਸਲੇਸ਼ਨ ਦਾ ਕੰਮ ਜਿਹੜਾ ਜੀ ਉਹ ਜ਼ਿਆਦਾ ਕੀਤਾ ਗਿਆ ਹੈ, ਠੀਕ ਆ। ਨੈਕਸਟ, ਇਸ ਤੋਂ ਬਾਅਦ ਅੱਗੇ ਆ ਗਿਆ ਆਪਣੇ ਕੋਲ ਅਕਬਰ ਦਾ ਐਡਮਿਨਿਸਟ੍ਰੇਸ਼ਨ, ਠੀਕ ਆ। ਇਹਨੂੰ ਆਪਾਂ ਅਗਲੇ ਲੈਕਚਰ 'ਚ ਕਵਰ ਕਰਾਂਗੇ, ਅਕਬਰ ਦੇ ਐਡਮਿਨਿਸਟ੍ਰੇਸ਼ਨ ਨੂੰ, ਠੀਕ ਆ। ਇਹਦੇ 'ਚ ਆਪਾਂ ਮੈਂ ਦੱਸ ਦਿੰਦਾ ਕਿ ਆਪਾਂ ਕਰਨਾ ਕੀ ਆ। ਅਕਬਰ ਦੇ ਐਡਮਿਨਿਸਟ੍ਰੇਸ਼ਨ ਦਾ ਉਹੀ ਪਾਰਟ ਕਿ ਸੈਂਟਰਲ ਐਡਮਿਨਿਸਟ੍ਰੇਸ਼ਨ ਕਿਵੇਂ ਦਾ ਰਿਹਾ ਅਕਬਰ ਦਾ, ਸਟੇਟ ਲੈਵਲ 'ਤੇ ਐਡਮਿਨਿਸਟ੍ਰੇਸ਼ਨ ਕਿਵੇਂ ਦਾ ਸੀਗਾ, ਫਿਰ ਇਹਦੇ ਦੁਆਰਾ ਸਟਾਰਟ ਕੀਤਾ ਗਿਆ ਜ਼ਮੀਨਦਾਰੀ ਸਿਸਟਮ, ਲੈਂਡ ਰਿਫੋਰਮਸ, ਅਤੇ ਇਹਦਾ ਮਨਸਬਦਾਰੀ ਸਿਸਟਮ, ਠੀਕ ਆ। ਇਹ ਸਾਰਾ ਅਕਬਰ ਦਾ ਜਿਹੜਾ ਪੋਰਸ਼ਨ ਆ ਇਹ ਆਪਾਂ ਅਗਲੇ ਲੈਕਚਰ 'ਚ ਕਵਰ ਕਰਾਂਗੇ, ਠੀਕ ਆ। ਸੋ ਉਮੀਦ ਕਰਦਾ ਕਿ ਘੱਟੋ ਘੱਟ ਤੁਹਾਨੂੰ ਇਹ ਚੀਜ਼ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ, ਕਿਸੇ ਨੂੰ ਕੋਈ ਡਾਊਟ ਨਾ ਹੋਵੇ ਇਹਦੇ 'ਚ, ਠੀਕ ਆ। ਮਡੀਵਲ ਹਿਸਟਰੀ ਜਿਹੜੀ ਆ, ਮੈਂ ਇੱਕ ਗੱਲ ਕਹੀ ਆ ਕਿ ਆਪਾਂ ਇਹਨੂੰ ਜਲਦੀ ਕੰਪਾਈਲ ਕਰਨਾ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇਹਨੂੰ ਲੈ ਕੇ ਕਿ ਬੜੀ ਕਾਹਲੀ ਕਰਨੀ ਆ, ਪਰ ਇਹ ਜ਼ਰੂਰ ਆ ਕਿ ਮਡੀਵਲ ਹਿਸਟਰੀ ਦੀ ਹੁਣ ਇੰਪੋਰਟੈਂਸ ਇੰਨੀ ਕੁ ਵੱਧ ਗਈ ਆ ਕਿ ਜੇ ਮੈਂ ਤੁਹਾਨੂੰ ਗੱਲ ਦੱਸਦਾ ਕਿ PPSC ਦੀ ਜੇ ਮੈਂ ਗੱਲ ਕਰਾਂ, ਜਸਟ ਸਿਰਫ ਇੱਕ PSSB ਹੋ ਗਿਆ ਅਤੇ ਜਾਂ ਆਮ ਪੇਪਰ ਹੋ ਗਏ, ਉਹਨਾਂ 'ਚ ਤਾਂ ਇਹ ਹਮੇਸ਼ਾ ਰਹੀ ਆ। ਜੇ ਤੁਸੀਂ ਕੋਆਪਰੇਟਿਵ ਇੰਸਪੈਕਟਰ ਦਾ ਪੇਪਰ ਦੇਖੋ, ਜਿੱਥੇ ਸਿਲੇਬਸ 'ਚ ਸਾਫ਼ ਮੈਨਸ਼ਨ ਸੀ ਕਿ ਸਿਰਫ ਮਾਡਰਨ ਹਿਸਟਰੀ ਆਉਣੀ ਆ, ਉੱਥੇ ਵੀ ਮੈਡੀਵਲ ਹਿਸਟਰੀ ਦੇ 3 ਸਵਾਲ ਅਤੇ ਏਨਸ਼ੈਂਟ ਦੇ 4 ਸਵਾਲ ਆਏ ਆ। 7 ਸਵਾਲ 80ਆਂ 'ਚੋਂ ਏਨਸ਼ੈਂਟ ਅਤੇ ਮਡੀਵਲ 'ਚੋਂ, PCS ਪ੍ਰੀ 'ਚ ਇਹ ਸਟੈਂਡਰਡ ਹੀ ਰਹੇ ਆ, ਠੀਕ ਆ। UPSC ਦੇ ਪੇਪਰਾਂ 'ਚ, PPSC ਦੇ ਪੇਪਰਾਂ 'ਚ ਇਹ ਸਟੈਂਡਰਡ ਸਵਾਲ ਹੀ ਰਹਿੰਦੇ ਆ। ਸੋ ਇਹਨੂੰ ਬੜੀ ਡੈਪਥ 'ਚੋਂ ਪੜ੍ਹਨ ਦਾ ਸਾਡੇ ਵਾਸਤੇ ਜ਼ਰੂਰੀ ਆ, ਇਹਨੂੰ ਆਪਾਂ ਕਿਸੇ ਵੀ ਤਰੀਕੇ ਨਾਲ ਇਗਨੋਰ ਨਹੀਂ ਕਰ ਸਕਦੇ। ਅਤੇ ਜੇ ਕੋਈ ਮੈਨੂੰ ਕਵੇ ਨਾ ਕਿ ਜੀ ਮੈਂ, ਜੇ ਮੈਂ ਸਿਰਫ ਇਹ ਗੱਲ ਕਵਾਂ ਕਿ ਮੈਂ ਓਬਜੈਕਟਿਵ ਟਾਈਪ, ਜਿਵੇਂ ਹੁਣ ਮੰਨ ਲਓ ਕਿਸੇ ਨੇ ਮੈਨੂੰ ਕਿਹਾ ਕਿ ਸਰ ਮੈਂ ਤਾਂ ਸਿਰਫ PPSC ਵਾਲੇ ਲੈਕਚਰ ਲਾਏ ਆ ਤੁਹਾਡੇ ਜਿਹੜੇ ਪ੍ਰੀ ਵਾਲੇ ਆ, ਜਾਂ ਅਸੀਂ ਤੁਹਾਡੇ ਸਿੰਪਲ ਕੋਰਸ 'ਚ ਇਨਰੋਲ ਹੋਏ ਹਾਂ ਜਿਹੜਾ PPSC ਵਾਲਾ ਕੋਰਸ ਆ, ਤਾਂ ਅਸੀਂ ਕਿਹੜੀ ਕਿਤਾਬ 'ਚੋਂ ਪ੍ਰੈਕਟਿਸ ਕਰੀਏ? ਤਾਂ ਮੈਂ ਸਾਫ਼ ਸਲਾਹ ਦਊਂਗਾ ਘਟਨਾ ਚੱਕਰ ਤੋਂ, ਠੀਕ ਆ। ਘਟਨਾ ਚੱਕਰ ਜਿਹੜੀ ਕਿਤਾਬ ਆ ਉਹਦੇ 'ਚ MCQs ਜਿਹੜੇ ਆ ਉਹ ਘਟਨਾ ਚੱਕਰ ਦੀ ਕਿਤਾਬ, ਹਿਸਟਰੀ ਦੀ ਕਿਤਾਬ ਆ। ਸ਼ੁਰੂ ਵਾਲਾ ਹਿੱਸਾ ਉਹਦਾ ਏਨਸ਼ੈਂਟ ਦਾ ਹੈ, ਵਿੱਚ ਮੈਡੀਵਲ ਆ, ਅਤੇ ਅੱਗੇ ਮਾਡਰਨ ਆ। ਉਹ ਕਿਤਾਬ ਤੁਸੀਂ ਸਾਰੀ ਦੀ ਸਾਰਾ ਸਬਜੈਕਟ ਕੰਪਲੀਟ ਹੋਣ ਤੋਂ ਬਾਅਦ ਕਰਨੀ ਆ, ਜਦੋਂ ਵੀ ਕਰਨੀ ਹੋਊਗੀ। ਬਸ ਇੱਕ ਗੱਲ ਯਾਦ ਰੱਖਿਓ, ਜਦੋਂ ਤੁਸੀਂ ਕੋਈ ਪੇਪਰ ਦੇਣ ਜਾਣਾ ਹੈ, ਬਿਲਕੁਲ ਲਾਸਟ ਟਾਈਮ 'ਤੇ ਨਹੀਂ ਉਹ ਰਿਵਾਈਜ਼ ਕਰਨੀ, ਉਸ ਤੋਂ ਪਹਿਲਾਂ ਇੱਕ ਚੰਗਾ ਟਾਈਮ ਕੱਢ ਕੇ, ਜਦੋਂ ਤੁਹਾਨੂੰ ਲੱਗੇ ਕਿ ਹਾਂ ਹੁਣ ਮੇਰੀ ਹਿਸਟਰੀ ਤਿਆਰ ਆ, ਤਾਂ ਕਿਉਂ ਨਾ ਮੈਂ, ਅਤੇ ਮੈਂ ਤੁਹਾਨੂੰ ਦੱਸਦਾ, ਇੱਕ ਤਾਂ ਹੁੰਦਾ ਨਾ ਕਿ ਇੱਕ ਦਿਨ 'ਚ ਕਰਕੇ ਦੇ ਦਿਓ, ਐਵੇਂ ਕੁਛ ਨਹੀਂ ਗਾ। ਉਸ ਕਿਤਾਬ ਨੂੰ ਜੇ ਤੁਸੀਂ ਕਰਨ ਲੱਗ ਪਏ ਸੀਰੀਅਸਲੀ, ਤਾਂ ਇੱਕ ਦਿਨ 'ਚ 7 ਘੰਟੇ ਉਹ ਕਿਤਾਬ ਲੈ ਕੇ ਪ੍ਰੈਕਟਿਸ ਕੀਤੀ ਮਡੀਵਲ ਹਿਸਟਰੀ ਦੀ, ਤਾਂ ਤੁਸੀਂ ਮੰਨ ਲਓ ਮੈਡੀਵਲ ਹਿਸਟਰੀ ਹੀ ਤੁਹਾਡੇ 2 ਦਿਨ ਲੈ ਸਕਦੀ ਹੈ ਆਰਾਮ ਨਾਲ। ਸੇਮ 2 ਤੋਂ 3 ਦਿਨ ਤੁਹਾਡੇ ਏਨਸ਼ੈਂਟ ਹਿਸਟਰੀ ਲਊਗੀ, ਹਫ਼ਤਾ ਤਾਂ ਏਨਸ਼ੈਂਟ ਅਤੇ ਮਡੀਵਲ ਨੇ ਲੈ ਲੈਣਾ ਹੈ, ਅਤੇ ਪੂਰਾ 1 ਹਫ਼ਤਾ ਮਾਡਰਨ ਨੇ ਲੈਣਾ ਹੈ। ਇਹ ਵੀ ਪਤਾ ਕਦੋਂ? ਜਦੋਂ ਤੁਹਾਨੂੰ ਉਹ ਸਾਰੇ ਚੈਪਟਰ ਆਉਂਦੇ ਹੋਣਗੇ। ਸੋ ਜੇ ਤੁਹਾਡੇ 'ਚੋਂ ਕੋਈ ਕਹਿੰਦਾ ਹੈ ਹਾਂ, ਜਿਨ੍ਹਾਂ ਨੇ ਮਡੀਵਲ ਹਿਸਟਰੀ ਅਤੇ ਏਨਸ਼ੈਂਟ ਹਿਸਟਰੀ ਆਪਣੀ ਉਦੋਂ ਪੜ੍ਹੀ ਜਦੋਂ ਮੈਂ ਇਹ ਮੇਨਸ ਦੇ ਵਿੱਚ ਆਰਟ ਐਂਡ ਕਲਚਰ 'ਚ ਪੜ੍ਹਾਈ, ਉਸ ਤੋਂ ਬਾਅਦ ਉਹਨਾਂ ਦੀ ਇਹ ਜ਼ਿੰਮੇਵਾਰੀ ਆ ਕਿ ਫਿਰ ਉਹ ਦ੍ਰਿਸ਼ਟੀ IAS ਦੀ ਕਿਤਾਬ ਚੱਕ ਕੇ ਉਹਦੇ 'ਚੋਂ ਵੀ ਸ਼ਿਓਰ ਹੋ ਜਾਣ ਕਿ ਜਿਹੜੇ ਹਾਈ ਲੈਵਲ ਦੇ ਸਵਾਲ ਆ ਜਾਂ ਜਿਹੜੇ ਘਟਨਾ ਚੱਕਰ 'ਚ ਬਾਹਲੇ ਡੈਪਥ 'ਚ ਹੀ ਪੁੱਛ ਲਏ ਸੀਗੇ ਸਵਾਲ, ਉਹ ਜੇ ਕਵਰ ਕਰਨੇ ਆ ਤਾਂ ਉਹ ਉਹਦੇ 'ਚੋਂ ਕਵਰ ਹੋ ਜਾਣਗੇ, ਠੀਕ ਆ। ਸੋ ਜਿਹੜੇ ਟਾਈਪ ਦਾ ਸਿਲੇਬਸ ਕੰਪਲੀਟ ਕਰਦੇ ਹੋ ਉਹਦੇ ਹਿਸਾਬ ਦਾ ਓਬਜੈਕਟਿਵ ਕੰਟੈਂਟ ਮੈਂ ਦੱਸਦਾ ਕਿ ਆਹ ਪੜ੍ਹਿਆ ਹੈ, ਇਹਦੀ ਓਬਜੈਕਟਿਵ ਤਿਆਰੀ ਇੱਥੋਂ ਕਰਨੀ ਆ। ਜੇ ਕਿਸੇ ਨੂੰ ਲੱਗਦਾ ਹੈ ਕਿ ਅਸੀਂ ਨਾਲ ਨਾਲ ਜੇ ਪ੍ਰੈਕਟਿਸ ਕਰੀਏ ਤਾਂ ਸਾਡੇ ਟਾਈਮ ਵੇਸਟ ਹੋ ਰਿਹਾ ਹੈ, ਠੀਕ ਆ, ਤਾਂ ਉਸ ਚੀਜ਼ ਤੋਂ ਆਪਾਂ ਬਚ ਸਕਦੇ ਹਾਂ ਟਾਈਮ ਦੀ ਵੇਸਟੇਜ ਤੋਂ, ਕਿ ਆਪਾਂ ਨੂੰ ਐਂਡ 'ਚ ਹੀ ਰੱਖ ਲਈਏ ਸਾਰੇ ਨੂੰ, ਠੀਕ ਆ। ਸਟ੍ਰੈਟੇਜੀ ਬਾਕੀ ਪਰਸਨ ਟੂ ਪਰਸਨ ਵੇਰੀ ਕਰ ਸਕਦੀ ਹੈ, ਕੋਈ ਵੀ ਮੇਰੇ ਕੋਲ ਸਲਾਹ ਵੀ ਲੈ ਸਕਦਾ ਕਿ ਮੇਰੇ ਪਰਸਨਲੀ ਦੱਸੋ ਮੈਨੂੰ ਕਿ ਮੈਂ ਕੀ ਕਰ ਸਕਦਾ, ਠੀਕ ਆ। ਓਵਰਆਲ ਇੱਕ ਮੋਟੀ ਜਿਹੀ ਸਲਾਹ ਮੈਂ ਤੁਹਾਨੂੰ ਜ਼ਰੂਰ ਦੇਤੀ ਹੈ, ਪਰ ਹਾਂ, ਜਦੋਂ ਤੁਸੀਂ ਆਪਣੀ ਇਹ ਮਡੀਵਲ ਹਿਸਟਰੀ ਜਿਹੜੀ ਕਿ PCS ਦੇ ਬੈਚ 'ਚ ਪ੍ਰੀ ਦਾ ਸਿਲੇਬਸ ਹੋਊਗੀ, ਆਮ ਬੈਚਾਂ ਦੇ ਵਿੱਚ ਇਹ ਸਾਰਿਆਂ 'ਚ ਆ, ਤਾਂ ਇਸ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਪੜ੍ਹੋ, ਘਟਨਾ ਚੱਕਰ ਦਾ ਲੈਵਲ ਤਾਂ ਤੁਹਾਡਾ ਫੁੱਲ ਫਲੈਜ ਕਵਰ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ ਨਾ। ਸੋ ਆਪਾਂ ਅਕਬਰ ਦਾ ਇਹ ਟੌਪਿਕ ਇੱਥੇ ਖਤਮ ਕੀਤਾ ਹੈ, ਇਸ ਤੋਂ ਬਾਅਦ ਅਸੀਂ ਅਕਬਰ ਦਾ ਜਿਹੜਾ ਬਚਿਆ ਹੋਇਆ ਪੋਰਸ਼ਨ ਆ ਇਸ ਤੋਂ ਬਾਅਦ ਕਵਰ ਕਰਦੇ ਹਾਂ ਨੈਕਸਟ ਕਲਾਸ 'ਚ, ਠੀਕ ਆ। ਹੁਣ ਲਈ ਇੰਨਾ ਹੀ, ਬਹੁਤ